ਪਰਦੇਸੀ ਟੀਵੀ ਦੇਖਣ ਜਾ ਰਹੇ ਰੱਬਰ ਕੇ ਸੋਤਿਆਂ ਦਾ ਬਿਕਰਮਜੀਤ ਸਿੰਘ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਅੱਜ ਦਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੁਹਾਡੀ ਕਚਹਿਰੀ ਵਿੱਚ ਹਾਜ਼ਰਾਂ ਜੀ। ਮੇਰੇ ਵੱਲੋਂ ਆਪ ਸਭ ਨੂੰ ਦੋਨੋਂ ਹੱਥ ਜੁੜ ਕੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਨਾਲ ਜੁੜ ਚੁੱਕੇ ਹੋਵੋਗੇ। ਕੋਸ਼ਿਸ਼ ਕਰਾਂਗੇ ਕਿ ਅੱਜ ਅਸੀਂ ਤੁਹਾਡੀ ਗੱਲਬਾਤ ਪੰਜਾਬ ਤੋਂ ਸਾਡੇ ਮਹਿਮਾਨ ਦੇ ਨਾਲ ਕਰਵਾਈਏ। ਮੇਰਾ ਸਾਥ ਦੇਣਗੇ ਦਲਜੀਤ ਸਿੰਘ ਅਜਨੋਹਾ, ਹੋ ਸਕਦਾ ਸ਼ਾਇਦ ਹਰਨੇਕ ਸਿੰਘ ਵਰਦੀ ਵੀ ਸਾਡਾ ਸਾਥ ਦੇਣ। ਨਾਲ ਦੀ ਨਾਲ ਅਸੀਂ ਦੱਸ ਦਈਏ ਕਿ ਅਗਰ ਤੁਸੀਂ ਸਾਡੇ ਮਹਿਮਾਨ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਜੀ, ਗੱਲਬਾਤ ਕਰਨ ਦੇ ਲਈ ਨੰਬਰ ਇੱਕੋ ਇੱਕ ਹੈ ਜੀ, 6479331313 ਦੇ ਉੱਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ, ਸਾਡੇ ਮਹਿਮਾਨ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਜੀ। ਦੱਸ ਦਈਏ ਕਿ ਜਿਹੜਾ ਪਰਦੇਸੀ ਟੀ ਵੀ ਇਸ ਵੇਲੇ ਦੁਨੀਆ ਦੇ ਕੋਨੇ ਕੋਨੇ ਵਿੱਚ ਚੱਲ ਰਿਹਾ ਜੀ, ਕੋਨੇ ਕੋਨੇ ਦੇ ਵਿੱਚ ਇਹਨੂੰ ਦੇਖਿਆ ਜਾ ਰਿਹਾ। ਅਗਰ ਗੱਲ ਕਰੀਏ ਨਿਊਜ਼ੀਲੈਂਡ, ਆਸਟ੍ਰੇਲੀਆ, ਉੱਥੇ ਰੀਅਲ ਟੀ ਵੀ ਅਤੇ ਮੈਕਸ ਟੀ ਵੀ ਦੇ ਉੱਤੇ ਦੇਖਿਆ ਜਾ ਰਿਹਾ ਜੀ, ਕਰੂਜ਼ ਟੀ ਵੀ 'ਤੇ ਦੇਖਿਆ ਜਾ ਰਿਹਾ ਜੀ, ਅਤੇ ਆਪਣੇ ਦੂਸਰੇ ਯੂਰਪ ਦੀ ਗੱਲ ਕਰੀਏ ਉੱਥੇ ਇਸ ਵੇਲੇ ਪੂਰੀ ਸ਼ਾਨੋ ਸ਼ੌਕਤ ਨਾਲ ਮੈਕਸ ਟੀ ਵੀ 'ਤੇ ਚੱਲ ਰਿਹਾ ਜੀ। ਅਤੇ ਅਗਰ ਤੁਸੀਂ ਨੌਰਥ ਅਮੈਰੀਕਾ ਦੀ ਗੱਲ ਕਰੀਏ, ਇੱਥੇ ਆਈ ਪੀ ਟੀ ਵੀ ਸ਼ਾਵਾ ਟੀ ਵੀ ਦੇ ਉੱਤੇ ਵੀ ਇਸ ਵੇਲੇ ਉਪਲਬਧ ਹੈ ਜੀ, ਤੁਸੀਂ ਕਿਸੇ ਵੀ ਆਈ ਬੋਕਸ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਅਗਰ ਤੁਸੀਂ ਤੁਹਾਡੇ ਕੋਈ ਬੋਕਸ ਨਹੀਂ ਹੈ, ਤੁਸੀਂ ਪ੍ਰੋਗਰਾਮ ਨੂੰ ਬਿਨਾਂ ਬੋਕਸ ਤੋਂ ਦੇਖਣਾ ਚਾਹੁੰਦੇ ਤਾਂ ਫੇਸਬੁੱਕ ਜਿਹੜੀ ਕਿ ਪਰਦੇਸੀ ਟੀ ਵੀ ਦੀ ਹੈ ਉਹਦੇ ਉੱਤੇ ਦੇਖ ਸਕਦੇ ਹੋ ਤੁਸੀਂ ਜੀ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪ੍ਰੋਗਰਾਮ ਤੋਂ ਪਹਿਲਾਂ ਜਾਂ ਪ੍ਰੋਗਰਾਮ ਤੋਂ ਬਾਅਦ ਆਪਣੇ ਸੁਝਾਅ ਮੇਰੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਜੀ, ਮੇਰਾ ਨੰਬਰ ਹੈ ਜੀ 4169483313 'ਤੇ ਵੀ ਕਾਲ ਕਰਕੇ ਮੇਰੇ ਤੱਕ ਆਪਣੇ ਵਿਚਾਰ ਪਹੁੰਚਾ ਸਕਦੇ ਹਾਂ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਿਚਾਰ ਅਗਰ ਲਾਹੇਵੰਦ ਹੋਏ ਪ੍ਰੋਗਰਾਮ ਨੂੰ ਅਗਾਂਹ ਵਧੋ, ਵਿਚਾਰ ਹੋਏ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ, ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਫੋਨ ਕਰ ਸਕਦੇ ਹੋ ਜੀ info@pardesi.tv ਦੇ ਉੱਤੇ ਤੁਸੀਂ ਈਮੇਲ ਕਰਕੇ, ਜਾਂ ਫਿਰ ਦੱਸਿਓ ਨੰਬਰ ਜਾਂ ਸਕਰੀਨ 'ਤੇ ਜਿਹੜੇ ਨੰਬਰ ਆਉਂਦੇ ਆ ਉਹਨਾਂ ਉੱਤੇ ਡਾਇਲ ਕਰਕੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੀ ਫਰਮਾਇਸ਼ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਜਿਨ੍ਹਾਂ ਮੇਰੇ ਸਰੋਤਿਆਂ ਨੇ ਲਾਸਟ ਵੀਕ ਸਾਡੇ ਤੱਕ ਫਰਮਾਇਸ਼ਾਂ ਪਾਈਆਂ, ਕੋਸ਼ਿਸ਼ ਅਸੀਂ ਜ਼ਰੂਰ ਕਰਦੇ ਹਾਂ ਕਿ ਉਹਨਾਂ ਦੀਆਂ ਫਰਮਾਇਸ਼ਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ, ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੋਗਰਾਮ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਪੰਜਾਬ ਜਾਵਾਂਗੇ, ਪੰਜਾਬ ਤੋਂ ਸਾਡੇ ਮਹਿਮਾਨ ਜਿਹੜੇ ਕਿ ਅੱਜ ਦੀ ਇਸ ਮਹਿਫਲ ਦੇ ਵਿੱਚ ਆਉਣਗੇ, ਆਪਣੇ ਆਂਸਰ ਦੇਣਗੇ ਕੁਐਸਚਨਾਂ ਦੇ ਜੀ। ਤੁਹਾਡੇ ਕੁਐਸਚਨ ਹੋਣਗੇ, ਆਂਸਰ ਉਹਨਾਂ ਦੇ ਹੋਣਗੇ, ਜੋ ਵੀ ਤੁਹਾਡੇ ਮਨ ਦੇ ਵਿੱਚ ਹੋਵੇਗਾ ਉਹ ਤੁਸੀਂ ਪੁੱਛ ਸਕਦੇ ਹੋ ਜੀ 6479333 ਦੇ ਉੱਤੇ ਕਾਲ ਕਰਕੇ। ਥੋੜ੍ਹੀ ਜਿਹੀ ਦੇਰ ਬਾਅਦ ਅਸੀਂ ਜੁੜਦੇ ਹਾਂ ਪੰਜਾਬ ਤੱਕਰ ਸ਼ਬਦ ਸ਼ਰਵਣ ਕਰਦੇ ਆ, ਬਣੇ ਰਹਿਣਾ ਜੀ ਪਰਦੇਸੀ ਟੀ ਵੀ ਦੇ ਨਾਲ, ਕਿਤੇ ਨਹੀਂ ਜਾਣਾ, ਅਸੀਂ ਹੁਣੇ ਗਏ ਅਤੇ ਹੁਣੇ ਆਏ। ਜੀਓ
स्वागत है जी एक बार फिर परदेसी टीवी दे विच। मैं थोड़ा होस्ट ते दोस्त बिक्रमजीत सिंह क्लेर अज दा प्रोग्राम टोरंटो दे स्टूडियो तो लैके हाजिर हाँ जी। आस करदे हां कि तुसीं अज दे प्रोग्राम नाल जुड़े होवोगे, जरूर प्रोग्राम दा आनंद माण रहे होवोगे। अगर दस दईए तुसीं एक बार फिर असीं दस दईए जिहड़ा परदेसी टीवी इस वेले पूरी दुनिया दे विच चल रहा जी। अगर असीं न्यूजीलैंड आस्ट्रेलिया तो गल करिए उत्थे इस वेले रियल टीवी क्रूज टीवी दे उत्ते चल रहा जी। अगर उस तों बाद यूरोप दे विच आ जाइए उत्थे मैक्स टीवी ते जादू टीवी दे उत्ते चल रहा। यूरोप तो बाद अगर असी नॉर्थ अमेरिका यानी कि कैनेडा यूएसए अमेरिका की गल करिए इत्थे आई पी टीवी ते शावा टीवी दे उत्ते चल रहा। उहदे नाल नाल अगर तुसी इंडिया जां पाकिस्तान किसी होर कंट्री दे विच उत्थों यूट्यूब ते फेसबुक पेज दे उत्ते लाइव चलता जी। 24/7 प्रोग्राम चलता जी। वख वख होस्ट वख वख अपने प्रोग्राम लैके आउंदे आ। उहदे विच हिमाचली प्रोग्राम भी आउंदा जी, यूपी का भी एक प्रोग्राम आउंदा ते नाल दी नाल गुजराती भी प्रोग्राम हुंदा, होर पंजाबी दे विच तकरीबन 24/7 लाइव प्रोग्राम चलदे आ जी। सनिचरवार वाले दिन वाले प्रोग्राम जिहड़े सवेर तो स्टार्ट हो जांदे 9 बजे तो लैके शाम तक लगातार लाइव चलदे आ। वख वख मेहमान प्रोग्राम दे विच शिरकत करदे आ जी। साडा प्रोग्राम इह पहला हुंदा जी, स्टार्टिंग द डे सैचरडे, इस करके असीं सवेर दा प्रोग्राम लैके हाजिर हाँ जी। तो मिल लो जी एक बार फिर दस दईए कि प्रोग्राम दे विच तुसीं अगर लाइव गलबात करनी चाहते हो, साडे मेहमान दे नाल गलबात करनी चाहते हो जी, इको एक नंबर है जी 6479331313 दे उत्ते कॉल करके तुसीं साडे नाल राबता कर सकते हो जी। साडे मेहमान तो तुसीं अपने क्वेश्चन भी पूछ सकते हो जी। अगर तुसीं ईमेल करके तुसीं गलबात करनी चाहते हो, अपने मैसेज साडे तक पहुँचाने चाहते हो जी, info@pardesi.tv दे उत्ते तुसीं ईमेल करके साडे तक अपने विचार पहुँचा सकते हो जी। टैक्स करन दे लई मेरा भी नंबर जी 416-984-1313 जां फिर 284-1313-647 एरिया कोड दे उत्ते भी डायल करके साडे तक अपने विचार अपने मैसेज पहुँचा सकते हो। कोशिश करांगे कि असीं अपने मेहमान तो तुहाडे बिहाफ ते जरूर क्वेश्चन करिए, बेशर्ते कि तुहाडा जिहड़ा क्वेश्चन है एक मर्यादा दे तहत होना चाहिए, कि उहदे लई असीं फिर माफ़ी चाहवांगे कि तुहाडी लाइन भी असीं कट्टण नूं मजबूर होवांगे। असीं तुहानूं पहलां ही दस दईए कि कुछ क रूल असीं साडे स्टूडियो दे विच असीं जरूर उन्हां नूं कायम रखते हैं। इस करके साड़ी हथ बन के बेनती है कि जिहड़ा भी तुसीं क्वेश्चन करना कि एक मर्यादा दे विच रह के ही करना, चंगा लगे एक सोहना लगता एक क्वेश्चन पुछण वाले नूं भी ते उसका आंसर देने वाले भी इंसान नूं वधिया लगदा। लाओ जी बड़ा समा ना लैंदे हो जी, असीं पंजाब जांदे हां जी। मेरा साथ देणगे जी दलजीत सिंह अजनोहा। सब तो पहला मैं दलजीत सिंह अजनोहा दा स्वागत करांगा जी। दलजीत सिंह अजनोहा साहब तुहाडा परदेसी टीवी दे विच जी आ, स्वागत, सत श्री अकाल जी। ਜਿਹੜੇ ਕਿਸੇ ਪਹਿਚਾਣ ਦੇ ਕਿਸੇ ਨਾਂ ਦੇ ਮੁਹਤਾਜ ਨਹੀਂ, ਜਿਨ੍ਹਾਂ ਦਾ ਨਾਂ ਸਿਆਸਤ ਦੇ ਵਿੱਚ ਵੀ ਇੱਕ ਵੱਖਰਾ ਮੁਕਾਮ ਆ ਤੇ ਨਾਲ ਦੀ ਨਾਲ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਵੀ ਉਹਨਾਂ ਦੇ ਇੱਕ ਵੱਖਰੇ ਮੁਕਾਮ ਤੇ ਉਹਨਾਂ ਦੇ ਸ਼ਖਸੀਅਤ ਹੈ ਜੀ। ਤੇ ਅੱਜ ਅਸੀਂ ਉਹਨਾਂ ਦੇ ਨਾਲ ਜਿੱਥੇ ਉਹਨਾਂ ਦੇ ਨਾਲ ਜੀਵਨ ਸੰਬੰਧੀ ਸੰਘਰਸ਼ ਸੰਬੰਧੀ ਤੇ ਆਪਣੇ ਜੀਵਨ ਵਿੱਚ ਕੀਤੀਆਂ ਗੱਲ ਕਰਦੇ ਨਾਲ ਨਾਲ ਅਸੀਂ ਉਹਨਾਂ ਦੇ ਧਾਰਮਿਕ ਤੇ ਸਿਆਸੀ ਮੁੱਦਿਆਂ ਦੇ ਵੀ ਜਿਹੜੀ ਗੱਲ ਕਰਾਂਗੇ ਉਹ ਹਨ ਸਰਦਾਰ ਸੋਹਣ ਸਿੰਘ ਜੀ ਖੰਡਲ, ਜਿਨ੍ਹਾਂ ਨੇ ਪਿਛਲੇ ਸਿਆਸਤ ਦੇ ਵਿੱਚ ਲਗਾਤਾਰ 20 ਸਾਲ MLA ਰਹੇ ਤੇ ਨਾਲ ਕੈਬਨਿਟ ਮੰਤਰੀ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ ਤੇ ਉੱਥੇ ਧਾਰਮਿਕ ਸੰਸਥਾਵਾਂ ਦੇ ਵੀ ਰਿਪ੍ਰੈਜੈਂਟਰ ਨੇ। ਅੱਜ ਅਸੀਂ ਉਹਨਾਂ ਦੇ ਨਾਲ
हर मुद्दे पर गल करांगे जी। स्वागत है जी सरदार सोहन सिंह थंडल जी परदेसी टीवी पर जी आपकी दा जी। सब तो पहला मैं अजनोहा जी और क्लेर साहब और परदेसी टीवी को देखने पाने वाले सारे भैणां भरावां नूं वाहिगुरू जी का खालसा वाहिगुरू जी की फतेह, तुहाडा सारिआं दा बहुत बहुत धन्यवाद। ਠੰਡਲ ਸਾਹਿਬ ਪਰਦੇਸੀ ਟੀ ਵੀ ਦੇ ਸਟੂਡੀਓ ਤੋਂ ਵੀ ਮੇਰੇ ਵੱਲੋਂ ਆਪ ਸਭ ਨੂੰ ਅਜਨੋਹਾ ਸਾਹਿਬ ਨੂੰ ਅਤੇ ਤੁਹਾਨੂੰ ਸਾਡੇ ਵੱਲੋਂ ਵੀ ਨਿੱਘੀ ਨਾਗਾ ਤੁਹਾਡਾ ਜੀ ਆਇਆਂ ਸਵਾਗਤ ਹੈ ਜੀ। ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਅਜਨੋਹਾ ਸਾਹਿਬ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਤੁਹਾਡੀ ਲਾਈਫ ਬਾਰੇ ਕਿਸ ਤਰ੍ਹਾਂ ਤੁਸੀਂ ਸਿਆਸਤ ਦੇ ਵਿੱਚ ਆਏ, ਕਿਵੇਂ ਤੁਹਾਡੀ ਲਾਈਫ ਰਹੀ ਸ਼ੁਰੂ ਤੋਂ ਲੈ ਕੇ ਅੱਜ ਤੱਕ, ਤੁਹਾਡੇ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੀ ਲਾਈਫ ਬਾਰੇ, ਤੁਹਾਡੀ ਸੋਸ਼ਲ ਲਾਈਫ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਆਪ ਵੀ ਜਾਣਾਂਗੇ ਅਤੇ ਸਾਡੇ ਵਿਊਅਰ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਠੰਡਲ ਸਾਹਿਬ, ਸਭ ਤੋਂ ਪਹਿਲਾਂ ਇੱਕ ਵਾਰ ਫੇਰ ਸਵਾਗਤ ਹੈ ਜੀ ਪਰਦੇਸੀ ਟੀ ਵੀ ਦਾ। ਅਸੀਂ ਜ਼ਰੂਰ ਉਸ ਤੋਂ ਪਹਿਲਾਂ ਗੱਲਬਾਤ ਕਰੀਏ, ਇਸ ਵੇਲੇ ਅਜਨੋਹਾ ਸਾਹਿਬ ਆਪਣੇ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਹੈ? ਮੌਸਮ ਮੈਂ ਕਲੀਅਰ ਜੀ ਆਪਣੇ ਬਿਕਰਮ ਜੀ ਤੁਹਾਨੂੰ ਮੌਸਮ ਤੋਂ ਤੁਸੀਂ ਆਪਣਾ ਭਾਵ ਦੱਸੋ, ਮੌਸਮ ਕਿਹੋ ਜਿਹਾ ਮੌਸਮ ਦੀ ਗੱਲ ਕਰ ਰਹੇ ਹੋ, ਸਿਆਸੀ ਮੌਸਮ ਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਨੈਚੁਰਲ ਮੌਸਮ ਗੱਲ ਕਰ ਰਹੇ ਹੋ? ਸਿਆਸੀ ਮੌਸਮ ਦੀ ਵੀ ਅਜਨੋਹਾ ਸਾਹਿਬ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ, ਕਿਉਂਕਿ ਇਸ ਵੇਲੇ ਇਹ ਤਾਂ ਮੈਨੂੰ ਕੁਐਸਚਨ, ਕਿਉਂਕਿ ਸਭ ਤੋਂ ਪਹਿਲਾਂ ਮੇਰੇ ਕੋਲ ਇੱਕ ਵਿਊਅਰ ਦਾ ਮੈਸੇਜ ਆ ਗਿਆ ਜੀ, ਉਹਨੇ ਇੰਡੀਆ ਜਾਣਾ, ਪੰਜਾਬ ਜਾਣਾ, ਉਹਨਾਂ ਦੀ ਫੈਮਿਲੀ ਫੇਰੀ ਹੋਣੀ ਆ, ਉਹ ਉਹਨਾਂ ਨੇ ਪੁੱਛਣਾ ਚਾਹਿਆ ਵੀ ਤੁਸੀਂ ਆਪਣੇ ਜਿਹੜੇ ਇੰਡੀਆ ਦੀ ਟੀਮ ਉਹਨਾਂ ਤੋਂ ਪੁੱਛੋ ਵੀ ਇਸ ਵੇਲੇ ਧੁੰਦ ਜਿਹੜੀ ਪੰਜਾਬ ਦੇ ਵਿੱਚ ਕਿਵੇਂ ਆ, ਕਿਉਂਕਿ ਆਪਾਂ ਬਾਅਦ 'ਚ ਸਿਆਸੀ ਕੁਐਸਚਨਾਂ ਦੇ ਵਿੱਚ ਖੋ ਜਾਣਾ, ਫਿਰ ਮੈਂ ਕਹਿੰਦਾ ਆਪਣੇ ਜੇਨ ਦੇ ਵਿੱਚੋਂ ਵਿਸਰ ਨਾ ਜਾਵੇ, ਇਸ ਕਰਕੇ ਮੈਂ ਪਹਿਲਾਂ ਹੀ ਕੁਐਸਚਨ ਪੁੱਛਿਆ ਵੀ ਪੰਜਾਬ ਦਾ ਜਿਹੜਾ ਇਸ ਵੇਲੇ ਧੁੰਦ ਵਾਲਾ ਮੌਸਮ ਕਿਵੇਂ ਆ? ਜੀ ਵਿਕਰਮ ਜੀ, ਮੌਸਮ ਇਸ ਬਾਰੇ ਧੁੰਦ ਦੀ ਜੇ ਅਸੀਂ ਗੱਲ ਕਰੀਏ ਤਾਂ ਧੁੰਦ ਤਾਂ ਹਰ ਦੂਸਰੇ ਤੀਸਰੇ ਦਿਨ ਪਈ ਰਹਿੰਦੀ ਆ, ਪਰ ਜਿਹੜੇ ਵੀਰਾਂ ਨੇ ਸਾਡੇ ਇੱਥੇ ਪੰਜਾਬ ਦੇ ਵਿੱਚ ਆਉਣਾ, ਇੰਡੀਆ ਦੇ ਵਿੱਚ ਆਉਣਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੌਸਮ ਤਕਰੀਬਨ ਵਧੀਆ ਹੀ ਆ, ਬਾਕੀ ਸਰਦ ਰੁੱਤ ਸ਼ੁਰੂ ਹੋ ਗਈ ਆ, ਸਰਦ ਰੁੱਤ ਦੇ ਵਿੱਚ ਤਕਰੀਬਨ ਮਤਲਬ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜੀ ਧੁੰਦ ਦੀ ਆ ਇਹ ਤਾਂ ਪਰਮਾਤਮਾ ਦੀ ਦੇਣ ਆ ਵੀ ਕਦੀ ਕਦੀ ਪੈ ਜਾਂਦੀ ਆ, ਅਤੇ ਮੌਸਮ ਤਕਰੀਬਨ ਠੀਕ ਹੈ ਜੀ। ਬਿਲਕੁਲ ਜੀ, ਜ਼ਰੂਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਰਹਾਂਗੇ, ਕਿਉਂਕਿ ਕਾਫੀ ਜਿਹੜੀਆਂ ਇੱਥੋਂ ਫੈਮਿਲੀਆਂ ਇੱਥੋਂ ਨਹੀਂ, ਯੂਰਪ ਤੋਂ, ਹੋਰ ਆਸਟ੍ਰੇਲੀਆ, ਨਿਊਜ਼ੀਲੈਂਡ, ਉੱਧਰੋਂ ਸਾਰੀ ਦੁਨੀਆ ਦੇ ਵਿੱਚੋਂ ਪੰਜਾਬ ਵੱਲ ਲਿਜਾਂਦੀਆਂ ਜੀ ਇਹਨਾਂ ਟਾਈਮ ਦੇ ਵਿੱਚ ਵੀਰਾਂ ਕਰਕੇ। ਆਪਾਂ ਵੱਧਦੇ ਹਾਂ ਜੀ ਆਪਣੀ ਇੰਟਰਵਿਊ ਵੱਲ, ਆਪਣੀ ਗੱਲਬਾਤ ਵੱਲ। ਸੋਹਣ ਸਿੰਘ ਠੰਡਲ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਜੀਵਨ ਬਾਰੇ ਜਾਣਨਾ ਚਾਹੁੰਦਾ, ਤੁਹਾਡਾ ਪਿਛੋਕੜ ਕਿੱਥੋਂ ਅਤੇ ਕਿੰਨੀ ਤੁਸੀਂ ਐਜੂਕੇਸ਼ਨ ਲਈ ਹੈ ਜੀ? ਕਲੇਰ ਸਾਹਿਬ, ਮੈਂ ਜਿਵੇਂ ਮੇਰੇ ਨਾਂ ਦੇ ਨਾਲ ਸੋਹਣ ਸਿੰਘ ਠੰਡਲ ਲੱਗਾ ਹੈ, ਮੇਰਾ ਠੰਡਲ ਮੇਰਾ ਜੱਦੀ ਪਿੰਡ ਆ, ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ, ਉਹ ਮੇਰਾ ਜਨਮ ਵੀ ਇਸ ਪਿੰਡ ਦੇ ਵਿੱਚ ਹੋਇਆ, ਬਚਪਨ ਵੀ ਮੇਰਾ ਇੱਥੇ ਗੁਜ਼ਰਿਆ, ਉਸ ਤੋਂ ਉਪਰੰਤ ਮੈਂ ਪ੍ਰਾਇਮਰੀ ਸਕੂਲ ਦੀ ਵਿੱਦਿਆ ਵੀ ਇਸ ਪਿੰਡ ਤੋਂ ਹਾਸਲ ਕੀਤੀ, ਉਹ ਤੋਂ ਬਾਅਦ ਮੈਂ ਸਾਡੇ ਨਜ਼ਦੀਕ ਪਿੰਡ ਵਾ ਪਾਂਸ਼ਟ ਪਿੰਡ ਫੁਆੜੇ ਹਲਕੇ ਵਿੱਚ ਪੈਂਦਾ, ਉੱਥੇ ਮੈਂ ਦਸਵੀਂ ਦੀ ਵਿੱਦਿਆ ਵੀ ਉੱਥੋਂ ਹਾਸਲ ਕੀਤੀ, ਅਤੇ ਜਿਹੜਾ ਕਾਲਜ ਦੀ ਪੜ੍ਹਾਈ ਆ ਉਹ ਵੀ ਗੁਰੂ ਨਾਨਕ ਨਾਮ ਪਾਠ ਕਾਲਜ ਰੂਟ ਪਾਂਸ਼ਟ ਤੋਂ ਹੀ ਮੈਂ ਜਿਹੜੀ ਬੀ ਏ ਤੱਕ ਆਪਣੀ ਪੜ੍ਹਾਈ ਹਾਸਲ ਕੀਤੀ ਹੈ। ਉਸ ਕਰਕੇ ਮੇਰਾ ਸਾਰਾ ਪੇਂਡੂ ਪਿੰਡਾਂ ਦਾ ਮੇਰਾ ਪਿਛੋਕੜ ਹੈਗਾ, ਅਤੇ ਮੈਂ ਇੱਕ ਸਧਾਰਨ ਪਿੰਡ ਦੇ ਵਿੱਚ ਸਧਾਰਨ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ, ਔਰ ਇੱਥੋਂ ਹੀ ਜਨਮ ਤੋਂ ਲੈ ਕੇ ਆਪਣੀ ਵਿੱਦਿਆ ਲੈ ਕੇ ਮੈਨੂੰ ਲਗਭਗ 5 ਸਾਲ ਸਿੰਗਾਪੁਰ ਦੇ ਵਿੱਚ ਵਿਦੇਸ਼ ਵਿੱਚ ਵੀ ਰਹਿਣ ਦਾ ਮੌਕਾ ਮਿਲਿਆ, ਔਰ ਉਸ ਤੋਂ ਬਾਅਦ ਮੈਂ ਆ ਕੇ ਆਪਣਾ ਕਾਰੋਬਾਰ ਵੀ ਆਰੰਭ ਕੀਤਾ, ਅਤੇ ਮੈਨੂੰ ਪਹਿਲਾਂ ਤੋਂ ਹੀ ਜਿਹੜੀ ਮੇਰੀ ਪਾਰਟੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਨੂੰ 80 ਤੋਂ ਜਦ ਮੈਂ ਕਾਲਜ ਵਿੱਚ ਹਲੇ ਨਿਕਲਿਆ ਸੀ, ਅਤੇ ਮੈਂ ਉਸ ਵੇਲੇ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਲਾਈਕ ਕੀਤਾ, ਉਹਦੇ ਵਿੱਚ ਮੈਂ ਕੰਮ ਕਰਨਾ ਸ਼ੁਰੂ ਕੀਤਾ, ਅਤੇ ਵਿਦੇਸ਼ ਤੋਂ ਆ ਕੇ ਵੀ ਮੈਂ ਪਾਰਟੀ ਦੇ ਨਾਲ ਪੂਰਾ ਸਰਗਰਮ ਰਿਹਾ, ਔਰ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਕਿ 91 ਦੇ ਵਿੱਚ ਮੈਨੂੰ ਪਾਰਟੀ ਨੇ ਟਿਕਟ ਦੇ ਕੇ ਹਲਕਾ ਮਾਲਪੁਰ ਤੋਂ ਨਵਾਜਿਆ, ਪਰ ਬਦਕਿਸਮਤੀ ਇਹ ਰਹੀ ਕਿ ਉਸ ਵੇਲੇ ਇਲੈਕਸ਼ਨਾਂ ਜਿਹੜੀਆਂ ਪੋਸਟਪੋਨ ਹੋ ਗਈਆਂ ਅਤੇ ਮੈਂ ਕਾਮਯਾਬ ਨਾ ਹੋ ਸਕਿਆ। 93 ਦੇ ਵਿੱਚ ਹਾਂਜੀ ਹਾਂਜੀ 93 ਦੇ ਵਿੱਚ ਪਿੰਡ ਵੱਲੋਂ ਮੈਨੂੰ ਸਰਪੰਚ ਵੀ ਚੁਣਿਆ ਗਿਆ, ਔਰ ਸਰਪੰਚ ਦੇ ਦੌਰਾਨ ਹੀ 97 ਦੇ ਵਿੱਚ ਮੁੜ ਕੇ ਫਿਰ ਅਸੈਂਬਲੀ ਦੀਆਂ ਪੰਜਾਬ ਦੀਆਂ ਇਲੈਕਸ਼ਨਾਂ ਆਈਆਂ, ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਟਿਕਟ ਦੇ ਕੇ ਨਿਵਾਜਿਆ, ਅਤੇ ਲੋਕਾਂ ਨੇ ਬਹੁਤ ਵੱਡਾ ਮੈਨੂੰ ਮਾਣ ਦੇ ਕੇ ਪਹਿਲੀ ਵਾਰੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਭੇਜਿਆ, ਔਰ ਜਿਹਦੇ ਤਹਿਤ ਮੈਂ 2000 ਦੇ ਵਿੱਚ ਸਟੇਟ ਮਿਨਿਸਟਰ ਫੂਡ ਸਪਲਾਈ ਜਿਹੜਾ ਉਹ ਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਬਣਿਆ, ਔਰ ਲਗਾਤਾਰ 2 ਦੇ ਵਿੱਚ ਵੀ
2007 ਵਿੱਚ ਵੀ 2012 ਵਿੱਚ ਵੀ 4 ਵਾਰ ਲਗਾਤਾਰ ਮੈਂ ਜਿਹੜਾ ਉਹ ਜਿੱਤ ਹਾਸਲ ਕਰਕੇ ਪੰਜਾਬ ਦੀ ਅਸੈਂਬਲੀ ਵਿੱਚ ਆਪਣੇ ਹਲਕੇ ਦੇ ਮਾਣ ਨੂੰ ਵਧਾਇਆ ਔਰ ਪਿਛਲੀ ਸਰਕਾਰ ਦੇ ਵਿੱਚ ਮੈਨੂੰ ਕੈਬਨਿਟ ਮਿਨਿਸਟਰ ਬਣਨ ਦਾ ਜਿਹੜਾ ਉਹ ਮਾਣ ਹਾਸਲ ਹੋਇਆ ਜਿਹਦੇ ਵਿੱਚ ਮੇਰੇ ਕੋਲ 4 ਮਹਿਕਮੇ ਜਿਹੜੇ ਉਹਨਾਂ ਦਾ ਮੈਂ ਕੰਮਕਾਰ ਜਿਹੜਾ ਦੇਖ ਰਿਹਾ ਸੀ ਸੋ ਇਸ ਕਰਕੇ ਮੇਰਾ ਜਿਹੜਾ ਸਾਰਾ ਜੀਵਨ ਉਹ ਇੱਕ ਪਿੰਡ ਤੋਂ ਸ਼ੁਰੂ ਹੋ ਕੇ ਪਿੰਡ ਦੇ ਸਰਪੰਚੀ ਤੋਂ ਸ਼ੁਰੂ ਹੋ ਕੇ ਮੈਂ ਕੈਬਨਿਟ ਮੰਤਰੀ ਤੱਕ ਪੰਜਾਬ ਸਰਕਾਰ ਦੇ ਵਿੱਚ ਕੰਮ ਕੀਤਾ ਸੋ ਮੈਨੂੰ ਖੁਸ਼ੀ ਹੈ ਕਿ ਮੇਰੇ ਇਲਾਕੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਔਰ ਮੈਂ ਅੱਜ ਵੀ ਇੱਕ ਮੇਰੀ ਇਹ ਵੀ ਬਹੁਤ ਮੈਂ ਅਹਿਮੀਅਤ ਹੈ ਕਿ 20 ਸਾਲ ਰਾਜਨੀਤੀ ਰਹਿਣ ਦੇ ਬਾਵਜੂਦ ਵੀ ਮੈਂ ਆਪਣੇ ਖੰਡਲ ਪਿੰਡ ਦੇ ਵਿੱਚ ਹੀ ਮੈਂ ਰਹਿੰਦਾ ਆਪਣੇ ਉਸੇ ਪਿੰਡ ਦੇ ਨਾਲ ਮੇਰਾ ਪਿਆਰ ਆ ਮੇਰਾ ਸਾਰਾ ਪਰਿਵਾਰ ਇਸ ਪਿੰਡ ਦੇ ਵਿੱਚ ਹਾਲੇ ਵੀ ਉਹ ਰਹਿੰਦਾ ਬਹੁਤ ਅੱਛਾ ਠੰਡਾ ਸਾਹਿਬ ਤੁਸੀਂ ਦੱਸਿਆ ਕਿ ਤੁਸੀਂ ਸਿੰਘਾਪੁਰ ਵੀ 5 ਸਾਲ ਰਹੇ ਹਾਂ ਉੱਥੇ ਵੀ ਰਹਿ ਕੇ ਥੋੜ੍ਹਾ ਕੰਮ ਕੀਤਾ ਮੈਂ ਆਪਣੇ ਦਰਸ਼ਕਾਂ ਦੇ ਲਈ ਜਾਣਨਾ ਚਾਹੁੰਦਾ ਕਿ ਤੁਸੀਂ ਜਦੋਂ ਸਿੰਘਾਪੁਰ ਤੋਂ ਵਾਪਸ ਪੰਜਾਬ ਆਏ ਆ ਕੇ ਤੁਸੀਂ ਤੁਹਾਡੇ ਕਹਿਣ ਮੁਤਾਬਕ ਤੁਸੀਂ ਉੱਥੇ ਇੱਥੇ ਆ ਕੇ ਬਿਜ਼ਨਸ ਕੀਤਾ ਕਿਹੜਾ ਬਿਜ਼ਨਸ ਸੀ ਜਿਹੜਾ ਤੁਸੀਂ ਕੀਤਾ ਦੱਸਣਾ ਚਾਹੂੰਗਾ ਮੈਂ ਇੱਥੇ ਆ ਕੇ ਜੀ 86 ਤੋਂ ਆਪਣੇ ਰੀਅਲ ਸਟੇਟ ਦਾ ਜਿਹੜਾ ਪ੍ਰੋਪਰਟੀ ਦਾ ਉਹ ਕੰਮ ਸ਼ੁਰੂ ਕੀਤਾ ਸੀ ਮਤਲਬ ਖਰੀਦਣੀ ਵੇਚਣੀ ਕੰਮ ਉਹਦਾ ਕਰਦਾ ਰਿਹਾ ਔਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਕਾਫੀ ਲੰਮਾ 97 ਤੋਂ ਬਾਅਦ ਵੀ ਮੈਂ ਇਹ ਕੰਮ ਲਗਾਤਾਰ ਕੀਤਾ ਔਰ ਜਿਹਦੇ ਤਹਿਤ ਮੇਰੀ ਆਪਣੀ ਜਿਹੜੀ ਹੈ ਰੋਜੀ ਰੋਟੀ ਉਹ ਚੱਲਦੀ ਸੀ ਔਰ ਅੱਜ ਵੀ ਬੇਸ਼ੱਕ ਅੱਜ ਪ੍ਰੋਪਰਟੀ ਦੇ ਰੇਟ ਜਿਹੜੇ ਆ ਉਹ ਕਾਫੀ ਘੱਟ ਗਏ ਆ ਕਿਤੇ ਨਾ ਕਿਤੇ ਮੈਂ ਆਪਣਾ ਇਹੋ ਜਿਹਾ ਲਿੰਕ ਰੱਖਿਆ ਹੈਗਾ ਤਾਂ ਕਿ ਜਿਹੜਾ ਆਪਣਾ ਜਿੱਥੇ ਪੋਲਿਟਿਕਸ ਦਾ ਕੰਮ ਚੱਲਦਾ ਰਹੇ ਉੱਥੇ ਨਾਲ ਨਾਲ ਆਪਣਾ ਜਿਹੜਾ ਆ ਉਹ ਜੀਵਿਕਾ ਕਮਾਉਣ ਵਾਸਤੇ ਵੀ ਆਪਣਾ ਜਿਹੜਾ ਕੋਈ ਕੰਮ ਮੇਰਾ ਨਾਲ ਚੱਲਦਾ ਰਹਿੰਦਾ ਬਹੁਤ ਅੱਛੇ ਠੰਡਰ ਸਾਹਿਬ ਠੰਡਰ ਸਾਹਿਬ ਤੁਸੀਂ ਤੁਹਾਡੇ ਕਹਿਣ ਮੁਤਾਬਕ ਤੁਸੀਂ ਕਾਲਜ ਦੇ ਟਾਈਮ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਹਾਡਾ ਝੁਕਾਅ ਜ਼ਿਆਦਾ ਰਿਹਾ ਕੀ ਕਾਰਨ ਸੀਗਾ ਬਾਕੀ ਪਾਰਟੀਆਂ ਵੱਲ ਘੱਟ ਝੁਕਾਅ ਹੋਇਆ ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਖਾਨਦਾਨੀ ਜਿਹੜਾ ਹੁੰਦਾ ਵੀ ਦਾਦੇ ਪੜਦਾਦੇ ਕਹਿੰਦੇ ਕਹਾਵਤ ਸੁਣਦੇ ਆਏ ਅਸੀਂ ਵੀ ਉਹ ਕਹਿੰਦੇ ਹੁੰਦੇ ਆ ਵੀ ਜੱਟਾਂ ਦਾ ਇਹਦਾ ਇਹੀ ਕਹਿਣਾ ਵੀ ਅਸੀਂ ਤਾਂ ਪੰਥ ਨੂੰ ਵੋਟ ਪਾਉਣੀ ਆ ਚਾਹੇ ਕੋਈ ਚੰਗਾ ਕੰਮ ਕਰੇ ਚਾਹੇ ਮਾੜਾ ਕੰਮ ਕਰੇ ਅਸੀਂ ਤਾਂ ਪੰਥ ਨੂੰ ਪਾਉਣਾ ਕੀ ਕਾਰਨ ਤੁਸੀਂ ਕਾਰਨ ਰਿਹਾ ਵੀ ਜਿਹੜੇ ਅਕਾਲੀ ਦਲ ਨੂੰ ਤੁਸੀਂ ਜ਼ਿਆਦਾ ਅਹਿਮੀਅਤ ਦਿੱਤੀ ਆ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਕਲੇਰ ਸਾਹਿਬ ਮੈਂ ਜਦੋਂ ਕਾਲਜ ਵਿੱਚ ਪੜ੍ਹਦਾ ਸੀ ਕੁਦਰਤੀ ਗੱਲ ਸੀ ਕਿ ਮੇਰਾ ਕੁਛ ਸਿਆਸੀ ਬੰਦਿਆਂ ਨਾਲ ਵੀ ਲਿੰਕ ਰਿਹਾ ਔਰ ਮੇਰੀ ਜਿਹੜੀ ਆ ਸੋਚ ਵੀ ਉਹ ਪਹਿਲਾਂ ਤੋਂ ਹੀ ਕੁਦਰਤੀ ਮੈਂ ਹਮੇਸ਼ਾ ਸਧਾਰਨ ਪਰਿਵਾਰ ਦਾ ਸੀ ਪਰ ਮੇਰੀ ਸੋਚ ਅਗਾਂਹ ਵਧ ਰਹੀ ਹੈ ਮੈਂ ਸਾਰੀਆਂ ਪਾਰਟੀਆਂ ਦਾ ਖਾਸ ਤੌਰ ਤੇ ਮੈਂ ਦੇਖਦਾ ਰਿਹਾ ਕਿਉਂਕਿ ਲੰਬਾ ਸਮਾਂ ਉਸ ਵੇਲੇ ਜਦੋਂ ਅਸੀਂ ਬਚਪਨ ਵਿੱਚ ਸੀਗੇ ਤੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਇੱਕੋ ਪਾਰਟੀ ਦੀ ਗੱਲ ਹੁੰਦੀ ਸੀ ਉਹ ਸੀ ਕਾਂਗਰਸ ਪਾਰਟੀ ਪਰ ਜਿਸ ਵੇਲੇ ਮੈਂ ਹਾਲੇ ਕਾਲਜ ਪੜ੍ਹਦਾ ਸੀ ਤੇ 77 ਦੇ ਵਿੱਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਜਿਹੜੀ ਸਰਕਾਰ ਨੇ ਉਸ ਵੇਲੇ ਹਾਲੇ 2-2.5 ਸਾਲ ਹੋਏ ਸੀ ਤੇ ਐਮਰਜੈਂਸੀ ਤੋਂ ਬਾਅਦ ਸਰਕਾਰ ਬਣੀ ਸੀ ਤੇ ਸੈਂਟਰ ਦੀ ਸਰਕਾਰ ਨੇ ਧੱਕੇ ਨਾਲ ਸਾਡੀ ਸਟੇਟ ਦੀ ਸਰਕਾਰ ਤੋੜ ਦਿੱਤੀ ਜਿਹੜਾ ਸਾਡੇ ਉਸ ਵੇਲੇ ਨੈਚੁਰਲ ਦੀ ਗੱਲ ਸੀ ਕਿ ਜਿਹੜੇ ਮੇਰੇ ਵਰਗੇ ਉਲੇ ਜੰਗਸਟਰ ਸੀਗੇ ਉਹਦੇ ਮਨ ਦੇ ਉੱਤੇ ਦਾ ਬੋਝ ਵੀ ਪਿਆ ਤੇ ਮੈਂ ਜੋ ਦੇਖ ਰਿਹਾ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਇੱਕ ਤਾਂ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ 1920 ਤੋਂ ਲੈ ਕੇ ਵੱਡਾ ਇਹਦਾ ਪਿਛੋਕੜ ਆ ਜਿਹਨੇ ਵੱਡੀਆਂ ਕੁਰਬਾਨੀਆਂ ਕਰਕੇ ਇਹ ਪਾਰਟੀ ਨੂੰ ਕਾਇਮ ਵੀ ਰੱਖਿਆ ਔਰ ਦੇਸ਼ ਦੀ ਆਜ਼ਾਦੀ ਵਿੱਚ ਬੜਾ ਯੋਗਦਾਨ ਪਾਇਆ ਔਰ ਸ਼੍ਰੋਮਣੀ ਅਕਾਲੀ ਦਲ ਜਿਹਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਉਹਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਲਈ ਹੱਕਾਂ ਦੀ ਲੜਾਈ ਲੜੀ ਆ ਲੰਬਾ ਸਮਾਂ ਜੇਲ੍ਹ ਕੱਟੀ ਆ ਬਿਲਕੁਲ ਜੀ ਕਿਸੇ ਬੰਦੇ ਨੇ ਉਸ ਵੇਲੇ ਐਮਰਜੈਂਸੀ ਵੇਲੇ ਵੀ ਜੇ ਕਿਸੇ ਬੰਦੇ ਝੰਡਾ ਬੁਲੰਦ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਝੰਡਾ ਬੁਲੰਦ ਕੀਤਾ ਲੰਬਾ ਸਮਾਂ ਜੇਲ੍ਹ ਦੇ ਵਿੱਚ ਉਸ ਵੇਲੇ ਵੀ ਉਹ ਰਹੇ ਆ ਸੋ ਨੈਚੁਰਲੀ ਗੱਲ ਸੀ ਕਿ ਜਿਹੜੀ ਪਾਰਟੀ ਜਿਹੜਾ ਵਿਅਕਤੀ ਸਾਨੂੰ ਦਿਸ ਰਿਹਾ ਸੀ ਕਿ ਇਹ ਪੰਜਾਬ ਦੇ ਹਿੱਤ ਦੀ ਗੱਲ ਕਰ ਰਿਹਾ ਜਾਂ ਇਹਨਾਂ ਨਾਲ ਵਾਰ ਵਾਰ ਧੱਕਾ ਹੋ ਰਿਹਾ ਕਿ ਸਾਨੂੰ ਦਿੱਲੀ ਤੋਂ ਆਪਣੀ ਸਰਕਾਰ ਜਿਹੜੀ ਆ ਉਹ ਵਾਰ ਵਾਰ ਸਰਕਾਰਾਂ ਤੋੜ ਰਹੀ ਹੈ ਕਦੀ 1.5 ਸਾਲ ਕੇ 2 ਸਾਲ ਚਲਾਉਂਦੀ ਹੈ ਤੇ ਇਸ ਪਾਰਟੀ ਵਿੱਚ ਆਇਆ ਜਾਵੇ ਤਾਂ ਮਜ਼ਬੂਤ ਕੀਤਾ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ ਬਿਲਕੁਲ ਇਸ ਕਰਕੇ ਮੇਰੀ ਵਿਚਾਰਧਾਰਾ ਜਿਹੜੀ ਆ ਤੁਸੀਂ ਜਿਹੜੀ ਮੈਂ ਧਾਰਮਿਕ ਤੌਰ ਤੇ ਵੀ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਸਿੱਖ ਸਿਧਾਂਤਾਂ ਦੇ ਉੱਪਰ ਕੰਮ ਕਰਦਾ ਔਰ ਸਿੱਖੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਚਾਹੇ ਇਹਦੇ ਵਿੱਚ ਜਿਹੜੀ ਬਾਣੀ ਆ ਇਹਦੇ ਸਾਰੇ ਲੋਕਾਂ ਨੂੰ ਇੱਕ ਬਰਾਬਰਤਾ ਦਾ ਸੰਦੇਸ਼ ਦਿੱਤਾ ਮੇਰੇ ਵਰਗੇ ਜਿਹੜੇ ਗਰੀਬ ਪਰਿਵਾਰਾਂ ਦੇ ਅਸੀਂ ਬੱਚੇ ਹਾਂ ਜਾਂ ਸਾਨੂੰ ਕਈ ਵਾਰੀ ਹਿੰਦੁਸਤਾਨ ਦੇ ਵਿੱਚ ਕਾਸਟ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਪਰ ਜਦੋਂ ਅਸੀਂ ਇਹ ਸਿੱਖਿਜ਼ਮ ਦੀ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਮਾਣ ਸਤਿਕਾਰ ਦਿੱਤਾ ਔਰ ਜਿੱਥੇ ਛੀਆਂ ਗੁਰੂਆਂ ਦੀ ਬਾਣੀ 15 ਭਗਤਾਂ ਦੀ ਬਾਣੀ ਭਗਤਾਂ ਦੀ ਬਾਣੀ ਸਿੱਖਾਂ ਦੀ ਬਾਣੀ ਦਰਜ ਕਰਕੇ ਉਹ ਸਾਰਿਆਂ ਨੂੰ ਜੋ ਬਰਾਬਰਤਾ ਦਿੱਤੀ ਆ ਉਹ ਮੇਰਾ ਵਿਸ਼ਵਾਸ ਇਹ ਸੀ
कि जिहड़ी पार्टी इस पासे काम करदी है आपां उहदे नाल चलीए। और दूजे पासे मेरा विश्वास होर भी उस वेले पक्का होया जदों दिल्ली की सरकार वालों ये साडे धर्म नूं दहशत करन लई दरबार साहब के उपर मिलटरी चाढ़ के इहनूं चाहे साडा अकाल तख्त नूं ढहे ढेरी कीता होर पंजाब नाल धक्के कीते वो मेरे मन नूं होर मजबूती आई। मैनूं बड़ियां पार्टियां ने जिहड़ा सवाल तुसीं कीता मैनूं पहले भी कई लोगों ने किया मैनूं होर पार्टियां अप्रोच भी करदियां सी तू रिजर्व कैटागरी का है तू बी एस पी क्यों नहीं ज्वाइन करता हूँ पता क्यों नहीं जाता पर मेरा यह विश्वास है कि मैं श्रोमणी अकाली दल ही जिहड़ा आ उहदे वास्ते काम करांगा और मैनू उहदे चंगे रिजल्ट भी मिले आ। पार्टी ने मैनू इन्ना मान सत्कार दिता और मैं जो पहली बार एम एल ए बनया तो मैं 97 च एम एल ए बनया सी और 2000 के मैं स्टेट मिनिस्टर बन गया। उदो बाद जी सा 7 से 12 वाली सरकार थी उस मैं सी पी एस एग्रीकल्चर रहा उस करके पिछली सरकार 12 से 17 वाली के मैं एक कैबिनेट मिनिस्टर बनया तो अज पार्टी के मैं बड़ा जो मान सम्मान जो मिले उस करके मेरी अपनी सोच सी जिन्हें मैं चंगा दल से जो दिता और मैं कामना भी करता कि जी सा पार्टी है श्रोमणी अकाली दल पंजाब के हितों लिए जिदा पहले लड़ती रही है ये हूँ भी लड़ूगी और पंजाब की बेहतरी वास्ते हमेशा संघर्षशील जी है वो रहूगी। जनरल साहब माफ़ी चाहूँगा मैं को 2-3 क्वेश्चन थंडल साहब के आंसर के बिचों कुछ क व्यूअर ने भेज दते मैं कॉल नहीं लूँगा मैं पता कुछ क व्यूअर इस वेले कॉलर थोड़ा बहुत गुस्सा जरूर मैं दिख रहा मैसेजा के थ्रू तुम थंडल साहब गल की माफ़ी चाहवागे कि कई क्वेश्चन भी थोड़े हो गए तुम जे आप गल करिए पिछले 10 साल की ना 10 साल द उन्होंने हम थोड़े को थोड़ा जहा डिटेल जानने की कोशिश की है साढ़े व्यूअर ने टोरंटो तो एक ब्यूरो जी मैं उन्होंने मैनू मैसेज भेजा कि तुसी 10 साल की गल की है दूसरी गल की है भी श्रोमणी अकाली दल जी है कि सिखां दी हमदर्द रही है उन्होंने दो गल्लां दे विच तुहानू क्वेश्चन किए जी एक तो जिहड़ा बरगाड़ी कार्ड होया सीगा तुहाडी सरकार दे विच एक सिख सरकार दे विच कह लो उहदे ते उहदा जो भी दो नौजवान मरे आ शहीद होया कह लो जी माफ़ी चाहवांगा जी क्योंकि इहदे विच शहीद किया गया जी होए भी शहीद है क्योंकि उन्होंने कोई इहो जिहा काम नहीं किया जिन्हां नूं गोली चलाउण दी नौबत आ गई सी। दूसरी गल जिस पुलिस वालिया ने गोली चलाई सी उन्हां दा अजे तक पता नहीं चलिया आन आइडेंटीफाई क्लीयर किया गया पुलिस वालों का जबकि ये महकमा सरदार सुखबीर सिंह बादल होना कोल सीगा भी पुलिस महकमा हाले तक वो क्लीयर नहीं हो गोली क्यों तो किवें चलाई गई यदा थोड़े को आंसर जानना चाहेंगे। दूसरी गल तुसी 1984 की गल की है कांग्रेस सरकार ने बहुत धक्का किया जरूर किया कोई शक नहीं उन्हें अकाल तख्त साहब से अटैक कराया दिल्ली के जो कुछ साड़ी कौम से होया अजे तक असी भुलना नहीं ना साड़ी आने वाली पनीरिया भुलन गियां ये शायद कितना कितने तुम भी सहमत होवोगे वो थोड़ी सरकार 10 साल हो रही है जी बीजेपी थोड़े नाल भाईवाल रही है उस तो पहला 5 साल वाजपेयी साहब आए थे उन्होंने रहे तुम अज तक कि 84 के दंगे ना जोड़ा दंगे नहीं मैं कहूँगा जेनोसाइड हुई है जी मैं कहूँगा माफ़ी चाहवागा मैं इनू दंगे कह चुका जी जेनोसाइड हुई है क्योंकि टोरंटो के भी ऑलरेडी अंटारियो के भी बिल पास हो गया कैलीफोर्निया के भी पास हो गया न्यूयॉर्क के भी पास हो गया वैनकूवर के भी पास हो गया ये पंजाब दे विच क्यों नहीं पास किया जाता। तो दूसरी गल तुसी ये मुद्दा उन्हां बीजेपी के कोल क्यों नहीं लगाया तो क्यों नहीं दोषियों नूं सज़ा दवाउण की कोशिश की जदों दूजी सरकार आउंदी है फिर तुसी जरूर कहने हो। देखो कलेर साहब तुसी दो सवाल किए मैं कोशिश करांगा कि मैं दोनों का ही जवाब तुहानूं दे सकां। हाँ जी पहली गल है कि जिहड़ा बहुत दुखांत जिहड़ा हिंदुस्तान की धरती के उपर जगत के जिहड़ा वापर रहा मैं समझदा कि यह सब तो ज़्यादा निंदण योग भी है ये कि अपने देश की डेमोक्रेसी के अंदर उन्होंने लोगों ने हिंदुस्तान के आजादी वास्ते बड़ा संघर्ष किया कुर्बानिया सब तो वह 95% की और इतिहास गल का गवाह है और उन्होंने गल की है कि कांग्रेस ने किस तरीके इंदिरा गांधी ने अपना एमरजेंसी से जोड़ा उस वे मैं कह से मतलब मोर्चे लगे वो अपना गुस्सा कटने लिए उन्हें सारी प्लैनिंग करके दरबार साहब से हमला किया और जिले वह कतल होया उस तो बाद जिस तरीके दिल्ली होर शहर पंजाब के भी नरसंहार किया गया ये बड़ा अफसोस है कि अपने मुल्क के अंदर इन्ने साल बीत जाने बाद 33 साल बीतने तो बाद
ਜਿਹੜਾ ਤੁਸੀਂ ਮੁੱਦਾ ਕੀਤਾ ਕਿ ਤੁਸੀਂ ਤੁਹਾਡੀ ਭਾਈਵਾਲ ਸਰਕਾਰ ਰਹੀ ਆ, ਤੁਸੀਂ ਸਮਝਦੇ ਆ ਕਿ ਜਦੋਂ ਕੋਈ ਵੀ ਇਹੋ ਜਿਹਾ ਮੈਟਰ ਆਉਂਦਾ FIR ਲੌਜ ਕੀਤੀ ਜਾਂਦੀ ਹੈ, ਕੇਸ ਰਜਿਸਟਰ ਕੀਤੇ ਜਾਂਦੇ ਆ, ਉਹਨਾਂ ਕੇਸਾਂ ਦੀ ਪੜਤਾਲ ਹੁੰਦੀ ਆ ਤੇ ਪ੍ਰੋਸੀਕਿਊਸ਼ਨ ਕੰਮ ਕਰਦਾ ਅਦਾਲਤਾਂ ਦੇ ਵਿੱਚ ਜਾਂਦਾ। ਜਦ ਇਹ ਭਾਣਾ ਵਾਪਰ ਰਿਹਾ ਉਸ ਵੇਲੇ ਸਰਕਾਰ ਕਿਹਦੀ ਸੀ? ਕਾਂਗਰਸ। ਉਹਨਾਂ ਲੋਕਾਂ ਨੇ ਲੋਕਾਂ ਦੇ ਐਫੀਡੈਵਿਟ, ਲੋਕਾਂ ਦੇ ਬਿਆਨ ਕਿਸੇ ਕਲਮ ਬੰਦ ਹੋਣ ਨਹੀਂ ਦਿੱਤੇ। ਉਹਨਾਂ ਨੇ ਆਪਣਾ ਧੱਕਾ ਇਹੋ ਜਿਹਾ ਕੀਤਾ ਕਿ ਜਿਹੜੀਆਂ ਇੰਨੀਆਂ ਹੋਣ ਦੇ ਬਾਵਜੂਦ ਵੀ ਇਹ ਸਾਰੀ ਦੁਨੀਆਂ 'ਚ ਕਹਿ ਰਹੀ ਆ, ਕਈ ਬਜ਼ੁਰਗ ਔਰਤਾਂ ਕਹਿ ਰਹੀਆਂ ਅਸੀਂ ਅੱਖੀਂ ਦੇਖਿਆ ਕਿ ਸੱਜਣ ਕੁਮਾਰ ਕੀ ਕਰਦਾ ਸੀ, ਜਾਂ ਜਿਹੜੇ ਟਾਈਟਲ ਕੀ ਕਰਦਾ ਸੀ, ਉਹਦੇ ਬਿਆਨ ਕਲਮਬੰਦ ਨਹੀਂ ਕੀਤੇ, ਉਹ ਰਿਕਾਰਡ ਕਦੋਂ ਗਾਇਬ ਹੋ ਗਿਆ। ਉਹ ਸਰਕਾਰਾਂ ਦੇ ਅੰਦਰ ਕੋਈ ਵੀ ਜਿਹੜੀ ਕੋਰਟ ਵਾ ਉਹਨੇ ਤੇ ਪ੍ਰੋਸੀਕਿਊਸ਼ਨ ਦਾ ਰਿਕਾਰਡ ਦੇਖ ਕੇ ਉਹਦਾ ਫਿਰ ਐਵੀਡੈਂਸ ਸੱਜਣ ਕੁਮਾਰ ਨੇ ਉਹੀ ਟਾਈਟਲ ਨੇ ਜਿਹਨਾਂ ਦੇ ਟੈਸਟ ਹੋਣ ਦੀ ਗੱਲ ਕਰ ਰਹੀ ਆ, ਉਹ ਭੱਜ ਰਹੇ ਆ, ਜਿਹਨਾਂ ਦੀ ਗਵਾਹੀਆਂ ਵੀ ਸ਼ੁਰੂ ਹੋ ਗਈਆਂ। ਹੁਣ ਸਾਡੀ ਜਿਹੜੀ ਲਾਈਨ ਉਹ ਚੱਲੀ ਆ ਉਸ ਪਾਸੇ ਨੂੰ ਕਿ ਦੁਬਾਰਾ ਕੇਸ ਓਪਨ ਕਰਕੇ ਉਸ ਪਾਸੇ ਨੂੰ ਅਸੀਂ ਵਧਣ ਲੱਗੇ ਆ। ਜੇ ਇਹੀ ਗੱਲਾਂ ਕਾਂਗਰਸ ਵੇਲੇ ਹੁੰਦੀਆਂ ਤੇ ਅੱਜ ਨੂੰ ਸ਼ਾਇਦ ਉਹ ਬੰਦੇ ਜਿਹੜੇ ਆ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ। ਸੋ ਮੈਂ ਇਹ ਗੱਲ ਕਹਿ ਸਕਦਾ ਕਿ ਕੋਈ ਵੀ, ਕਿਉਂਕਿ ਜੇ ਕੇਸ ਦਿੱਲੀ ਦੇ ਵਿੱਚ ਹੋਏ ਆ ਤੇ ਅਸੀਂ ਪੰਜਾਬ ਵਾਲੇ ਜਾ ਕੇ ਉੱਥੇ FIR ਅਸੀਂ ਵੀ ਦਰਜ ਨਹੀਂ ਕਰ ਸਕਦੇ। ਉਹ ਦਿੱਲੀ ਦੀ ਗੌਰਮੈਂਟ, ਉਹਨਾਂ ਦੀ ਸੀ ਲੰਬਾ ਸਮਾਂ, ਦਿੱਲੀ ਵੀ ਉਹਨਾਂ ਦੀ ਸਰਕਾਰ ਰਹੀ, ਸੈਂਟਰ ਦੀ ਉਹਨਾਂ ਦੀ ਸਰਕਾਰ ਰਹੀ। ਸੋ ਉਹ ਜਿਹੜੀਆਂ ਕਿੱਦਾਂ ਕਿਤੇ ਪੇਪਰ ਵਰਕ ਆ, ਜਿਹੜੀਆਂ ਫਾਈਲਾਂ ਦੇ ਵਿੱਚ ਕਮੀਆਂ ਆ, ਉਹ ਕਮੀਆਂ ਉਹਨਾਂ ਨੂੰ ਬਚਾਉਣ ਦੇ ਲਈ ਸਾਡੀ ਸਰਕਾਰਾਂ ਦੇ ਜਿਹੜੇ ਜ਼ੋਰ ਉਹ ਲੱਗੇ ਰਹੇ ਆ। ਔਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ, ਕਈ ਬੰਦਿਆਂ ਨੇ ਇਸ ਗੱਲ ਨੂੰ ਜਾਂ ਸਵਾਲ ਨੂੰ ਦੂਜੇ ਪਾਸੇ ਨਾ ਲੈ ਕੇ ਜਾਣ, ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਇਹਨਾਂ ਨੇ ਆਪ ਕਿਹਾ ਕਿ ਜਿਹੜੇ ਇਹ ਤਾਂ ਸੱਜਣ ਕੁਮਾਰ ਜਿਹੜੇ ਆ ਨਿਰਦੋਸ਼ ਆ, ਇਹ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਕਾਂਗਰਸ ਦਾ ਲੀਡਰ ਇਹੀ ਨਿਰਦੋਸ਼ ਕੇ ਸਾਬਤ ਕਰੀ ਜਾ ਰਿਹਾ। ਔਰ ਇਸ ਕਰਕੇ ਬਹੁਤ ਸਾਰੇ ਇਹ ਮਸਲੇ ਨੇ, ਅਸੀਂ ਉਸ ਮਸਲੇ ਦੇ ਵਿੱਚ ਅੱਜ ਵੀ ਇਹ ਸਮਝਦੇ ਹਾਂ ਕਿ ਸਿੱਖਾਂ ਦੇ ਨਾਲ ਨਾਇਨਸਾਫ਼ੀ ਹੋਈ ਹੈ, ਇਹ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਚਾਹੇ ਸਿੱਖ ਕੋਈ ਪੰਜਾਬ 'ਚ ਬੈਠਾ, ਹਿੰਦੁਸਤਾਨ 'ਚ ਬੈਠਾ ਜਾਂ ਵਿਦੇਸ਼ਾਂ 'ਚ ਬੈਠਾ, ਉਹਦਾ ਜਿਹੜਾ ਮਨ ਦੇ ਉੱਪਰ ਬਹੁਤ ਵੱਡਾ ਗਹਿਰਾ ਸਦਮਾ ਹੈ ਇਸ ਗੱਲ ਦਾ ਕਿ ਸਾਡੀ ਕੌਮ ਦੇ ਨਾਲ ਆਪਣੀ ਚੁਣੀ ਹੋਈ ਸਰਕਾਰਾਂ ਦੇ ਵਿੱਚ ਇਹ ਬੜਾ ਜ਼ੁਲਮ ਹੋਇਆ। ਦੂਸਰੀ ਮੈਂ ਬੇਨਤੀ ਕਰਾਂ, ਤੁਹਾਡਾ ਦੂਜਾ ਜਿਹੜਾ ਸਵਾਲ ਆ ਉਹ ਸਵਾਲ ਵੀ ਸਾਡਾ ਜਿਹੜਾ ਵਰਗਾਰੀ ਕਾਂਡ ਵਾ ਉਹ ਕਾਂਡ ਵੀ ਬੜਾ ਦੁਖਦਾਈ ਹੋਇਆ। ਸਭ ਤੋਂ ਵੱਡਾ ਤਾਂ ਸਾਨੂੰ ਦੁੱਖ ਇਸ ਗੱਲ ਦਾ ਆ ਕਿ ਸਾਡੇ ਸਾਰਿਆਂ ਦਾ ਜੋ ਦਿਲ ਜਾਨ ਸਾਡੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਾਂ ਸਾਰੇ ਉਹਨੂੰ ਗੁਰੂ ਮੰਨਦੇ ਹਾਂ, ਉਹਨਾਂ ਦੀ ਜਿਹੜੀ ਬੇਅਦਬੀ ਕੀਤੀ ਗਈ ਉਹ ਬੇਅਦਬੀ ਤੋਂ ਬਾਅਦ ਜੋ ਉੱਥੇ ਵੱਖਰਾ ਹੋਰ ਭਾਣਾ ਵਰਤ ਰਿਹਾ, ਉੱਥੇ ਪੁਲਿਸ ਦੀ ਗੋਲੀਆਂ ਦੇ ਨਾਲ ਦੋ ਸਾਡੇ ਜਿਹੜੇ ਨੌਜਵਾਨ ਵਾ ਉਹ ਸ਼ਹੀਦ ਹੋਏ ਆ, ਔਰ ਬੜਾ ਲੋਕਾਂ ਦੇ ਮਨਾਂ ਦੇ ਅੰਦਰ ਇਸ ਚੀਜ਼ ਦਾ ਰੋਸ ਵੀ ਪਾਇਆ ਗਿਆ, ਸਾਨੂੰ ਉਸ ਰੋਸ ਫੇਸ ਵੀ ਕਰਨਾ ਪਿਆ। ਹੁਣ ਸਿੱਖਣ ਵਾਲੀ ਗੱਲ ਇਹ ਆ ਕਿ ਅਸੀਂ ਉਸ ਵੇਲੇ ਉਹਦੇ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ, ਸਾਡੇ ਉਹ ਕਮਿਸ਼ਨ ਦੀ ਗੱਲ ਚੱਲ ਰਹੀ ਸੀ ਕਿ ਉਸ ਇਸ਼ੂ ਨੂੰ ਲੈ ਕੇ ਕਿਸੇ ਬੰਦੇ ਨੇ ਵੀ ਸਾਡੀ ਗੱਲ ਨੂੰ ਕਲੈਰੀਫਾਈ ਹੋਣ ਨਹੀਂ ਦਿੱਤਾ, ਸਰਕਾਰ ਬਦਲ ਗਈ ਅਤੇ ਸਾਡਾ ਕਮਿਸ਼ਨ ਜਿਹੜਾ ਉਹਨੂੰ ਰੱਦ ਕਰ ਦਿੱਤਾ, ਉਹ ਨਵਾਂ ਬਿਠਾ ਦਿੱਤਾ। ਅਸੀਂ ਇਹ ਕਹਿੰਦੇ ਹਾਂ ਜਿਹੜਾ ਨਵਾਂ ਵੀ ਬਿਠਾਇਆ ਜੇ ਉਹਦੇ ਵਿੱਚ ਕੋਈ ਸਾਡਾ ਫਾਲਤ ਤੁਹਾਨੂੰ ਨਜ਼ਰ ਆਉਂਦਾ ਉਹਦੀ ਰਿਪੋਰਟ ਆ ਕੇ ਤਾਂ ਸਾਹਮਣੇ ਲੈ ਕੇ ਆਓ ਕਿਹੜੇ ਬੰਦੇ ਦੋਸ਼ੀ ਆ ਉਹਦੇ ਵਿੱਚ। ਅੱਜ ਉਹ ਗੱਲਾਂ ਸਾਰੀਆਂ ਹੌਲੀ ਹੌਲੀ ਕਲੀਅਰ ਤਾਂ ਸਾਹਮਣੇ ਆ ਰਹੀਆਂ। ਮੈਂ ਉਹ ਗੱਲ ਹਾਲੇ ਤੁਹਾਡਾ ਉਹ ਇਸ਼ੂ ਸਵਾਲ ਨਹੀਂ, ਪਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜੇ ਲੋਕ ਸਾਨੂੰ ਦੋਸ਼ੀ ਕਹਿੰਦੇ ਸੀ, ਸਾਨੂੰ ਸਾਡੇ ਤੇ ਨਸ਼ਿਆਂ ਦਾ ਗੱਲਾਂ ਕਰਦੇ ਸੀ, ਅੱਜ ਉਹ ਲੋਕ ਆਪ ਸਾਹਮਣੇ ਆਉਣੇ ਸ਼ੁਰੂ ਹੋ ਗਏ। ਅਸਲੀਅਤ ਜਿਹੜੀ ਹੈ ਜਿੱਦਾਂ ਕਹਿੰਦੇ ਵੀ ਬਿੱਲੀ ਥੱਲਿਓ ਬਾਹਰ ਆਉਣੀ ਸ਼ੁਰੂ ਹੋ ਗਈ ਆ, ਕਿ ਅਸਲੀਅਤ ਦੇ ਪਿੱਛੇ ਕੀ ਆ, ਉਹ ਕਿਹੜੀਆਂ ਤਾਕਤਾਂ ਨੇ। ਸਾਡੀ 10 ਸਾਲ ਦੀ ਸਰਕਾਰ ਜਿਹੜੀ ਸੀ ਉਹਨੇ ਇੰਨੀ ਡਿਵੈਲਪਮੈਂਟ ਕੀਤੀ ਆ, ਇੱਕ ਵੀ ਮੁੱਦਾ ਸਾਡੇ ਖਿਲਾਫ ਨਹੀਂ ਬਣਦਾ ਸੀ ਕਿ ਜਿਹੜੀ ਆਉਣ ਵਾਲੀ 17 ਦੀ ਇਲੈਕਸ਼ਨ ਆ ਕਿ ਅਪੋਜੀਸ਼ਨ ਪਾਰਟੀਆਂ ਲੈ ਕੇ ਇਲੈਕਸ਼ਨ ਲੜਨਗੀਆਂ, ਇਹ ਸਾਰਾ ਬਿੱਲ ਪਲੈਨਡ ਪ੍ਰੋਗਰਾਮ ਹੋਇਆ। ਔਰ 6 ਮਹੀਨੇ ਪਹਿਲਾਂ ਇਲੈਕਸ਼ਨ ਦੇ ਉਹ ਪ੍ਰੋਗਰਾਮ ਲਿਆ ਕੇ ਸਾਡੀ ਪਾਰਟੀ ਦੇ ਸਾਡੀ ਸਰਕਾਰ ਦੇ ਖਿਲਾਫ ਇੱਕ ਇਹੋ ਜਿਹਾ ਇਸ਼ੂ ਖੜਾ ਕੀਤਾ, ਕਿਉਂਕਿ 1 ਸਾਲ ਪਹਿਲਾਂ ਜਦੋਂ ਸਾਡੇ ਤੇ ਇੱਕ ਵੱਡਾ ਇਲਜ਼ਾਮ ਲੱਗਾ ਸੀ ਕਿ ਪੰਜਾਬ ਦੇ ਤਾਂ ਨੌਜਵਾਨ ਜਿਹੜੇ ਆ 70% ਇਹ ਨਸ਼ੇੜੀ ਹੋ ਗਏ, ਉਹ ਇਸ਼ੂ ਵੀ ਨਹੀਂ ਕੰਮ ਕਰ ਸਕਿਆ। ਉਹ ਅਸਲੀਅਤ ਲੋਕ ਸਮਝ ਗਏ ਕਿ ਇਹ ਝੂਠਾ ਪੰਜਾਬੀ ਨੂੰ ਬਦਨਾਮ ਕਰਨ ਵਾਲੀ ਗੱਲ ਹੈ। ਉਦੋਂ ਬਾਅਦ ਜਦੋਂ ਨਹੀਂ ਕੋਈ ਗੱਲ ਉਹਦੇ ਹੱਥ ਪੁਆਇੰਟ ਆਇਆ ਤੇ ਇੱਕ ਇਹ ਸਾਨੂੰ ਬਦਨਾਮ ਕਰਨ ਵਾਸਤੇ ਕੋਈ ਕੋਈ ਸਾਜ਼ਿਸ਼ ਚੱਲੀ ਗਈ ਹੈ, ਇਹਦੇ ਪਿੱਛੇ ਕਿਹੜੇ ਹੱਥ ਕੰਡੇ ਆ, ਕਿਹੜੀ ਗੱਲ ਵਾ, ਉਹ ਸਾਡਾ ਕਮਿਸ਼ਨ ਵੀ ਗੱਲ ਕਰ ਰਿਹਾ ਸੀ, ਹੁਣ ਕਮਿਸ਼ਨ ਵੀ ਨਵਾਂ ਬਣਿਆ, ਉਹਦੀ ਵੀ ਰਿਪੋਰਟ ਜਿਹੜੀ ਆ ਗਈ। ਹੁਣ ਰਿਪੋਰਟ ਜਿਹੜੀ ਆ ਜੇ ਉਹਦੇ ਵਿੱਚ ਅਕਾਲੀ ਦਲ ਕਸੂਰ ਪਾ ਰਿਹਾ ਤੇ ਕੈਪਟਨ ਸਾਹਿਬ ਕੀ ਉਹਨੂੰ ਦੱਬੀ ਬੈਠੇ ਆ, ਉਹਨੂੰ ਕਿਉਂ ਰਿਪੋਰਟ ਨੂੰ ਜਗ ਜ਼ਾਹਰ ਕਰਦੇ, ਤਾਂ ਕਿ ਜੇ ਸਾਡਾ ਵਿੱਚ ਕੋਈ ਫਾਲਟ ਹੋਵੇ ਉਹਨੂੰ ਲੱਗਾ ਹੋਣਾ ਚਾਹੀਦਾ, ਜਿਹੜਾ ਦੋਸ਼ੀ ਆ। ਮੈਂ ਕਹਿੰਦਾ ਮੈਂ ਵੀ ਹੋਵਾਂ, ਮੈਨੂੰ ਕੀ ਅਧਿਕਾਰ ਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਜਿੱਥੇ ਸਾਡੇ ਸਿੱਖਾਂ ਦੀ ਇੰਨਾ ਸਾਡਾ ਸਤਿਕਾਰ ਆ, ਜਿਹੜਾ ਬੰਦਾ ਉਹਨਾਂ ਦੀ ਬੇਅਦਬੀ ਕਰਦਾ ਉਹ ਕਿਉਂ ਲੁਕੋਇਆ ਜਾਵੇ। ਦੂਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ 8 ਮਹੀਨੇ ਹੋ ਗਏ ਸਰਕਾਰ ਬਣੀ ਨੂੰ,
ਕੀ 8 ਮਹੀਨਿਆਂ ਦੇ ਵਿੱਚ ਮੁੜ ਕੇ ਬੇਅਦਬੀਆਂ ਨਹੀਂ ਹੋਈਆਂ? ਕੀ 8 ਮਹੀਨਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਿੰਨੀ ਵਾਰੀ ਬੇਅਦਬੀ ਹੋ ਚੁੱਕੀ ਹੈ ਜਾਂ ਹੋਰ ਕਿੰਨੀਆਂ ਘਟਨਾਵਾਂ ਵਾਪਰੀਆਂ? ਅੱਜ ਕਿਉਂ ਲੋਕ ਚੁੱਪ ਆ? ਅੱਜ ਜਿਹੜੇ ਸਾਡੇ ਉਹ ਜਥੇਦਾਰ ਜਿਹੜੇ ਸਾਨੂੰ ਗਾਲਾਂ ਕੱਢਦੇ ਆ, ਅੱਜ ਉਹ ਬਿਲਕੁਲ ਨਹੀਂ ਬੋਲ ਰਹੇ। ਸੋ ਇਸ ਕਰਕੇ ਇਹਦੇ ਵਿੱਚ ਕਿਤੇ ਨਾ ਕਿਤੇ ਉਹ ਗੱਲਾਂ ਜਿਹੜੇ ਸਮਝਣ ਦੀ ਲੋੜ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਹ ਗੱਲਾਂ ਜਿਹੜੀਆਂ ਲੈ ਕੇ ਆਉਂਦੀਆਂ। ਅਸੀਂ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਆ, ਅਸੀਂ ਉਹਨਾਂ ਨਾਲ ਹਮਦਰਦੀ ਵੀ ਕਰਦੇ ਹਾਂ, ਔਰ ਸਾਡੇ ਵਾਸਤੇ ਬਹੁਤ ਵੱਡੀ ਉਹ ਗੱਲ ਜਿਹੜੀ ਘਾਤਕ ਸਿੱਧ ਹੋਈ ਹੈ, ਜੋ ਸਾਡਾ ਇਹ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਲਟ ਜਾ ਕੇ ਫਤਵਾ ਦਿੱਤਾ, ਔਰ ਉਹਦੇ ਵਿੱਚ ਇਹ ਇੱਕ ਵੱਡਾ ਕਾਰਨ ਬਣੀ ਆ ਜਿਹੜਾ ਬਰਗਾੜੀ ਕਾਂਡ ਵਾ। ਇਸ ਕਰਕੇ ਸਾਡੀ ਗੱਲ ਨੂੰ ਕਹਿਣ ਦਾ ਸੁਣਨ ਦਾ ਕਿਸੇ ਪਲੇਟਫਾਰਮ 'ਤੇ ਉਹਨਾਂ ਨੇ ਇਸੀ ਗੱਲ ਨੂੰ ਚੱਕ ਦਿੱਤੀ ਕਿ ਦਿੱਲੀ ਤੋਂ ਕੇਜਰੀਵਾਲ ਆ ਗਿਆ, ਕਦੀ ਰਾਹੁਲ ਗਾਂਧੀ ਆ ਗਿਆ। ਅੱਜ ਮੈਂ ਤੁਹਾਨੂੰ ਇੱਕ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ। ਅੱਜ ਸਾਰੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਿਸਾਨ ਕਰ ਰਹੇ ਆ ਕਿ ਉਹ ਕਿਸਾਨ ਵੀ ਪੰਜਾਬੀ ਆ, ਉਹ ਸਿੱਖ ਵੀ ਹੋ ਸਕਦੇ ਆ, ਕੁਝ ਵੀ ਹੋ ਸਕਦੇ ਆ। ਅੱਜ ਰਾਹੁਲ ਗਾਂਧੀ ਨਹੀਂ ਆ ਰਿਹਾ, ਅੱਜ ਉੱਥੇ ਕੇਜਰੀਵਾਲ ਨਹੀਂ ਆ ਰਿਹਾ, ਤੇ ਅੱਜ ਹੋਰ ਜਿਹੜੇ ਵੀਰ ਨੇ ਜਿਹੜੇ ਸਾਨੂੰ ਗੱਲਾਂ ਕਰਦੇ, ਅੱਜ ਉਹ ਨਹੀਂ ਆ ਰਿਹਾ। ਸੋ ਇਸ ਕਰਕੇ ਜੇ ਪੰਜਾਬ ਨਾਲ ਸਹੀ ਹਮਦਰਦੀ ਹੈ ਤੇ ਉਸ ਵੇਲੇ ਸਾਨੂੰ ਗੱਲ ਜਿਹੜੀ ਆ ਸਾਰੀ ਸਮਝਣ ਦੀ ਲੋੜ ਆ ਕਿ ਸਾਨੂੰ ਸਰਕਾਰਾਂ ਨੂੰ ਬਦਨਾਮ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਬੜੇ ਹੱਥਕੰਡੇ ਅਪਣਾਏ ਗਏ। ਕਦੀ ਸਾਨੂੰ ਕਿਹਾ ਕਿ ਇਹ ਨਸ਼ਿਆਂ ਦੇ ਜ਼ਾਗਰ ਆ, ਕਦੀ ਸਾਡੇ 'ਤੇ ਹੋਰ ਇਲਜ਼ਾਮ ਲਾਏ, ਰੇਤਾ ਬਜਰੀ ਮਿੱਟੀ ਜਾਂਦੇ ਆ। ਅੱਜ ਤੁਸੀਂ ਮੈਨੂੰ ਦੱਸੋ, ਅੱਜ ਪੰਜਾਬ ਦੇ ਕਿਸੇ ਬੰਦੇ ਕੋਲੋਂ ਪੁੱਛ ਕੇ ਦੇਖੋ, ਅੱਜ ਖੱਡਾਂ ਦੇ ਗੁਲਾਮੀ ਤਾਂ ਹੋਈ ਨਹੀਂ, ਅੱਜ ਰੇਤਾ ਜਿਹੜਾ ਆ ਮਨ ਮਰਜ਼ੀ ਨਾਲ, ਜਿਹੜੀ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹ ਉਹਨਾਂ ਨੇ ਮਹੀਨੇ ਬੰਨੇ ਹੋਏ ਆ, ਉਹ ਵੇਚ ਰਹੇ ਆ। ਮਤਲਬ ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਪਰਨਾਲਾ ਉੱਥੇ ਦਾ ਉੱਥੇ ਹੀ ਆ, ਨਾ ਰੇਤਾ ਬੱਡੀ ਦੇ ਮਸਲੇ ਹੱਲ ਹੋਏ ਆ, ਨਾ ਨਸ਼ੇ ਦੇ ਮਸਲੇ ਹੱਲ ਹੋਏ ਆ। ਜਿਹੜਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗਾ, ਹੱਥ ਵਿੱਚ ਜਿਹੜਾ ਗੁਟਕਾ ਸਾਹਿਬ ਲੈ ਕੇ ਕਸਮਾਂ ਖਾਂਦਾ ਸੀ, ਅੱਜ ਨਸ਼ਾ ਨਹੀਂ ਬੰਦ ਹੋਇਆ। ਅੱਜ ਉਹ ਗੱਲਾਂ ਜਿਹੜੀਆਂ ਉਹਨੇ ਝੂਠੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਕਿ ਮੈਂ ਤਾਂ ਜੀ ਹਰ ਨੌਜਵਾਨ ਨੂੰ ਨੌਕਰੀ ਦੇ ਦਾਂਗਾ, ਮੈਂ ਪੈਨਸ਼ਨ ਜਿਹੜੀ ਆ ਉਹ ਇੰਨੀ ਵਧਾ ਦਾਂਗਾ, ਮੈਂ ਉਹਦੇ ਨਾਲ ਨਾਲ ਜਿਹੜਾ ਆ ਬੇਰੁਜ਼ਗਾਰੀ ਭੱਤਾ ਦੇ ਦਿਆਂਗਾ। ਮੈਂ ਸਭ ਤੋਂ ਵੱਡੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਵੱਡਾ ਧੋਖਾ ਪੰਜਾਬ ਦੇ ਕਿਸਾਨੀ ਨਾਲ ਕੀਤਾ ਕਿ ਮੈਂ ਪੰਜਾਬ ਦੇ ਕਿਸਾਨ ਦਾ ਸਾਰਾ ਕਰਜ਼ਾ ਮਾਫ਼ ਕਰਾਂਗਾ, ਚਾਹੇ ਉਹ ਕੋਵਿਡ ਬੈਂਕਾਂ ਦਾ ਹੋਵੇ, ਚਾਹੇ ਉਹ ਨੈਸ਼ਨਲ ਬੈਂਕਾਂ ਦਾ ਹੋਵੇ, ਚਾਹੇ ਉਹ ਆੜ੍ਹਤੀਆਂ ਦਾ ਹੋਵੇ। ਅੱਜ ਇੱਕ ਵੀ ਕਿਸਾਨ ਜਾਂ ਜਿਹੜਾ ਕੋਈ ਮੇਰਾ ਬਾਹਰ ਵਿਦੇਸ਼ਾਂ 'ਚ ਬੈਠਾ ਵੀਰ ਆ, ਜਿਹਦੇ ਕਿਸੇ ਪਿੱਛੇ ਪੰਜਾਬ ਦੇ ਵਿੱਚ ਬੈਠੇ ਭੈਣ ਭਾਈ ਦਾ ਕਰਜ਼ਾ ਕੈਪਟਨ ਅਮਰਿੰਦਰ ਨੇ ਮਾਫ਼ ਕੀਤਾ ਹੋਵੇ, ਉਹ ਮੈਨੂੰ ਸਾਹਮਣੇ ਉਹਦਾ ਕਿਸੇ ਵੀ ਫਲਾਣੇ ਪਿੰਡ ਦੇ ਬੰਦੇ ਦਾ ਕਰਜ਼ਾ ਜਿਹੜਾ ਉਹ ਮਾਫ਼ ਹੋਊ। ਸੋ ਇਹ ਉਹ ਚਾਲਾਂ ਨੇ, ਉਹ ਝੂਠ ਦਾ ਪਲੰਦਾ ਆ ਜਿਹਨਾਂ ਗੱਲਾਂ ਦੇ ਨਾਲ ਇਹਨਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਸਰਕਾਰ ਸੱਤਾ ਜਿਹੜੀ ਆ ਉਹ ਹਥਿਆਈ ਆ, ਉਹ ਹਾਸਲ ਕੀਤੀ ਆ। ਸੋ ਇਹ ਬੜੇ ਮਸਲੇ ਨੇ। ਮੈਂ ਆਪਣੇ ਸਾਰੇ ਜਿਹੜੇ ਭੈਣ ਸਿੱਖ ਵੀਰ ਨੇ, ਮੈਨੂੰ ਪਤਾ ਮੈਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਰਹਿੰਦਾ, ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਪੰਜਾਬ ਲਈ ਦਰਦ ਹਮੇਸ਼ਾ ਰਹਿੰਦਾ, ਇਹਨਾਂ ਦੇ ਵਿੱਚ ਸਿੱਖੀ ਲਈ ਦਰਦ ਰਹਿੰਦਾ, ਇਹਨਾਂ ਵਿੱਚ ਸਾਡੇ ਸਰਕਾਰਾਂ ਲਈ, ਪੰਜਾਬੀਆਂ ਲਈ ਦਰਦ ਰਹਿੰਦਾ। ਪਰ ਮੈਂ ਇਹਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਅਸਲੀਅਤ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜੇ ਆਪਾਂ ਅਸਲੀਅਤ ਨਹੀਂ ਸਮਝਾਂਗੇ, ਜੇ ਆਪਣਿਆਂ ਨੂੰ ਆਪੇ ਹੀ ਮਾਰੀ ਜਾਵਾਂਗੇ, ਤਾਂ ਫਿਰ ਇਹ ਇਕੱਲੇ ਇਹ ਵੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੋਹਣ ਸਿੰਘ ਠੰਡਲ ਸੱਤਾ ਤੋਂ ਬਾਹਰ ਹੋ ਗਏ, ਇਹ ਬਹੁਤ ਵੱਡੀਆਂ ਤਾਕਤਾਂ ਜ਼ਿਲ੍ਹੇ ਜਿਹੜੀਆਂ ਹੁੰਦੀਆਂ, ਜਦੋਂ ਆਪਣਿਆਂ ਨੂੰ ਤੁਸੀਂ ਲਾਂਭੇ ਕਰ ਦਿਓਗੇ, ਇਹ ਹੌਲੀ ਹੌਲੀ ਫਿਰ ਤੁਹਾਡੇ ਕੋਲੋਂ ਤੁਹਾਡਾ ਪੰਜਾਬ ਦਰਜੇ ਜਿਹੜਾ ਆ ਉਹ ਕਿੱਥੋਂ ਸਿੱਖ ਜਿਹੜੇ ਆ ਜਾਂ ਪੰਜਾਬੀ ਪੰਜਾਬ ਤੋਂ ਬਾਹਰ ਜਾ ਰਹੇ ਆ, ਇਹ ਸਾਡੇ ਵਾਸਤੇ ਬਹੁਤ ਵੱਡੀ ਘਾਤਕ ਗੱਲਾਂ ਸਿੱਧ ਹੋ ਸਕਦੀਆਂ। ਤੋਂ ਬਾਹਰ ਬੈਠੇ ਭਰਾਵਾਂ ਨੇ ਜਿਹੜੀ ਆ ਕੇ ਸਾਡੇ ਖਿਲਾਫ਼ ਉਸ ਵੇਲੇ 14 ਰੁਪਈਏ ਵੀ ਭੇਜੇ, ਇੱਥੇ ਆਪ ਆ ਕੇ ਸਾਡੇ ਖਿਲਾਫ਼ ਪਿੰਡਾਂ ਵਿੱਚ ਰੱਜ ਕੇ ਪ੍ਰਚਾਰ ਕੀਤਾ, ਅੱਜ ਉਹ ਭਰਾ ਸਮਝ ਲੈਣ ਕਿ 8 ਮਹੀਨਿਆਂ ਵਿੱਚ ਜੋ ਵੀ ਰਿਜ਼ਲਟ ਦਿੱਤਾ ਪੰਜਾਬ ਦੇ ਲੋਕਾਂ ਨੂੰ, ਉਹਦਾ ਕੀ ਅਸਰ ਹੋ ਰਿਹਾ, ਉਹ ਪੰਜਾਬੀਆਂ ਨੂੰ ਕਿਹੜੇ ਮਸਲੇ ਪੰਜਾਬੀਆਂ ਦੇ ਹੱਲ ਹੋ ਗਏ। ਉਸ ਕਰਕੇ ਮੈਂ ਕਲੇਰ ਸਾਹਿਬ ਬਹੁਤ ਲੰਬਾ ਨਾ ਜਾਂਦਾ, ਜਾਂ ਮੇਰੇ ਤੁਸੀਂ ਹੋਰ ਵੀ ਕਈ ਸਵਾਲ ਪੁੱਛਣੇ ਹੋਣੇ ਆ, ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਿਹੜੇ ਕੰਮ ਕੀਤੇ ਸੀ 10 ਸਾਲ ਦੇ ਅੰਦਰ, ਉਹ ਨਾ ਅੱਜ ਤੋਂ ਪਹਿਲਾਂ ਕਿਸੇ ਸਰਕਾਰ ਨੇ ਕੀਤੇ ਆ ਅਤੇ ਨਾ ਕਰ ਸਕਣੇ ਆ। ਬਾਕੀ ਇਹ ਸਮਾਂ ਜਿਹੜਾ ਆ ਲੋਕ ਚੇਂਜ ਚਾਹੁੰਦੇ ਹੁੰਦੇ ਆ ਜਾਂ ਲੋਕਾਂ ਦੇ ਮਨਾਂ ਵਿੱਚ ਕਿਹੜੀ ਗੱਲ ਸੀ ਉਹ ਮੈਂ ਨਹੀਂ ਕਹਿ ਸਕਦਾ। ਸੋ ਇਸ ਕਰਕੇ ਜਿਹੜੇ ਤੁਹਾਡੇ ਦੋਨੋਂ ਸਵਾਲ, ਮੈਂ ਸਮਝਦਾ ਕਿ ਤੁਹਾਨੂੰ ਬੜਾ ਬਰੀਕੀ ਨਾਲ ਸਮਝਣ ਦੀ ਲੋੜ ਆ ਕਿ ਇਹਦੇ ਵਿੱਚ ਸਾਡਾ ਫਾਲਟ ਕੀ ਆ ਅਤੇ ਅਸਲੀਅਤ ਕਿੱਥੇ ਖੜੀ ਆ, ਕਿ ਥੋੜੇ ਸਮੇਂ ਬਾਅਦ ਸਾਹਮਣੇ ਆ ਜਾਣੀ ਆ, ਤਾਂ ਉਹ ਸਾਰੇ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗ ਜਾਊਗਾ। ਮਾਫ਼ੀ ਚਾਹਾਂਗਾ ਅਜਨੋਹਾ ਸਾਹਿਬ, ਇੱਕ ਕੁਐਸਚਨ ਮੈਨੂੰ ਹੋਰ ਹੁਣੇ ਹੁਣੇ ਆਇਆ, ਮੈਂ ਉਹ ਤੋਂ ਬਾਅਦ ਤੁਹਾਨੂੰ ਟਾਈਮ ਦੇਵਾਂਗਾ ਜ਼ਰੂਰ, ਮੈਨੂੰ ਪਤਾ ਤੁਹਾਡੇ ਕੋਲ ਬਹੁਤ ਕੁਐਸਚਨ ਹੈ। ਠੰਡੇ ਸਾਹਿਬ, ਤੁਸੀਂ ਹੁਣੇ ਹੁਣੇ ਗੱਲ ਕੀਤੀ ਆ ਕਿ ਮੈਂ ਦੋ ਗੱਲਾਂ ਕਰਨੀਆਂ ਜੀ। ਉਹਨਾਂ ਕਿਹਾ ਵੀ ਪ੍ਰਣਾਲਾ ਉੱਥੇ ਦਾ ਉੱਥੇ,
ਇਹਦਾ ਮਤਲਬ ਤੁਸੀਂ ਪ੍ਰਣਾਲਾ ਛੱਡ ਕੇ ਗਏ ਸੀਗੇ ਖਰਾਬ ਤੇ ਉਹਨਾਂ ਨੇ ਠੀਕ ਨਹੀਂ ਕੀਤਾ ਉੱਥੇ ਰਹਿਣ ਦਿੱਤਾ, 10 ਸਾਲ ਬਾਅਦ ਵੀ ਉਹਨਾਂ ਨੇ ਚੇਂਜ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਤੁਸੀਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਥੋੜ੍ਹਾ ਬਹੁਤਾ ਕੰਮ ਕੀਤਾ ਜਾਂ ਨਹੀਂ ਕੀਤਾ ਉੱਥੇ ਛੱਡ ਕੇ ਗਏ, ਉੱਥੇ ਦਾ ਉੱਥੇ ਰਹਿ ਗਿਆ, ਇਹ ਤੁਹਾਨੂੰ ਮੈਂ ਜਾਣਨਾ ਚਾਹਾਂਗਾ। ਦੂਸਰੀ ਗੱਲ ਤੁਸੀਂ ਇਹ ਕਿਹਾ ਵੀ ਕੈਪਟਨ ਸਾਹਿਬ ਦੇ ਟਾਈਮ ਦੇ ਵਿੱਚ ਹੁਣ ਇਸ ਵੇਲੇ ਬਹੁਤ ਜ਼ਿਆਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ, ਰਾਇਲ ਗਾਂਧੀ ਜੀ ਦਿੱਲੀ ਤੋਂ ਇੱਕ ਵਾਰ ਵੀ ਨਹੀਂ ਉਹ ਆਏ, ਕੀ 10 ਸਾਲ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਦੀ ਸਰਕਾਰ ਉਦੋਂ ਦੀ ਕਿਸਾਨਾਂ ਨੇ ਖੁਦਕੁਸ਼ੀਆਂ, ਮੇਰਾ ਖਿਆਲ ਬਹੁਤ ਜ਼ਿਆਦਾ ਖੁਦਕੁਸ਼ੀਆਂ ਕੀਤੀਆਂ, ਮੇਰਾ ਨਹੀਂ ਖਿਆਲ ਪੰਜਾਬ ਦੀ ਸਰਕਾਰ ਨੇ ਉਹਨੂੰ ਪੰਜਾਬ ਦੇ ਵਿੱਚ ਦਿਖਾਲਣ ਦੀ ਕੋਸ਼ਿਸ਼ ਕੀਤੀ, ਬਾਹਰਲੇ ਮੀਡੀਆ ਦੇ ਵਿੱਚ ਜ਼ਰੂਰ ਉਹ ਪ੍ਰਕਾਸ਼ਿਤ ਹੁੰਦੀਆਂ ਰਹੀਆਂ, ਕਿੰਨੀਆਂ ਕੁ ਤੁਹਾਡੇ ਟਾਈਮ 'ਤੇ ਖੁਦਕੁਸ਼ੀਆਂ ਗਈਆਂ, ਤੁਹਾਡੇ ਟਾਈਮ 'ਤੇ ਕੀ ਬੀਜੇਪੀ ਦੀ ਜਦੋਂ ਸਰਕਾਰ ਸੀ ਕਿੰਨੀ ਕੁ ਵਾਰਾਂ ਉਹ ਬੀਜੇਪੀ ਦੇ ਲੀਡਰ, ਚਲੋ ਨਹੀਂ ਵੀ ਸੀ ਬੀਜੇਪੀ ਦੇ ਲੀਡਰ, ਕਿੰਨੀ ਕੁ ਵਾਰਾਂ ਪੰਜਾਬ ਦੇ ਵਿੱਚ ਆ ਕੇ ਤੁਹਾਡੇ ਨਾਲ ਖੜ੍ਹੇ ਆ, ਉਹਨਾਂ ਕਿਸਾਨਾਂ ਦੀਆਂ ਬਾਹਾਂ ਫੜੀਆਂ, ਇਹਦੇ ਤੁਹਾਡੇ ਕੋਲ ਹੈ ਕੋਈ ਅੰਕੜਾ ਵੀ ਜਿਹੜਾ ਤੁਸੀਂ ਦੱਸ ਸਕਦੇ ਹੋ? ਇੱਕ ਹੋਰ ਕੁਐਸਚਨ ਆ ਛੋਟਾ ਜਿਹਾ, ਤੁਸੀਂ ਬੀਜੇਪੀ ਦੇ ਪੂਰੇ ਭਾਈਵਾਲ ਰਹੇ ਹੋ, ਤੁਸੀਂ 1984 ਦੀ ਗੱਲ ਕੀਤੀ ਹੈ, ਤੁਸੀਂ ਕਿਹਾ ਵੀ 1984 ਦੇ ਵਿੱਚ ਕਾਂਗਰਸ ਨੇ ਕੀਤਾ, ਕਿਤਨਾ ਕਿਤੇ ਇਹ ਬਿਆਨ ਪੜ੍ਹਨ ਦੇ ਵਿੱਚ ਆਇਆ ਕਿ ਵੀ ਵਾਜਪਾਈ ਸਾਹਿਬ ਨੇ ਵਾਜਪਾਈ ਸਾਹਿਬ ਹੁਣਾਂ ਦਾ ਬਿਆਨ ਆਇਆ ਸੀਗਾ ਵੀ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਵੀ ਤੂੰ ਦਰਬਾਰ ਸਾਹਿਬ 'ਤੇ ਅਟੈਕ ਕਰ। ਇੱਕ ਕਿਤਾਬ ਆਈ ਸੀ ਅਡਵਾਨੀ ਸਾਹਿਬ ਦੀ, ਉਹਦੇ ਵਿੱਚ ਵੀ ਲਿਖਿਆ ਗਿਆ ਸੀਗਾ, ਉਹ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ, ਮੇਰੇ ਵਿਊਅਰ ਨੂੰ ਵੀ ਪਤਾ। ਫਿਰ ਤੁਸੀਂ ਅੱਜ ਕਾਂਗਰਸ 'ਤੇ ਇਹ ਬਲੇਮ ਲਾ ਰਹੇ, ਕਾਂਗਰਸ ਨੇ ਅਟੈਕ ਕੀਤਾ, ਉਹਦੇ ਪਿੱਛੇ ਬੀਜੇਪੀ ਦਾ ਵੀ ਹੱਥ ਰਿਹਾ, ਪਰ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਕਹਿ ਰਹੇ? ਦੇਖੋ ਕੁਲੇਰ ਸਾਹਿਬ, ਇਹ ਮਸਲਾ ਜਿਹੜਾ ਆ, ਜਿਸ ਵੇਲੇ 83 ਦੇ ਵਿੱਚ ਪਾਣਾ ਵਾਪਰਿਆ ਉਸ ਵੇਲੇ ਬੀਜੇਪੀ ਹੋਂਦ ਵਿੱਚ ਨਹੀਂ ਸੀ, ਸ਼ਾਇਦ ਬੀਜੇਪੀ ਜਿਹੜੀ ਆ ਇਹ 91-92 ਦੇ ਵਿੱਚ 2000 ਸੀਟਾਂ ਲੈ ਕੇ ਪਹਿਲੀ ਵਾਰੀ ਪਾਰਟੀ ਉੱਪਰ ਕੇ ਸਾਹਮਣੇ ਆਈ ਸੀ, ਔਰ ਉਦੋਂ ਬਾਅਦ ਸਾਡਾ ਜਿਹੜਾ 97 ਵਿੱਚ ਇਹਨਾਂ ਦੇ ਨਾਲ ਪਹਿਲੀ ਵਾਰੀ ਉਹ ਅਲਾਇੰਸ ਹੋਇਆ। ਸੋ ਇਸ ਕਰਕੇ ਜੇ ਉਸ ਵੇਲੇ ਅਡਵਾਨੀ ਨੇ ਕੀ ਕਿਹਾ ਜਾਂ ਵਾਜਪੇਈ ਸਾਹਿਬ ਨੇ ਕੀ ਕਿਹਾ, ਇਹ ਬਹੁਤ ਸਾਰੇ ਵਾਰੀ ਇਸ਼ੂ ਉੱਠ ਚੁੱਕੇ ਆ। ਠੰਡਲ ਸਾਹਿਬ, ਮਾਫ਼ੀ ਚਾਹੂੰਗਾ ਮੈਂ ਰੋਕਣ ਦੀ ਇੱਥੇ ਕੋਸ਼ਿਸ਼ ਕਰੂੰਗਾ, ਠੰਡਲ ਸਾਹਿਬ ਜਦੋਂ ਵੀ ਕਿਸੇ ਨਾਲ ਸਮਝੌਤੇ ਹੁੰਦੇ ਆ, ਤੁਹਾਨੂੰ ਕਿਸੇ ਵੀ ਪਾਰਟੀ ਨਾਲ ਜਾਂ ਕਿਸੇ ਫੈਮਿਲੀ ਨਾਲ ਜਾਂ ਕਿਸੇ ਹੋਰ ਸਮਝੌਤੇ ਹੁੰਦੇ ਆ, ਤੁਹਾਨੂੰ ਬੈਕਗ੍ਰਾਊਂਡ ਜ਼ਰੂਰ ਚੈੱਕ ਕਰਨੀ ਪੈਂਦੀ ਹੈ ਵੀ ਭਾਈ ਇਹ ਪਾਰਟੀ ਕਿੱਥੇ ਖੜੀ ਆ, ਸਾਡੇ ਧਰਮ ਦੇ ਨੇ ਜਿਹੜੀ ਸਾਡੇ ਨਾਲ ਮੋਹਰ ਲੱਗੀ ਹੋਈ, ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਪਾਰਟੀ ਦੇ ਨਾਲ, ਜੇ ਇਸ ਪਾਰਟੀ ਨੇ ਸਿੱਖਾਂ ਦੇ ਮਰਿਆਦਾ ਨੂੰ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੋਏ ਸਪਚਾਈ ਆ, ਤੁਸੀਂ ਫਿਰ ਵੀ ਉਸ ਦੇ ਨਾਲ ਸਮਝੌਤਾ ਕਰ ਰਹੇ ਹੋ, ਕੀ ਕਾਰਨ ਬਣ ਗਿਆ ਵੀ ਉਹਨਾਂ ਦੇ ਨਾਲ ਵੀ ਤੁਹਾਨੂੰ ਸਮਝੌਤਾ ਕਰਨਾ ਪਿਆ? ਦੇਖੋ ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਜੋ ਕੁਛ ਭਾਣਾ ਜੀ ਜਦੋਂ ਜਦੋਂ ਇਹ ਵਾਕਿਆ ਹੋਇਆ 83 ਦਾ ਜਾਂ ਉਹ ਤੋਂ ਬਾਅਦ ਪਹਿਲਾਂ ਵੀ ਪੰਜਾਬ ਦੇ ਵਿੱਚ ਤਹਿਦੂਰ ਰਿਹਾ, ਉਸ ਵੇਲੇ ਬੀਜੇਪੀ ਪਾਰਟੀ ਜਿਹੜੀ ਆ ਉਦੋਂ ਪਹਿਲਾਂ ਇਹ ਜਨਤਾ ਦਲ ਜ਼ਰੂਰ ਚੱਲਦਾ ਸੀ ਪਰ ਬੀਜੇਪੀ ਪਾਰਟੀ ਉਸ ਵੇਲੇ ਨਹੀਂ ਸੀ, ਪਰ ਜਦੋਂ ਸਾਡਾ 97 ਦੇ ਵਿੱਚ ਅਲਾਇੰਸ ਹੋਇਆ ਉਸ ਵੇਲੇ ਬੀਜੇਪੀ ਪਾਰਟੀ ਸੀ। ਉਹਦਾ ਕਾਰਨ ਇਹ ਆ ਕਲੇਰ ਸਾਹਿਬ ਕਿ ਸਾਡੇ ਲਈ ਦੋ ਰਸਤਿਆਂ ਦੇ ਵਿੱਚ ਅਸਾਂ ਚੁਣਨਾ ਪੈਣਾ, ਇੱਕ ਪਾਸੇ ਕਾਂਗਰਸ ਪਾਰਟੀ ਆ ਜਿਹਨੂੰ ਆਪਾਂ, ਦੂਜੇ ਪਾਸੇ ਐਨ ਡੀ ਪੀ ਪਾਰਟੀ ਆ। ਸਾਡੀ ਜਿਹੜੀ ਐਨ ਡੀ ਇਹ ਪਾਰਟੀ ਦੇ ਨਾਲ ਜਿਹੜਾ ਸਾਡਾ ਸਮਝੌਤਾ ਹੋਇਆ ਉਹਦੇ ਵਿੱਚ ਬੀਜੇਪੀ ਇੱਕ ਭਾਈਵਾਲ ਪਾਰਟੀ ਸੀ ਉਸ ਵੇਲੇ ਦੇ ਵਿੱਚ, ਹੁਣ ਬੇਸ਼ੱਕ ਬੀਜੇਪੀ ਸੱਤਾ ਵਿੱਚ ਆ ਗਈ, ਉਸ ਵੇਲੇ ਬੀਜੇਪੀ ਸੱਤਾ ਵਿੱਚ ਨਹੀਂ ਸੀ। ਸੋ ਇਸ ਕਰਕੇ ਅਸੀਂ ਜਿਹੜੀ ਪਾਰਟੀ ਇੱਕ ਪਾਸੇ ਲਟੇਰਾ ਆ ਅਤੇ ਇੱਕ ਪਾਸੇ ਚੋਰ ਆ, ਔਰ ਉਹ ਬੰਦਾ ਜਿਹੜੀ ਕਾਂਗਰਸ ਨਾਲ ਸਾਡਾ ਨਾ ਸਮਝੌਤਾ ਕਦੇ ਹੋਇਆ ਨਾ ਅਸੀਂ ਕਰਨਾ, ਇਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਿਲਕੁਲ ਪਰਮਾਨੈਂਟ ਸਾਡੀ ਇਹ ਫੈਸਲਾ ਆ। ਦੂਜੇ ਪਾਸੇ ਜਿਹੜੇ ਪਾਰਟੀ ਅਲਾਇੰਸ ਸਾਨੂੰ ਜਿਹੜੀ ਨਹੀਂ ਕਰਦੇ ਸੀ ਤਾਂ ਸ਼ਾਇਦ ਸਰਕਾਰ ਨਾ ਬਣ ਸਕਦੀ ਹੋਵੇ, ਔਰ ਜਿਹੜੀ ਅਸਲੀਅਤ ਮੈਂ ਤੁਹਾਨੂੰ ਦੱਸਣਾ ਅੱਜ ਵੀ ਚਾਹੂੰਗਾ, ਆਪਣਾ ਜੋ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਗੱਲ ਚੱਲਦੀ ਹੈ, ਸ਼ਾਇਦ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਕੋਈ ਪਾਰਟੀ ਅੱਜ ਇਕੱਲਿਆਂ ਸਿੱਧਿਆਂ ਤੌਰ ਦੇ ਉੱਪਰ ਇਹ ਸਰਕਾਰਾਂ ਸ਼ਾਇਦ ਗਾਹਾਂ ਨਾ ਬਣ ਸਕਣ, ਨਾ ਦਿੱਲੀ ਦੇ ਵਿੱਚ ਨਾ ਸਟੇਟਾਂ ਦੇ ਵਿੱਚ। ਅਲਾਇੰਸ ਪਾਰਟੀਆਂ ਚੱਲ ਪਈਆਂ, ਸਟੇਟ ਪਾਰਟੀਆਂ ਮਜ਼ਬੂਤ ਹੋ ਗਈਆਂ, ਬਹੁਤ ਸਾਰੀਆਂ ਪਾਰਟੀਆਂ ਆ ਗਈਆਂ। ਇਸ ਕਰਕੇ ਅਲਾਇੰਸ ਜਿਹੜਾ ਅਸੀਂ ਕੀਤਾ ਅਸੀਂ ਉਸ ਜਮਾਤ ਨਾਲ ਨਹੀਂ ਕੀਤਾ ਜਿਸ ਜਮਾਤ ਨੇ ਸਾਡਾ ਘਾਣ ਕੀਤਾ। ਸੋ ਇਸ ਕਰਕੇ ਉਹਦੇ ਵਿੱਚ ਪਿੱਛੇ ਕੋਈ ਹੋਰ ਕਿਹੜਾ ਜਿਹੜਾ ਰੋਲ ਆ ਜਾਂ ਕਿਸੇ ਇੰਡੀਵਿਜੁਅਲੀ ਕਿਸੇ ਨੇ ਬਿਆਨ ਦੇ ਦਿੱਤਾ, ਕਿਸੇ ਪਾਰਟੀ ਦਾ ਫੈਸਲਾ ਨਹੀਂ ਸੀ। ਸੋ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਿਹੜਾ ਵੀ ਫੈਸਲਾ ਕੀਤਾ ਠੀਕ ਸੋਚ ਸਮਝ ਕੇ ਕੀਤਾ, ਔਰ ਅਸੀਂ ਜੇ ਕਿਤੇ ਕੋਈ ਬੀਜੇਪੀ ਨੇ ਵੀ ਦਿੱਲੀ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਹੁਣ ਵੀ ਉਹਦੀ ਗੱਲ ਗਲਤ ਆਉਂਦੀ ਹੈ ਤਾਂ ਅਸੀਂ ਉਹਦੇ ਵਾਸਤੇ ਵੀ ਪੂਰਾ ਪੰਜਾਬ ਦੇ ਹਿੱਤਾਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਹਾਂ, ਉਹਦੇ ਵਾਸਤੇ ਗੱਲ ਕਰਦੇ ਹਾਂ, ਲੜਦੇ ਵੀ ਹਾਂ। ਔਰ ਪੰਜਾਬ ਕਿ ਪਿਛਲੇ 10 ਸਾਲਾਂ ਮੈਂ ਤੁਸੀਂ ਕੀਤਾ ਕੁਛ ਨਹੀਂ, ਜਿਹੜੇ ਮੇਰੇ ਵੀਰ ਅੱਜ ਪੰਜਾਬ ਵਿੱਚ ਆ ਕੇ ਘੁੰਮ ਕੇ ਦੇਖਦੇ ਆ ਜਾਂ ਜਿਹੜੇ ਉੱਥੇ 10 ਸਾਲ ਤੋਂ ਪਹਿਲਾਂ ਤਾਂ ਗਏ ਮੁੜ ਕੇ ਆਏ ਨਹੀਂ, ਉਹ ਤਾਂ ਕਹੀ ਜਾਂਦੇ ਹੋਇਆ ਕੁਛ ਨਹੀਂ,
ਪਰ ਜੇ ਤੁਸੀਂ ਅੱਜ ਵੀ ਆ ਕੇ ਦੇਖੋ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਦੇ ਵਿੱਚ ਸਾਡਾ ਜਿਹੜਾ ਜੋ ਸੜਕਾਂ ਦਾ ਅਸੀਂ ਦਿੱਤਾ ਕੰਮ ਕਰਕੇ ਦਿੱਤਾ, ਕਿਸ ਤਰੀਕੇ ਦੇ ਨਾਲ ਇੱਕ ਸ਼ਹਿਰ ਦੂਜੇ ਸ਼ਹਿਰ ਨੂੰ ਜੋੜਿਆ, ਜੋ ਅਸੀਂ ਪੰਜਾਬ ਦੇ ਵਿੱਚ ਜਿਹੜਾ ਮਿਰਕੋ ਮਹਿਕਮਾ ਰਿਹਾ ਕਲਚਰ ਟੂਰਿਜ਼ਮ ਦਾ, ਜੋ ਅਸੀਂ ਆਪਣੇ ਵਿਰਸੇ ਨੂੰ ਸੰਭਾਲਣ ਵਾਸਤੇ ਵੱਡਾ ਕੰਮ ਕੀਤਾ, ਜਿਹੜੀਆਂ ਯਾਦਗਾਰਾਂ ਬਣਾਈਆਂ, ਇਹ ਕਿਸੇ ਵੀ ਬੰਦੇ ਦੇ ਧਿਆਨ ਵਿੱਚ ਗੱਲ ਨਹੀਂ ਸੀ ਆਈ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਸਾਡਾ ਧਰਮ ਸਾਡਾ ਵਿਰਸਾ ਕਿਵੇਂ ਪਤਾ ਲੱਗੂਗਾ। ਵਿਰਾਸਤ ਏ ਖਾਲਸਾ ਆਨੰਦਪੁਰ ਸਾਹਿਬ ਧਰਤੀ 'ਤੇ ਬਣਿਆ, ਇਹਨੇ 13ਵੀਂ ਸਦੀ ਤੋਂ ਲੈ ਕੇ ਅੱਜ ਤੱਕ ਦਾ ਸਾਰਾ ਇਤਿਹਾਸ ਜੋ ਪਿਛੋਕੜ ਪੰਜਾਬ ਦਾ ਅਸੀਂ ਉਹਦੇ ਵਿੱਚ ਪੇਸ਼ ਕੀਤਾ। ਔਰ ਇਤਿਹਾਸ ਦੇ ਵਿੱਚ ਵੱਡਾ ਘੱਲੂਘਾਰਾ ਕੋਪਰ ਈਟ ਦਾ ਆਉਂਦਾ, ਜਿੱਥੇ 35,000 ਤੋਂ ਵੱਧ ਬੰਦੇ ਜਿਹੜੇ ਆ ਉਹ ਸ਼ਹੀਦ ਹੋਏ ਸੀ, ਉਹਦੀ ਯਾਦਗਾਰ ਬਣੀ ਹੈ। ਛੋਟਾ ਘੱਲੂਘਾਰਾ ਜਿਹੜਾ ਗੁਰਦਾਸਪੁਰ ਦੇ ਵਿੱਚ ਸ਼ੰਭ ਦੇ ਵਿੱਚ ਆਉਂਦਾ, ਉੱਥੇ ਹਜ਼ਾਰਾਂ ਸ਼ਹੀਦ ਹੋਏ ਸੀ ਪੰਜਾਬੀ ਸਿੱਖ ਬੱਚੇ, ਉਹਨਾਂ ਦਾ ਉਹਦੀ ਯਾਦਗਾਰ ਬਣੀ ਹੈ। ਔਰ ਅੱਜ ਸਾਰੇ ਲੋਕ 15 ਅਗਸਤ ਨੂੰ ਜਾਂ 26 ਜਨਵਰੀ ਨੂੰ ਸ਼ਹੀਦਾਂ ਨੂੰ ਸਲਾਮ ਤਾਂ ਕਰਦੇ ਸੀ, ਹਿੰਦੁਸਤਾਨ ਨੇ ਜਾਂ ਹਿੰਦੁਸਤਾਨ ਦੇ ਕਿਸੇ ਸੂਬੇ ਨੇ ਜਿਹੜੀ ਆ ਸ਼ਹੀਦਾਂ ਨੇ ਕੀਤਾ ਕੁਛ ਨਹੀਂ, ਜਾਂ ਜੰਗੇ ਆਜ਼ਾਦੀ ਕਰਤਾਰਪੁਰ ਦੀ ਧਰਤੀ 'ਤੇ ਬਣੀ ਹੈ, ਅਤੇ ਉਹ ਸਾਡੀ ਜਿਹੜੀ ਪਿਛਲੇ 10 ਸਾਲ ਦੀ ਸਰਕਾਰ ਵਾ। ਔਰ ਮੈਂ ਕਈ ਸਾਹਿਬ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਜ਼ਾਦੀ ਤੋਂ ਬਾਅਦ ਜਿਹੜੀਆਂ ਲੜਾਈਆਂ ਸ਼ਹੀਦੀ ਜਿਹੜੀ ਪ੍ਰਾਪਤ ਕੀਤੀ ਆ, ਅਸੀਂ ਉਹਨਾਂ ਦੀ ਵੀ ਜਿਹੜੀ ਆ ਯਾਦਗਾਰ ਅੰਮ੍ਰਿਤਸਰ ਦੇ ਵਿੱਚ ਉਹ ਬਣਾ ਕੇ ਦਿੱਤੀ ਆ। ਧਾਰਮਿਕ ਇਸ਼ੂਆਂ ਦੇ ਉੱਪਰ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਭਾਈ ਜਾਤਾ ਜੀ ਦੀ ਯਾਦਗਾਰ ਜਿਹੜੀ ਉਹ ਬਣ ਰਹੀ ਆ। ਔਰ ਇਸ ਤਰੀਕੇ ਦੇ ਨਾਲ ਮੋਤੀ ਰਾਮ ਮਹਿਰਾ ਜਿਹਨੇ ਮਾਤਾ ਗੁਜਰ ਕੌਰ ਨੂੰ ਛੋਟੇ ਸਾਹਿਬਜ਼ਾਦੇ ਨੂੰ ਦੁੱਧ ਪਿਲਾ ਕੇ ਸਾਰਾ ਪਰਿਵਾਰ ਕੋਲੂ ਜਿਹਦਾ ਪੀੜ ਹੋਇਆ ਸੀ ਉਹਦੀ ਯਾਦਗਾਰ ਅੱਜ ਜਿਹੜੀ ਆ ਉੱਥੇ ਜਿਹੜੀ ਆ ਉਹ ਬਣ ਰਹੀ ਆ। ਔਰ ਬਾਬਾ ਜਿਹੜਾ ਆਪਣਾ ਮਰਦਾਨਾ ਜੀ ਜਿਹਨੂੰ ਆਪਾਂ ਸਾਰੇ ਕਹਿੰਦੇ, ਬਾਬੇ ਨਾਨਕ ਦਾ ਸਾਥੀ ਸੀ, ਉਹਦੀ ਯਾਦਗਾਰ ਫਿਰੋਜ਼ਪੁਰ ਦੇ ਵਿੱਚ ਉਹ ਲਗਭਗ ਬਣ ਕੇ ਤਿਆਰ ਹੋ ਗਈ ਆ। ਔਰ ਗੁਰੂ ਰਵਿਦਾਸ ਜੀ ਦੀ ਯਾਦਗਾਰ ਖਰਾਲਗੜ੍ਹ ਦੀ ਧਰਤੀ ਮੇਰੇ ਆਪਣੀ ਸਾਡੂ ਪੈਂਦੀ ਹੈ ਗੜਸ਼ੰਕਰ ਦੇ ਵਿੱਚ, ਜਿੱਥੇ ਉਹ 4 ਸਾਲ 2 ਮਹੀਨੇ ਕਥਾਵਾਂ ਨੇ ਬਤੀਤ ਕੀਤਾ, ਉੱਥੇ ਜਿਹੜੀ ਆ ਮਨਾਰੇ ਬੇਗਮਪੁਰਾ ਯਾਦਗਾਰ ਬਣ ਰਹੀ ਆ। ਔਰ ਭਗਵਾਨ ਵਾਲਮੀਕਿ ਜੀ, ਹੁਣ ਮੈਂ ਤੁਹਾਨੂੰ ਮੈਨੂੰ ਵੀ ਨਹੀਂ ਇਸ ਚੀਜ਼ ਦਾ ਪਤਾ, ਲੋਕ ਸਾਰੇ ਅਸੀਂ ਸਾਲ ਬਾਅਦ ਦੁਸਹਿਰਾ ਮਨਾਉਂਦੇ ਹਾਂ, ਰਾਮਲੀਲਾ ਕਰਦੇ ਹਾਂ, ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਜਿਹੜੀ ਸੀਤਾ ਮਾਤਾ ਆ ਉਹ ਅੰਮ੍ਰਿਤਸਰ ਧਰਤੀ 'ਤੇ ਇੱਥੇ ਰਹੀ ਹੈ। ਭਗਵਾਨ ਵਾਲਮੀਕਿ ਜੀ ਨੇ ਇੱਥੇ ਬੈਠ ਕੇ ਰਮਾਇਣ ਲਿਖੀ ਆ, ਉਹਨਾਂ ਦੇ ਬੱਚੇ ਲਵ ਔਰ ਕੋਸ਼ ਇੱਥੇ ਖੇਡੇ ਆ, ਉਹਨਾਂ ਦੀ ਯਾਦਗਾਰ ਜਿਹੜੀ ਆ ਉਹ ਵੀ ਸਾਡੀ ਸਰਕਾਰ ਨੇ ਉਹ ਬਣਾ ਕੇ ਦਿੱਤੀ ਆ। ਸੋ ਇਸ ਕਰਕੇ ਅਸੀਂ ਆਪਣੇ ਵਿਰਸੇ ਨੂੰ ਸੰਭਾਲਣ ਲਈ, ਆਪਣੇ ਕਲਚਰ ਨੂੰ ਸੰਭਾਲਣ ਲਈ ਸਾਡੀ ਸਰਕਾਰ ਨੇ ਜਿਹੜੀਆਂ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਉਹ ਵੀ ਵੱਡੇ ਲੈਵਲ 'ਤੇ ਕੀਤੇ ਆ। ਤੁਸੀਂ ਵਿਦੇਸ਼ਾਂ ਵਿੱਚ ਰਹਿੰਦੇ ਆ, ਤੁਸੀਂ ਅੱਜ ਚਾਹੋ ਐਸੇ ਆਪਣੇ ਨੈੱਟ ਰਾਹੀਂ ਆਪਣੇ ਪਿੰਡ ਨੂੰ ਕੱਢ ਕੇ ਆਪਣੀ ਜ਼ਮੀਨ ਦੇਖ ਸਕਦੇ ਕਿ ਮੇਰੀ ਜ਼ਮੀਨ ਮੇਰੇ ਨਾਲ ਹੈਗੀ ਕਿ ਨਹੀਂ ਹੈਗੀ। ਔਨਲਾਈਨ ਸਾਰਾ ਰਿਕਾਰਡ ਪੰਜਾਬ ਦਾ ਅਸੀਂ ਕਰਕੇ ਦਿੱਤਾ। ਔਰ ਹਰ ਖੇਤਰ ਦੇ ਵਿੱਚ ਅੱਜ ਜੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਜ਼ਿਲ੍ਹੇ ਲੈਵਲ 'ਤੇ ਜਾਂਦੇ ਆ, ਜੇ ਮਿੰਨੀ ਸੈਕਟਰੀਏਟ ਬਣੇ ਆ ਤਾਂ ਕਿਹਦੀ ਦੇਣੇ ਆ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਉਹ ਦੇਣੇ ਆ। ਵੱਡੇ ਵੱਡੇ ਫਲਾਈਓਵਰ ਬਣੇ ਕਿਹੜੀ ਦੇਣੇ ਆ? ਸ਼੍ਰੋਮਣੀ ਅਕਾਲੀ ਦਲ ਦੀ ਉਹ ਦੇਣ ਆ। ਜੇ 13-14 ਵੱਡੀਆਂ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਬਣੀਆਂ, ਉਹ ਸਾਡੇ 10 ਸਾਲ ਦੇ ਸਮੇਂ ਦੇ ਵਿੱਚ ਬਣੀਆਂ। ਸੋ ਮੈਂ ਇਹ ਸਮਝਦਾ ਕਿ ਅੱਜ ਅਸੀਂ ਸਾਰੇ ਪੰਜਾਬ ਵਿੱਚ ਹਰ ਘਰ ਤੱਕ ਜਿਹੜਾ ਉਹ ਪੀਣ ਦਾ ਸਵੱਛ ਪਾਣੀ ਜਿਹੜਾ ਆ ਉਹ ਲੋਕਾਂ ਨੂੰ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਾਂ। ਜੇ 15 ਸਾਲ ਪੰਜਾਬ ਦੇ ਕਿਸਾਨ ਨੂੰ ਮੁਫ਼ਤ ਬਿਜਲੀ ਦੇ ਕੇ 1,00,000 ਰੁਪਈਏ ਦਾ ਉਹਨੂੰ ਫਾਇਦਾ ਕੀਤਾ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਸੋ ਇੰਨੀਆਂ ਉਹ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਆਮ ਲੋਕ ਸੋਚ ਨਹੀਂ ਸਕਦੇ ਕਿ ਗਰੀਬ ਦੀ ਬੱਚੀ ਦੇ ਵਿਆਹ ਦੇ ਸ਼ਗਨ ਕਦੀ ਸਰਕਾਰ ਦਿੰਦੀ ਹੈ। ਸਾਨੂੰ ਕਾਂਗਰਸ ਵਾਲੇ ਬਾਕੀ ਕਹਿੰਦੇ ਸੀ ਨਾਨਿਆਂ ਮਾਮਿਆਂ ਦਾ ਕੰਮ ਆ, ਤੁਸੀਂ ਸ਼ਗਨ ਦਿੰਦੇ ਹਾਂ। ਅਸੀਂ ਸ਼ਗਨ ਸ਼ੁਰੂ ਕੀਤਾ, ਅਸੀਂ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ, ਅਸੀਂ ਗਰੀਬ ਦੀਆਂ ਬੱਚੀਆਂ ਨੂੰ ਸਾਈਕਲ ਦੇ ਕੇ ਉਹਨਾਂ ਨੂੰ ਵਿੱਦਿਆ ਦੀ ਰੋਕ ਟੋਕ ਨਾ ਹੋ ਸਕੇ ਉਹ ਸਕੀਮ ਸ਼ੁਰੂ ਕੀਤੀ। ਹਰ ਖੇਤਰ ਦੇ ਵਿੱਚ ਅਸੀਂ ਜਿਹੜਾ ਆ ਉਹ ਲੋਕਾਂ ਨੂੰ ਹੈਲਥ ਸਿਸਟਮ ਜਿਹਾ ਦੇ ਕਾਰਡ ਬਣਾ ਕੇ ਦਿੱਤੇ। ਔਰ ਜਿਹੜਾ ਗਰੀਬ ਸੀ ਚਾਹੇ ਉਹ ਕਿਸੇ ਕਮਿਊਨਿਟੀ ਦਾ ਸੀ, ਜਿਹੜਾ ਵਿਚਾਰਾ ਰੋਟੀ ਤੋਂ ਆਵਾਜ਼ਾਰ ਸੀ, ਉਹਨਾਂ ਨੂੰ ਅਸੀਂ ਜਿਹੜੀ ਆ ਆਟਾ ਦਾਲ ਸਕੀਮ ਚਲਾ ਕੇ ਉਹਨਾਂ ਨੂੰ ਰੋਟੀ ਦਾ ਪ੍ਰਬੰਧ ਜਿਹੜਾ ਕਰਕੇ ਦਿੱਤਾ। ਸੋ ਕਈ ਸਾਹਿਬ ਗੱਲਾਂ ਕਰਨੀਆਂ ਬੜੀਆਂ ਸਕਾਲੀਆਂ ਹੁੰਦੀਆਂ ਨੇ, ਉਦੋਂ ਵੀ ਇਹੀ ਪੰਜਾਬ ਸੀ, ਇਹੀ ਸੋਰਸ ਸੀ, ਅਸੀਂ ਇਹ ਸਾਰੀਆਂ ਗੱਲਾਂ ਕਰਨ ਵਿੱਚ ਕਾਮਯਾਬ ਹੋਏ। ਅੱਜ ਉਹੀ ਪੰਜਾਬ ਆ, ਸਰਕਾਰ ਬਦਲੀ ਆ। ਅੱਜ ਪੁੱਛੋ ਲੋਕਾਂ ਨੂੰ ਅੱਜ ਨੀਲਾ ਕਾਰਡ ਦੇ ਰਾਸ਼ਨ ਮਿਲ ਰਿਹਾ, ਅੱਜ ਪੈਨਸ਼ਨ ਲੋਕਾਂ ਨੇ ਕਹਿੰਦੇ ਤਿੱਕੜੀ ਕਰਨੀ, ਅੱਜ ਪੈਨਸ਼ਨ ਆ ਰਹੀ ਆ, ਕਿ ਅੱਜ ਸਮਾਰਟ ਕਾਰਡ ਦੇ ਉੱਪਰ ਲੋਕਾਂ ਦੇ ਮੈਡੀਕਲ ਫ੍ਰੀ ਹੋਣ ਲੱਗ ਪਏ। ਸਾਰੀਆਂ ਸਕੀਮਾਂ ਦੇ ਉੱਪਰ ਉਹ ਬੰਦ ਕਰ ਦਿੱਤੀਆਂ, ਔਰ ਲੋਕ ਅੱਜ ਕੋਈ ਆਪਣੇ ਹੱਥਾਂ 'ਤੇ ਆਪ ਦੁਨੀਆਂ ਵੱਢਦੇ ਕਿ ਕੀ ਹੋ ਗਿਆ। ਸੋ ਇਸ ਕਰਕੇ ਗੱਲਾਂ ਸਾਡੇ ਕੋਲ ਬਹੁਤ ਕੁਛ ਆ ਕਹਿਣ ਲਈ, ਅਸੀਂ ਬਹੁਤ ਕੁਛ ਵੱਡੇ ਜਿਹੜੇ ਕੰਮ ਕੀਤੇ ਆ। ਔਰ ਕਹਾਂ ਵੀ ਮੈਂ ਤੁਹਾਨੂੰ ਦੱਸਦਾ
कि जिदा मैं पहला कहा कि कोई सरकार वो काम ना कर सकती है ना होने है जिहड़े काम साडे पिछले 10 साल दे विच असीं करके दित्ते आ। अज दो तीन शहर आप ये जिहड़े साडे मौजूदा चीफ मिनिस्टर आप मन्ने जाके दिल्ली जाके जिहड़े देश दे मंत्री ने कि साढ़े तीन शहर रह गया जी जिन्हें चार फोर लाइन सड़कों नहीं जोड़िया कृपा करके वह भी जोड़ दौ। हुण बिजली सारे काम जिहड़े बिजली नाल चलते हैं ये बिजली सरप्लस की है किने की है साडी सरकार ने की है असी अज मतलब साढ़े को इन्नी सरप्लस हो गई कैप्टन अमरिंदर सिंह कहिंदा सी जाके दिल्ली कि मैं पाकिस्तान को बिजली देनी चाहना मैं नेपाल को बिजली देनी चाहना कि साढ़े को बिजली सरप्लस है दसो हुण असी झूठ बोले इस गल दे विच। सो इस करके गल्लां कह देणियां कि एक सरकार ने किया कुछ नहीं इतने का जी ये कुछ तो इस करके साडियां कितने ना कितने उन्होंने गल्लां नूं जिहड़े साडे चंगे काम सीगे उन्होंने लोगों ने गलत तरीके दे नाल सानूं ए साडे उत्ते दोष मढ़ के इह जी बरगाड़ी कांड जी इन्होंने सरकार ने करता। मैं उन्होंने भरावां नूं सवाल पुछना चाहुंदा कभी कोई घर का मुखी चाहुंदा कि मेरे घर की बर्बादी हो जाए। जे पंजाब शांति सी अमन सी पंजाब तरक्की दे रस्ते सी ते श्रोमणी अकाली दल नूं की लोड़ पई सी कि असीं पंजाब दा माहौल खराब कर दे। सानूं पता कि असीं दो महीने मालवा खेतर दे विच उन्हां पिंडां दे जिहड़े साडे एम एल ए आ मंत्री आ ਉਹ ਵੀ ਉੱਥੇ ਵੜ ਨਹੀਂ ਸਕੇ ਕਿ ਹਾਲਾਤ ਪੈਦਾ ਹੋਏ ਪੰਜਾਬ ਦਾ ਮਾਹੌਲ ਖਰਾਬ ਕਰਨ ਯਤਨ ਕੀਤਾ ਗਿਆ। ਸੋ ਇਸ ਕਰਕੇ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਦੇ ਹੱਥ ਨੇ ਜਿਹਨਾਂ ਤਾਕਤਾਂ ਨੇ ਸਾਡਾ ਮਾਹੌਲ ਖਰਾਬ ਕਰਕੇ ਉਹਨਾਂ ਦਾ ਨਿਸ਼ਾਨਾ ਇੱਕੋ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰੀਏ ਇਹਨੂੰ ਤਾਕਤ ਤੋਂ ਪਿੱਛੇ ਕਰੀਏ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਤੁਸੀਂ ਸਵਾਲ ਵਿੱਚ ਕੋਈ ਨਹੀਂ ਕੀਤਾ ਅੱਜ ਮੈਂ ਇਹ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਜਿਵੇਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਤੇ ਹਮਲੇ ਹੋਏ ਜਾਂ ਪ੍ਰਕਾਸ਼ ਸਿੰਘ ਬਾਦਲ 'ਤੇ ਸੁਖਬੀਰ ਸਿੰਘ ਬਾਦਲ ਦੇ ਹਮਲੇ ਹੋਏ ਅੱਜ ਜਿਹੜੀਆਂ ਉਹ ਤਾਕਤਾਂ ਆ ਉਹ ਤਾਕਤਾਂ ਕਦੇ ਐਸ ਜੀ ਪੀਸੀ ਦੇ ਹਮਲੇ ਕਰ ਰਹੀਆਂ ਕਦੇ ਅਕਾਲ ਤਖ਼ਤ ਦੇ ਜਹਿਦਾ 'ਤੇ ਹਮਲੇ ਕਰ ਰਹੀਆਂ ਉਹ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਹਮਲੇ ਕਰਨਗੇ ਉਹ ਵੀ ਬਾਣੀ ਦੇ ਵੀ ਕਿੰਤੂ ਪ੍ਰਾਂਤੀ ਕਰਨਗੇ। ਸੋ ਜੇ ਜਿਹੜੀ ਸਾਡੀ ਕੌਮ ਆ ਜੇ ਅਸੀਂ ਪੰਜਾਬੀ ਹਾਂ ਸਿੱਖ ਹਾਂ ਅਸੀਂ ਇਹਨਾਂ ਗੱਲ ਤੋਂ ਸੁਚੇਤ ਨਾ ਹੋਏ ਅਸੀਂ ਉਹ ਚਾਲਾਂ ਨੂੰ ਨਾ ਸਮਝ ਸਕੇ ਅਤੇ ਬਹੁਤ ਬੜਾ ਦੁਖਾਂਤ ਜਿਹੜਾ ਆ ਉਹ ਪੰਜਾਬ ਦਾ ਨਹੀਂ ਸਿੱਖਾਂ ਦਾ ਸਾਡਾ ਹੋ ਸਕਦਾ। ਸੋ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਆ ਆਪਣਾ ਪਛਾਣਨ ਦੀ ਲੋੜ ਆ ਕਿ ਚੰਗਾ ਕਿਹੜਾ ਅਤੇ ਮਾੜਾ ਕਿਹੜਾ ਜਿਹੜਾ ਬੰਦਾ ਕੰਮ ਕਰਦਾ ਕਿਤੇ ਨਾ ਕਿਤੇ ਉਹਦੇ ਕੋਲੋਂ ਗਲਤੀ ਹੋ ਜਾਂਦੀ ਆ ਚਾਹੇ ਮੈਂ ਹੋਵਾਂ ਚਾਹੇ ਮੇਰਾ ਬਾਪ ਹੋਵੇ ਮੇਰਾ ਬੱਚਾ ਹੋਵੇ ਕੰਮ ਕਰਨ ਵਾਲੇ ਕੋਲੋਂ ਗਲਤੀ ਹੋ ਸਕਦੀ ਆ ਪਰ ਇਹਦਾ ਮਤਲਬ ਉਹ ਨਹੀਂ ਹੁੰਦਾ ਕਿ ਉਹਦੀ ਸਾਡੀ ਕੋਲ ਪੰਜਾਬ ਨਾਲ ਹਮਦਰਦੀ ਨਹੀਂ ਸਾਡੀ ਲੜਾਈ ਪੰਜਾਬ ਲਈ ਆ ਸਾਡੀ ਕੋਲ ਲੜਾਈ ਹੋਰ ਕਿਸੇ ਸੂਬੇ ਲਈ ਨਹੀਂ ਅਸੀਂ ਪੰਜਾਬ ਲਈ ਲੜੇ ਹਾਂ ਪੰਜਾਬ ਲਈ ਲੜਦੇ ਰਹਾਂਗੇ। ਸੋ ਉਸ ਕਰਕੇ ਮੈਂ ਬੇਨਤੀ ਕਰਦਾ ਕਿ ਸਾਡੀ ਜੋ ਸਾਡੇ ਚੰਗੇ ਕਾਰਜ ਨੇ ਉਹਨਾਂ ਕੰਮਾਂ ਵੱਲ ਨੂੰ ਵੀ ਧਿਆਨ ਦਿੱਤਾ ਜਾਵੇ ਜੇ ਕਿਤੇ ਅਸੀਂ ਨੜਿੱਡਵੇਂ ਚੰਗੇ ਕੀਤੇ ਇੱਕ ਮਾੜਾ ਹੋ ਗਿਆ ਤਾਂ ਇੱਕ ਮਾੜੇ ਦੀ ਗੱਲ ਨਾ ਵਾਰ ਵਾਰ ਦੁਹਰਾਈ ਜਾਵੇ ਜਿਹੜੇ ਚੰਗੇ ਹੋਏ ਆ ਉਹਨਾਂ ਨੂੰ ਵੀ ਜ਼ਰੂਰ ਵਿਚਾਰਿਆ ਜਾਵੇ। ਠੰਡਾ ਸਾਹਿਬ ਬਿਲਕੁਲ ਵਿਚਾਰਿਆ ਜਾਵੇ। ਹੁਣ ਮੈਂ ਥੋੜ੍ਹੇ ਮੇਰੇ ਵਿਊਰ ਨੇ ਵੀ ਮੈਨੂੰ ਭੇਜਤੇ ਮਾਫ਼ੀ ਚਾਹੂੰਗਾ ਇਸ ਤੋਂ ਬਾਅਦ ਮੈਂ ਅਜਨੋਹਾ ਸਾਹਿਬ ਨੂੰ ਟਾਈਮ ਦੇਊਂਗਾ ਕਿਉਂਕਿ ਮੇਰੇ ਕੋਲ ਜਿਹੜੇ ਕੁਐਸਚਨ ਆ ਜਾਂ ਆਨਸਰ ਉਹ ਮੈਂ ਜ਼ਰੂਰ ਕਰਾਂਗਾ। ਤੁਸੀਂ ਸਕਾਈ ਓਵਰ ਬ੍ਰਿਜਾਂ ਦੀ ਗੱਲ ਕੀਤੀ ਹੈ ਜੇ ਤੁਸੀਂ ਮੈਂ ਗਲਤ ਨਾ ਹੋਵਾਂ ਵਿਊਰ ਨਾਲ ਗਲਤ ਹੋਣ ਇਹ ਸੈਂਟਰ ਦਾ ਮਹਿਕਮਾ ਹੁੰਦਾ ਮੰਡੀ ਬੋਰਡ ਕਿਉਂਕਿ ਉਹਦੇ ਵਿੱਚ ਪੰਜਾਬ ਦਾ ਕੋਈ ਲੈਣ ਦੇਣ ਨਹੀਂ ਹੈਗਾ ਤੁਸੀਂ ਉਹ ਆਪਣੇ ਨਾਂ ਤੁਸੀਂ ਉਹ ਕਹਿ ਰਹੇ ਵੀ ਪੰਜਾਬ ਸਰਕਾਰ ਨੇ ਕੀਤਾ। ਦੂਸਰੀ ਗੱਲ ਸਵੱਛ ਭਾਰਤ ਵੀ ਇੱਕ ਪਾਣੀ ਦਾ ਵੀ ਉਹ ਵੀ ਇੱਕ ਸੈਂਟਰ ਗਵਰਨਮੈਂਟ ਦੇ ਸੈਂਟਰ ਦੇ ਅਧੀਨ ਆਉਂਦੇ ਆ ਅਤੇ ਤੀਸਰੀ ਗੱਲ ਬਿਜਲੀ ਦੇ ਮੁਫ਼ਤ ਦੀ ਗੱਲ ਕੀਤੀ ਹੈ ਉਹਦੇ ਵਿੱਚ ਮੇਰਾ ਖਿਆਲ ਨਹੀਂ ਕਿ ਛੋਟੇ ਕਿਸਾਨਾਂ ਨੂੰ ਘੱਟ ਫਾਇਦਾ ਹੋਇਆ ਵੱਡੇ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਬਹੁਤ ਵੱਡੇ ਵੱਡੇ ਜ਼ਮੀਨਾਂ ਜਾਂ ਮੋਟਰਾਂ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਇਆ ਫ੍ਰੀ ਦੇ ਵਿੱਚ। ਦੂਸਰੀ ਗੱਲ ਤੀਸਰੀ ਗੱਲ ਤੁਸੀਂ ਕੀਤੀ ਹੈ ਸਰਪਲਸ ਬਿਜਲੀ ਮੇਰਾ ਨਹੀਂ ਖਿਆਲ ਹਾਲੇ ਤੱਕ ਸਰਪਲਸ ਹੋਈ ਹੈ ਬਹੁਤ ਲੰਬੇ ਲੰਬੇ ਕੱਟ ਲੱਗ ਰਹੇ ਆ ਕਿਉਂਕਿ ਮੈਂ ਵੀ ਪੰਜਾਬ ਨਾਲ ਕਿਤੇ ਨਾ ਕਿਤੇ ਕਨੈਕਟਡ ਰਹਿੰਦਾ ਹਮੇਸ਼ਾ ਗੱਲਬਾਤ ਨਹੀਂ ਬਹੁਤ ਲੰਬੇ ਲੰਬੇ ਜੱਟਾਂ ਨੂੰ ਪੁੱਛਿਆ ਜਾਵੇ ਜੱਟਾਂ ਦੇ ਵਿੱਚ ਬਹਿ ਕੇ ਇੱਕ ਮਿੰਟ ਠੰਡਲ ਸਾਹਿਬ ਨਹੀਂ ਤੁਹਾਡੀ ਸਰਕਾਰ ਦੇ ਵਿੱਚ ਹੀ ਲੱਗ ਰਹੇ ਸੀਗੇ ਇਹ ਇੱਕ ਮਿੰਟ ਮੈਨੂੰ ਮੈਂ ਤੁਹਾਨੂੰ ਨਹੀਂ ਰੋਕਿਆ ਸੀ ਕਿਉਂਕਿ ਮੇਰੇ ਕੋਲ ਵਿਊ ਆਲਰੇਡੀ ਤੁਹਾਡੇ ਜਦੋਂ ਤੁਸੀਂ ਮੈਸੇਜ ਕਰਦੇ ਜਵਾਬ ਦਿੰਦੇ ਨਾਲ ਦੀ ਨਾਲ ਮੇਰੇ ਕੋਲ ਮੈਸੇਜ ਪਹੁੰਚ ਜਾਂਦੇ ਆ। ਤੀਸਰੀ ਗੱਲ ਬਰਗਾੜੀ ਕਾਰਡ ਤੁਸੀਂ ਗੱਲ ਕਿਹਾ ਵੀ ਘਰ ਦਾ ਮੁਖੀ ਨਹੀਂ ਚਾਹੂਗਾ ਘਰ ਦਾ ਹਾਲਾਤ ਖਰਾਬ ਹੋਵੇ ਉਹ ਹਾਲਾਤ ਘਰ ਦੇ ਮੁਖੀ ਨੂੰ ਇਹੋ ਜਿਹੀ ਮੁਸੀਬਤ ਦੇ ਵਿੱਚ ਫਸ ਗਿਆ ਸੀ ਜਦੋਂ ਕਿਸਾਨਾਂ ਦਾ ਅੰਦੋਲਨ ਉੱਪਰ ਚੜ੍ਹ ਗਿਆ ਸੀ ਟ੍ਰੇਨਾਂ ਬਲੋਕ ਹੋ ਰਹੀਆਂ ਸੀ ਅਤੇ ਘਰ ਦੇ ਮੁਖੀ ਨੂੰ ਕੋਲ ਹੋਰ ਕੋਈ ਇਹੋ ਜਿਹਾ ਨਹੀਂ ਸੀ ਉਹਨਾਂ ਨੇ ਇਹੋ ਜਿਹਾ ਰਾਹ ਲੱਭਿਆ ਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਇਸ ਵੇਲੇ ਸਿਰ ਚੜ੍ਹ ਗਿਆ ਓਵਰ ਕੰਟਰੋਲ ਹੋ ਗਿਆ ਇਸ ਨੂੰ ਇਹਦਾ ਦੂਸਰੇ ਪਾਸੇ ਰੁੱਖ ਕਰਨ ਦੇ ਲਈ ਇਹ ਨਵਾਂ ਰਸਤਾ ਅਪਣਾਇਆ ਜਿਹੜਾ ਕਿ ਇੱਕ ਖਤਰਨਾਕ ਘਾਤ ਹੋਇਆ ਪਰ ਘਰ ਦੇ ਮੁਖੀ ਨੂੰ ਇਹ ਨਹੀਂ ਪਤਾ ਸੀਗਾ ਇੰਨਾ ਘਾਤ ਖਤਰਨਾਕ ਉਹਦਾ ਨਤੀਜਾ
ਨਤੀਜਾ ਹੋਵੇਗਾ। ਤੀਸਰੀ ਗੱਲ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਉਹ ਮੈਨੂੰ ਨਹੀਂ ਮੇਰੇ ਵਿਊਰ ਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ ਵੀ ਉੱਥੇ ਕੀ ਹੋ ਰਿਹਾ ਸ਼੍ਰੋਮਣੀ ਕਮੇਟੀ ਜਿਹੜੀ ਆ ਇਸ ਵੇਲੇ ਕੀ ਕਰ ਰਹੀ ਹੈ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਇਹੋ ਜਿਹਾ ਬਿਆਨ ਦਿੱਤਾ ਦੂਸਰੇ ਦਿਨ ਉਹਨੂੰ ਉਤਾਰ ਦਿੱਤਾ ਜਾਂਦਾ ਅਕਾਲ ਤਖ਼ਤ ਜਥੇਦਾਰ ਨੂੰ ਅਗਰ ਮਾੜਾ ਜਿਹਾ ਵੀ ਕੋਈ ਇਹੋ ਜਿਹਾ ਬਿਆਨ ਦੇ ਦਿੰਦੇ ਆ ਉਸਨੂੰ ਉਤਾਰ ਦਿੱਤਾ ਜਾਂਦਾ ਅੱਜ ਤੱਕਰ ਪੌਪ ਕ੍ਰਿਸਚੀਅਨ ਦਾ ਉਹ ਇੱਕ ਹੁੰਦਾ ਉਹਨੂੰ ਸਾਰੀ ਦੁਨੀਆ ਮੰਨਦੀ ਹੈ ਕਿਉਂ ਨਹੀਂ ਅਸੀਂ ਅਕਾਲ ਤਖ਼ਤ ਨੂੰ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਇੱਕ ਹੀ ਫੈਮਿਲੀ ਦੇ ਅਧੀਨ ਉਹ ਕਿਉਂ ਵੱਧ ਕੇ ਰਹਿੰਦਾ ਕਿਉਂ ਨਹੀਂ ਉਹਨੂੰ ਕੌਮ ਦਾ ਜਥੇਦਾਰ ਬਣਿਆ ਬਣਾਇਆ ਜਾਂਦਾ ਇਹ ਮੇਰੇ ਕੁਐਸਚਨ ਨਹੀਂ ਮੇਰੇ ਵੀਓ ਦੇ ਹਾਂਜੀ ਦਲਜੀਤ ਸਿੰਘ ਅਜਨੋਹਾ ਸਾਹਿਬ ਕਿਉਂਕਿ ਮੇਰੇ ਕੋਲ ਕੁਐਸਚਨ ਇੰਨੇ ਆ ਚੁੱਕੇ ਸੀ ਮੈਨੂੰ ਪੁੱਛਣੇ ਮੇਰੀ ਮਜਬੂਰੀ ਸੀ ਅਜਨੋਹਾ ਸਾਹਿਬ ਮਾਫ਼ੀ ਚਾਹਾਂਗੇ ਬਿਕਰਮ ਜੀ ਮੈਂ ਸਮਝਦਾ ਵੀ ਜਿਹੜੇ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੀ ਗੱਲ ਚੱਲਦੀ ਸੀ ਵੀ ਮੈਂ ਉਹਦੇ ਵਿੱਚ ਇੰਟਰਫੇਅਰ ਨਾ ਕਰਾਂ ਕਿਉਂਕਿ ਬੇਸਿਕਲੀ ਸਾਡਾ ਕੰਮ ਹੀ ਇਹ ਆ ਵੀ ਆਪਣੇ ਵਿਊਅਰਸ ਨੂੰ ਵਧੀਆ ਤੋਂ ਵਧੀਆ ਜਾਣਕਾਰੀ ਦੇਣੀ ਔਰ ਵਧੀਆ ਤੋਂ ਵਧੀਆ ਗੱਲਾਂ ਜਿਹੜੀਆਂ ਆਪਾਂ ਉਹਨਾਂ ਨੂੰ ਜਾਣਕਾਰੀ ਅਸਲੀ ਜਾਣਕਾਰੀ ਐਕਚੁਅਲ ਜਿਹੜੀ ਜਾਣਕਾਰੀ ਆ ਤੱਥਾਂ ਦੇ ਆਧਾਰ 'ਤੇ ਜਾਣਕਾਰੀ ਮੁਹੱਈਆ ਕਰਾਉਣੀ ਆ ਸੋ ਥੰਡਲ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਸੀ ਥੰਡਲ ਸਾਹਿਬ ਵਾਰ ਵਾਰ ਕਹਿ ਰਹੇ ਸੀ ਕਿ ਤੁਸੀਂ ਲੱਗਦੇ ਹੋ ਤੁਸੀਂ ਵੀ ਕਹਿ ਰਹੇ ਸੀ ਵੀ ਨੋਆ ਇੰਟਾਈਮ ਮੇਰੇ ਤਾਂ ਸਵਾਲਾਂ ਦਾ ਜਵਾਬ ਥੰਡਲ ਸਾਹਿਬ ਖੁਦ ਹੀ ਦੇ ਰਹੇ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਸਵਾਲਾਂ ਦੀ ਕਿਤੇ ਲੋੜ ਆ ਪਰ ਫਿਰ ਵੀ ਮੈਂ ਚਾਹਾਂਗਾ ਵੀ ਆਪਣੇ ਪਰਦੇਸੀ ਟੀਵੀ ਦੇ ਦਰਸ਼ਕਾਂ ਨੂੰ ਆਪਾਂ ਇੱਕ ਦੱਸ ਦਈਏ ਮੇਰੀ ਇੱਛਾ ਸੀ ਵੀ ਆਪਾਂ ਇਹ ਗੱਲਬਾਤ ਨੈਸ਼ਨਲ ਪੱਧਰ 'ਤੇ ਚੱਲ ਰਹੀ ਸੀ ਪਰ ਆਪਾਂ ਥੰਡਲ ਸਾਹਿਬ ਨੂੰ ਵਧਾਈਆਂ ਵੀ ਦਈਏ ਕਿਉਂਕਿ ਇਸ ਗੱਲ ਦੇ ਵਿੱਚ ਵਧਾਈਆਂ ਨਾ ਸਾਡੀਆਂ ਰਹਿ ਜਾਣ ਇਹ ਇਹਨਾਂ ਨੂੰ ਹੁਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਮਾਨਯੋਗ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਤੇ ਇਹਨਾਂ ਨੂੰ ਮਤਲਬ ਇਹ ਵਧਾਈ ਦੇ ਪਾਤਰ ਨੇ ਅਸੀਂ ਇਹਨਾਂ ਦੀ ਜੀਆਂ ਦੇ ਵਿੱਚ ਇਹ ਗੱਲ ਕਹਿਣੀ ਸੀ ਮੈਂ ਸਮਝਦਾ ਵੀ ਥੋੜ੍ਹੇ ਅੱਗੇ ਜਾ ਕੇ ਵਧਾਈਆਂ ਦੇਵਾਂਗੇ ਨਾਲੇ ਵਧਾਈਆਂ ਸੋਲਿਡ ਹੋ ਜਾਣਗੀਆਂ ਔਰ ਉਹ ਸਾਡੇ ਵਿਸ਼ੇ ਇਸ ਤਰ੍ਹਾਂ ਚੱਲ ਪਿਆ ਅਤੇ ਆਪਾਂ ਇਹ 'ਚ ਨਹੀਂ ਮੈਨਸ਼ਨ ਕਰ ਸਕੇ ਦੂਸਰੀ ਗੱਲ ਠੰਡਾ ਸਾਹਿਬ ਆਪਾਂ ਗੱਲ ਚੱਲਦੀ ਸੀਗੀ ਤੁਸੀਂ ਗੱਲ ਕੀਤੀ ਆ ਵੀ ਪਿਛਲੇ 10 ਸਾਲ ਦੇ ਵਿੱਚ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਵਧੀਆ ਤੋਂ ਵਧੀਆ ਜਿੱਦਾਂ ਦਾ ਕੋਈ ਵਰਗ ਸੀਗਾ ਉੱਦਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸੜਕਾਂ ਬਣਾਈਆਂ ਗਈਆਂ ਆਮ ਪਬਲਿਕ ਲਈ ਬਣਾਈਆਂ ਪੈਨਸ਼ਨਾਂ ਇੱਕ ਸਮਾਜ ਦੇ ਤਬਕੇ ਨੀਲੇ ਕਾਰਡ ਦਾ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਉਹ ਗੱਲ ਕਰਦੇ ਕਿ ਕੋਈ ਬਾਹਰੀ ਤਾਕਤਾਂ ਹੈ ਜਿਹੜੀਆਂ ਇੱਥੇ ਭਾਰੂ ਹੋ ਗਈਆਂ ਕੀ ਕਾਰਨ ਸਾਹਿਬ 10 ਸਾਲਾਂ ਦੇ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰੀਆਂ ਸਮਾਜ ਦੇ ਸਾਰੇ ਵਰਗਾਂ ਨੂੰ ਸੀਨੇ ਨਾਲ ਲਾਇਆ ਹਰ ਤਰ੍ਹਾਂ ਦੀ ਸਹੂਲਤ ਫਿਰ ਵੀ ਲੋਕਾਂ ਨੇ ਇਹ ਫਤਵਾ ਕਿਉਂ ਦਿੱਤਾ ਕਿ ਇਹ ਸਰਕਾਰ ਅਕਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਪੰਜਾਬ ਦੇ ਵਿੱਚੋਂ ਨਕਾਰ ਕੇ ਦਿੱਤਾ ਔਰ ਜੇ ਸਰਕਾਰ ਦਾ ਕਾਂਗਰਸ ਦਾ ਕੋਈ ਨਾਮ ਨਹੀਂ ਸੀ ਕੋਈ ਗੱਲ ਨਹੀਂ ਸੀ ਬਾਤ ਨਹੀਂ ਉਹ ਵਧੀਆ ਭਾਰੀ ਗਿਣਤੀ ਨਾਲ ਜਿੱਤੇ ਇਹਦਾ ਕੀ ਕਾਰਨ ਆ ਕਿ ਉਹ ਬਾਹਰੀ ਤਾਕਤਾਂ ਜਿਹੜੀਆਂ ਫੁੱਟਬਾਲ ਤਾਕਤਾਂ ਜਿਹਨਾਂ ਦਾ ਤੁਸੀਂ ਅਕਸਰ ਜ਼ਿਕਰ ਕੀਤਾ ਇਸ ਲਾਈਵ ਦੇ ਵਿੱਚ ਉਹ ਕਿ ਤਾਕਤਾਂ ਉਹਨਾਂ ਕੰਮਾਂ 'ਤੇ 10 ਸਾਲ ਦੇ ਕੰਮਾਂ 'ਤੇ ਭਾਰੂ ਪੈ ਗਈਆਂ ਇਹਨਾਂ ਦਾ ਕੀ ਕਾਰਨ ਦੇਖੋ ਮੈਂ ਸਮਝਦਾ ਕਿ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਹਿੰਦੁਸਤਾਨ ਦਾ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਬਣਦੀ ਸੀ 1.5 ਸਾਲ 2 ਸਾਲ ਮਤੀ ਚੱਲਦੀ ਔਰ ਹਮੇਸ਼ਾ ਕੋਈ ਨਾ ਕੋਈ ਸੈਂਟਰ ਦੀ ਸਰਕਾਰ ਨੇ ਆਪਣਾ ਬਹਾਨਾ ਲੱਭ ਕੇ ਇਹ ਅਕਾਲੀ ਦਲ ਨੂੰ ਸੱਤਾ ਵਿੱਚ ਨਹੀਂ ਰਹਿਣ ਦਿੱਤਾ ਇਹ ਪਹਿਲੀ ਵਾਰੀ ਹੋਇਆ ਕਿ 97 'ਚ 5 ਸਾਲ ਸਾਡੀ ਸਰਕਾਰ ਚੱਲੀ ਉਸ ਤੋਂ ਬਾਅਦ 7 ਤੋਂ ਲੈ ਕੇ 17 ਤੱਕ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਪੰਜਾਬ ਵਿੱਚ ਚੱਲੀ ਆ ਔਰ ਉਹ ਲੋਕ ਇਸ ਗੱਲ ਨੂੰ ਨਹੀਂ ਬਰਦਾਸ਼ਤ ਕਰਦੇ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਜਿਹਨੇ ਪੰਜਾਬ ਤੋਂ ਬਾਅਦ ਦਿੱਲੀ ਵਿੱਚ ਜਾ ਕੇ ਵੀ ਸੱਤਾ ਹਾਸਲ ਕੀਤੀ ਹੈ ਕਿ ਉਹ ਇਹ ਹੋਰ ਤਾਕਤ ਜਿਹੜੀ ਗਾਹਾਂ ਵਧੇ ਮੈਂ ਬਾਹਰਲੀਆਂ ਤਾਕਤਾਂ ਇਸ ਕਰਕੇ ਗੱਲ ਕਰਦਾ ਕਿ ਸਾਡੇ ਉਹਨਾਂ ਭਰਾਵਾਂ ਨੇ 2 ਕਰੋੜ ਰੁਪਈਆ ਜਿਹੜਾ ਆ ਪੰਜਾਬ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਫੰਡਿੰਗ ਕੀਤੀ ਹੈ ਔਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਆ ਕੇ ਉਹ ਸਾਡੇ ਖਿਲਾਫ਼ ਹਲਕਿਆਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਨੇ ਇਹ ਪ੍ਰਚਾਰ ਕੀਤਾ ਔਰ ਕਈਆਂ ਨੇ ਤਾਂ ਅਸੀਂ ਜੇ ਕੋਈ ਜ਼ਿਮੀਂਦਾਰ ਕਿਸਾਨ ਭਰਾ ਕਿਸੇ ਜ਼ਮੀਨ ਵਾਹੁੰਦਾ ਸੀ ਉਹਨੂੰ ਕਿਹਾ ਤੈਨੂੰ ਜ਼ਮੀਨ ਦੇਣੀ ਤਾਂ ਆ ਜੇ ਤੂੰ ਵੋਟ ਜਿਹੜੀ ਆ ਉਹ ਦੂਜੇ ਪਾਸੇ ਪਾਵੇਂ ਕਈਆਂ ਦੇ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ ਇਸ ਗੱਲ ਥ੍ਰੈਟ ਕੀਤਾ ਕਿ ਤੁਹਾਨੂੰ ਪੈਸਾ ਤਾਂ ਭੇਜਾਂਗੇ ਜੇ ਤੁਸੀਂ ਵੋਟ ਦੂਜੇ ਪਾਸੇ ਪਾਵੋਗੇ ਇਸ ਕਰਕੇ ਜੇ ਬਾਹਰਲੇ ਕੰਟਰੀਆਂ ਤੋਂ ਟੈਲੀਫੋਨ ਆਉਂਦੇ ਆ ਪੈਸੇ ਆਉਂਦੇ ਆ ਤਾਂ ਫਿਰ ਇੱਥੋਂ ਗੱਲ ਸਾਬਤ ਹੁੰਦੀ ਹੈ ਕਿ ਬਾਹਰਲੇ ਕੋਈ ਨਾ ਕੋਈ ਉਸ ਚੀਜ਼ ਤਾਕਤ ਸੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਲਾਂਭੇ ਕਰਨਾ ਚਾਹੁੰਦੀ ਸੀ ਇਸ ਕਰਕੇ ਉਹਦੇ ਇਹ ਵੱਡੇ ਕਾਰਨ ਬਣੇ ਆ ਜਿਹਦੇ ਕਰਕੇ ਮਤਲਬ ਸਰਕਾਰ ਜਿਹੜੀ ਤਬਦੀਲੀ ਆਈ ਹੈ ਸੋ ਮੈਂ ਇਹ ਜ਼ਰੂਰ ਗੱਲ ਕਹਿਣੀ ਚਾਹੁੰਦਾ ਤੁਸੀਂ ਸਵਾਲ ਕੀਤਾ ਕਿ ਕਾਂਗਰਸ ਤਾਕਤ ਲੈ ਗਈ ਜੀ ਹਾਲਾਂਕਿ ਵਿਦੇਸ਼ਾਂ ਦੇ ਵਿੱਚੋਂ ਕਾਂਗਰਸ ਹੱਕ ਵਿੱਚ ਗੱਲ ਨਹੀਂ ਸੀ ਆ ਰਹੀ ਉਹ ਆਮ ਆਦਮੀ ਪਾਰਟੀ ਦੀ ਗੱਲ ਆ ਰਹੀ ਸੀ ਪਰ ਆਮ ਆਦਮੀ ਪਾਰਟੀ ਦੇ ਜਿਹੜਾ ਉਸ ਵੇਲੇ 2-4 ਕੁ ਇਹੋ ਜਿਹੀਆਂ ਘਟਨਾਵਾਂ ਕਰ ਦਿੱਤੀਆਂ ਕਿ ਉਹਨਾਂ ਨੇ ਅੰਮ੍ਰਿਤਸਰ 'ਤੇ ਆ ਕੇ ਜਿਹੜਾ ਆ ਉਹ ਦਰਬਾਰ ਸਾਹਿਬ ਦੀ ਫੋਟੋ ਦੇ ਉੱਪਰ ਆਪਣਾ ਨਿਸ਼ਾਨ ਲਾ ਦਿੱਤਾ ਜੀ ਕਦੇ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਨਵੇਂ ਪਾਤਸ਼ਾਹ ਦਾ ਗੁਰਦੁਆਰਾ ਉਹਦੇ ਉੱਤੇ ਜਿਹੜਾ ਪਿਆ ਸੀ ਉਹ ਤੋੜ ਦਿੱਤਾ ਕਦੇ ਉਹਨਾਂ ਨੇ ਕੋਈ ਹੋਰ ਇਹੋ ਜਿਹਾ ਨੰਬਰ ਕੱਟੇ ਚਾਹੇ ਉਹ ਜਿੱਥੋਂ ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਮਨ ਦੇ ਵਿੱਚ ਤਬਦੀਲੀ ਆ ਗਈ ਔਰ ਲਾਸਟ ਮੂਮੈਂਟ ਦੇ ਵਿੱਚ ਆ ਕੇ ਜਿਹੜੀਆਂ ਵੋਟਾਂ ਆ ਉਹ ਕਾਂਗਰਸ ਦੇ ਹੱਥ ਉਹ ਜ਼ਿਆਦਾ ਮਿਲੀਆਂ ਉਸ ਕਰਕੇ ਮੈਂ ਇਹ ਗੱਲ ਕਰਦਾ ਕਿ ਜੇ ਇਸ ਗੱਲ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਬਾਹਰਲੀਆਂ ਤਾਕਤਾਂ ਨੇ ਬਾਹਰਲੇ ਲੋਕਾਂ ਨੇ ਪੈਸਾ ਫੰਡਿੰਗ ਵੀ ਕੀਤੀ ਹੈ ਔਰ ਇੱਥੇ ਆ ਕੇ ਸਾਡੇ ਖਿਲਾਫ਼ ਜਿਹੜਾ ਉਹਨੀ ਵੱਡੇ ਤੌਰ 'ਤੇ ਪ੍ਰਚਾਰ ਵੀ ਕੀਤਾ ਸਰ ਮੇਰਾ
ਵੀ ਜੀ 10 ਸਾਲ ਬਿਕਰਮ ਜੀ ਪਲੀਜ਼ ਇਹ ਮੇਰਾ 10 ਸਾਲ ਤੁਸੀਂ ਕੰਮ ਕੀਤੇ ਸਮਾਜ ਦੇ ਹਰ ਵਰਗ ਨੂੰ ਦਿੱਤੇ ਜੀ ਹੋਰ ਸਹੀ ਆ ਮੇਰਾ ਸਵਾਲ ਇਸ ਹੈ ਵੀ ਜਿੱਦਾਂ ਤੁਸੀਂ ਇੱਕ ਜ਼ਮੀਨ ਨਾਲ ਜੁੜੇ ਹੋ ਲੀਡਰ ਹੋ ਹਰ ਤਰ੍ਹਾਂ ਦੇ ਮਤਲਬ ਤੁਸੀਂ ਕੰਮ ਕੀਤੇ ਆ ਆਪਣੇ ਆਪਣੇ ਕੀਤੇ ਆ ਸਵਾਲ ਨੂੰ ਇੱਥੇ ਲਿਆਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਹੜੇ 10 ਸਾਲ ਦੇ ਤੁਸੀਂ ਹਰ ਸਮਾਜ ਦੇ ਉਹ ਬੰਦੇ ਕੀ ਉਹਨਾਂ ਵਿਦੇਸ਼ੀ ਤਾਕਤਾਂ ਦੇ ਨੀਚੇ ਆ ਗਏ ਜਾਂ ਉਹਨਾਂ ਨਾਲ ਉਹ ਦੱਬ ਗਏ ਜਾਂ ਉਹ ਮਤਲਬ ਜਿਹੜੀਆਂ ਦੂਸਰੇ ਬੰਦੇ ਸੀ ਜਿੱਦਾਂ ਉਹਨਾਂ ਤੁਸੀਂ ਹੁਣੇ ਹੁਣੇ ਗੱਲ ਕੀਤੀ ਆ ਤੇ ਉਹਨਾਂ ਦਾ ਬੇਟਾ ਬਾਹਰ ਗਿਆ ਵਿਦੇਸ਼ ਦੇ ਵਿੱਚ ਉਹਨੇ ਆਪਣੇ ਪੇਰੈਂਟਸ ਨੂੰ ਇਹ ਗੱਲ ਕਹੀ ਕਿ ਤੁਸੀਂ ਵੋਟ ਉਹਨੂੰ ਪਾਓ ਜੀ ਕੀ ਉਹ ਜਿਹੜੇ ਪੇਰੈਂਟਸ ਸੀਗੇ ਜਿਨ੍ਹਾਂ ਨੇ ਗਾਹੇ ਵਗਾਹੇ ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲੋਂ ਤੁਸੀਂ ਕੈਬਨਿਟ ਮੰਤਰੀ ਜਾਂ ਪੂਰੇ ਪੰਜਾਬ ਨੂੰ ਦੇਖਿਆ ਨਾ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਨੂੰ ਨਾ ਕਿ ਵਿਧਾਨ ਸਭਾ ਦਾ ਚੱਬੇਵਾਲ ਨੂੰ ਦੇਖਿਆ ਗਾਹੇ ਵਗਾਹੇ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀ ਲੋੜ ਪੂਰੀ ਕੀਤੀ ਚਾਹੇ ਜਾਤੀ ਤੌਰ ਤੇ ਜਾਂ ਜਿਵੇਂ ਤੁਹਾਡੇ ਕੋਲ ਰਿਕੁਐਸਟ ਕੀਤੀ ਜਾਂ ਸਰਕਾਰੀ ਤੌਰ ਤੇ ਕੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਹ ਨਹੀਂ ਕਿਹਾ ਵੀ ਅਸੀਂ ਆਹ ਕਰਦੇ ਹਾਂ ਤੇ ਸਾਡੇ ਤਾਂ ਪੰਜਾਬ 'ਚ ਆਹ ਕੁਛ ਮਹੱਈਆ ਕਰ ਤੁਸੀਂ ਕਿਉਂ ਕਰ ਰਹੇ ਹੋ ਕਿ ਕਿਸੇ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਕੋਈ ਨਾਂ ਨਹੀਂ ਕਿ ਉਹ ਬੱਚੇ ਜਿਹੜੇ ਬਾਹਰੋਂ ਕਰ ਕੀ ਇਹ ਸਾਡੇ ਪੇਰੈਂਟਸ ਜਿਨ੍ਹਾਂ ਨੇ ਤੁਹਾਤੋਂ ਕੰਮ ਕਰਾਏ ਸੀ ਜਾਂ ਤੁਸੀਂ ਕੀਤੇ ਆ ਕੋਈ ਸਰਕਾਰ ਦੇ ਵੱਲੋਂ ਕੀਤੇ ਆ ਸਹੂਲਤਾਂ ਦਿੱਤੀਆਂ ਕਿ ਉਹ ਅਸਫਲ ਰਹੇ ਆਪਣੇ ਬੱਚਿਆਂ ਨੂੰ ਕਨਵੇ ਕਰਨ 'ਚ ਕਿ ਜਿਹੜੇ NRI ਆ ਲੱਖਾਂ ਤੁਸੀਂ NRI ਆਪਣੀ ਸਰਕਾਰ ਦੇ ਦੌਰਾਨ 10 ਸਾਲ ਦੇ ਦੌਰਾਨ ਇਹ ਮੈਂ ਨਹੀਂ ਜਾਣਦਾ ਸਾਡੇ ਵੀਵਰ ਜਾਣਦੇ ਪਰਦੇਸੀ ਟੀਵੀ ਦੇ ਸਾਰੇ NRI ਨੇ ਤੁਸੀਂ ਇੰਨੀਆਂ ਸਹੂਲਤਾਂ ਕਰਾਈਆਂ ਥਾਣੇ ਬਣਾਏ ਹੋਰ ਉਹਨਾਂ ਦੀਆਂ ਜ਼ਮੀਨਾਂ ਲਈ ਕਰਾਈਆਂ ਤੁਸੀਂ ਆਨਲਾਈਨ ਸਾਰਾ ਕੁਝ ਕਰਾਇਆ ਫਿਰ ਵੀ NRI ਇੱਕ ਬੇਬ ਚੱਲ ਪਈ ਉਹ ਇਹਨਾਂ ਨੇ ਆ ਕੇ ਤੁਹਾਡੇ ਮੁਖਾਲਫਤ ਕੀਤੀ ਇੱਥੇ ਆ ਕੇ ਇਲੈਕਸ਼ਨ ਦੇ ਦੌਰਾਨ ਮੁਖਾਲਫਤ ਕੀਤੀ ਇਹਦਾ ਮਤਲਬ ਮੇਰਾ ਸਵਾਲ ਇਹ ਹੈ ਵੀ ਇਹਨਾਂ ਦਾ ਕੀ ਕਾਰਨ ਹੋਇਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਆਪਾਂ ਇੱਕੋ ਗੱਲ ਕਰਦੇ ਹਾਂ ਵੀ ਦੂਜੀਆਂ ਤਾਕਤਾਂ ਸਾਰੀਆਂ ਉਹ ਤਾਕਤਾਂ ਸਾਡੀ ਦੋ ਹੋਈ ਨਾ ਤਿੰਨ ਉਹ ਇਹਨਾਂ ਕੰਮਾਂ 'ਤੇ ਕਿੱਦਾਂ ਮਤਲਬ ਭਾਰੂ ਹੋ ਗਈਆਂ ਇਹਨਾਂ ਦਾ ਕੀ ਕਾਰਨ ਸਰ ਇਹ ਪਰਦੇਸੀ ਟੀਵੀ ਦੇ ਦਰਸ਼ਕਾਂ ਨੂੰ ਜ਼ਰੂਰ ਰਿਲਾਈਜ਼ ਦਿੱਤੇ ਦੇਖੋ ਦੋ ਗੱਲਾਂ ਦੇ ਵਿੱਚ ਆਈਆਂ ਸਭ ਨੇ ਉੱਭਰ ਕੇ ਇੱਕ ਤਾਂ ਜਿਹੜੀ ਮੈਂ ਗੱਲ ਦੱਸੀ ਆ ਕਿ ਉਹ ਬਿਲਕੁਲ ਇਹਦਾ ਫੈਕਟ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਉਹ ਬਦਲਾਅ ਦੀ ਗੱਲ ਜਿੱਦਾਂ 10 ਸਾਲ ਹੋ ਗਏ ਸੀ ਕਿ ਲੋਕਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਬਦਲਾਅ ਦੀ ਗੱਲ ਸੀ ਦੂਸਰੀ ਗੱਲ ਇਹ ਆ ਕਿ ਜਿਹੜੀ ਅੱਜ ਪਾਰਟੀ ਜਿਹਨੇ ਸੱਤਾ ਹਾਸਲ ਕੀਤੀ ਆ ਉਹਨੇ ਇਹ ਸੱਤਾ ਹਾਸਲ ਕਰਨ ਵਾਸਤੇ ਜਿੱਤੀ ਕਿਤੇ ਝੂਠ ਬੋਲਿਆ ਜੋ ਉਹਨਾਂ ਨੇ ਲੋਕਾਂ ਨੇ ਝੂਠੇ ਵਾਅਦੇ ਕੀਤੇ ਆ ਔਰ ਪੰਜਾਬ ਦਾ ਕਿਸਾਨ ਅਸੀਂ ਸਮਝਦੇ ਹਾਂ ਕਿ ਮਨਹਾਲੀ ਸੀਗੀ ਉਹਨਾਂ ਨੇ ਕਰਜ਼ੇ ਮਾਫ਼ੀ ਦੀ ਮੈਂ ਗੱਲ ਕੀਤੀ ਆ ਕਰਜ਼ਾ ਮਾਫ਼ੀ ਦੀ ਗੱਲ ਕਰਤੀ ਉਹਨਾਂ ਨੇ ਹਰ ਘਰ ਨੌਕਰੀ ਦੀ ਗੱਲ ਕਰਤੀ ਉਹਨਾਂ ਨੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੀ ਗੱਲ ਕਰਤੀ ਔਰ ਉਹਨਾਂ ਨੇ ਇਹੋ ਜਿਹੇ ਅਦਾਰੇ ਲਾਏ ਜਿਨ੍ਹਾਂ ਦੇ ਅਦਾਰਿਆਂ ਦੇ ਵਿੱਚ ਆ ਕੇ ਲੋਕਾਂ ਦੇ ਮਨ ਵਿੱਚ ਆ ਕੇ ਵੀ 20 ਸਾਲ ਖੰਡਾਂ ਨੂੰ ਵੋਟ ਪਾਏ ਜਾਂਦੇ ਇਸ ਵਾਰੀ ਬਦਲ ਕੇ ਦੇਖੋ ਜਦ ਸਾਡੀ ਜਿਹੜੀ ਆ ਉਹ ਕਰਜ਼ੇ ਮਾਫ਼ ਹੋ ਜਾਵੇ ਸਾਡਾ ਸ਼ਾਇਦ ਘਰ ਨੂੰ ਨੌਕਰੀ ਮਿਲ ਜਾਵੇ ਸਾਡੇ ਕੋਲ ਸੋ ਇਹ ਉਹ ਗੱਲਾਂ ਹੈਗੀਆਂ ਜਿਹੜੀਆਂ ਗੱਲਾਂ ਤਤਕਾਲ ਲਿਆ ਕੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਗੱਲ ਗਈਆਂ ਪਰ ਅੱਜ ਉਹੀ ਲੋਕ ਜਿਹੜੇ ਆ ਅਜਨੋਹਾ ਜੀ ਅੱਜ ਉਹੀ ਲੋਕ ਮੈਂ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਬੈਠਾ ਸੀ ਅੱਜ ਵੀ ਮੈਂ ਉੱਥੇ ਬੈਠਾ ਅੱਜ ਉਹੀ ਲੋਕ ਆਪ ਆ ਕੇ ਕਹਿੰਦੇ ਆ ਕਿ ਸਾਤੋਂ ਗਲਤੀ ਹੋ ਗਈ ਅਸੀਂ ਗਲਤ ਪੁੱਜ ਬੈਠੇ ਔਰ ਜੋ ਤੁਹਾਡੀ ਸਰਕਾਰ ਨੇ ਕੀਤਾ ਸੀ ਜਾਂ ਤੁਸੀਂ ਕਰ ਰਹੇ ਸੀ ਉਹ ਅੱਜ ਸਾਨੂੰ ਮੁੜ ਕੇ ਫਿਰ ਚੇਤੇ ਆ ਰਿਹਾ ਸੋ ਇਸ ਕਰਕੇ ਇਹ ਵੱਡੇ ਕਾਰਨ ਬਣੇ ਆ ਸਾਨੂੰ ਬਦਨਾਮ ਵੀ ਕੀਤਾ ਗਿਆ ਦੂਜੇ ਪਾਸੇ ਵੱਡੇ ਤੌਰ 'ਤੇ ਝੂਠ ਬੋਲ ਕੇ ਝੂਠ ਦਾ ਬੁਲੰਦਾ ਲੋਕਾਂ ਸਾਹਮਣੇ ਗੱਲ ਕਰਕੇ ਉਹ ਅੱਜ ਕੀ ਕਾਰਨ ਹੈ ਕਿ 8 ਮਹੀਨੇ ਹੋ ਗਏ ਪਹਿਲਾਂ ਕਹਿੰਦੇ ਸਾਰਾ ਕਰਜ਼ਾ ਮਾਫ਼ ਕਰਾਂਗੇ ਫਿਰ ਕਹਿੰਦੇ 2 ਲੱਖ ਦਾ ਕਰਾਂਗੇ ਹੁਣ ਕਹਿੰਦੇ 5 ਕਿੱਲੇ ਵਾਲਿਆਂ ਦਾ ਕਰਾਂਗੇ ਔਰ ਉਹ 4-5 ਲਿਸਟਾਂ ਬਣ ਗਈਆਂ ਸਾਡੇ ਤੱਕ ਕੇਸ ਦਾ ਹੋਇਆ ਨਹੀਂ ਔਰ ਕਿਸਾਨ ਵਿਚਾਰੇ ਜਿਹੜੀ ਮੈਂ ਖੁਦਕੁਸ਼ੀ ਦੀ ਗੱਲ ਕੀਤੀ ਸੀ ਕਲੇਰ ਸਾਹਿਬ ਜਿਹੜੇ ਕਿਸਾਨਾਂ ਨੂੰ ਇਹੋ ਸਾਡਾ ਕਰਜ਼ਾ ਮਾਫ਼ ਹੋ ਜਾਣਾ ਉਹਨੇ ਕਿਸ਼ਤਾਂ ਨਹੀਂ ਦਿੱਤੀਆਂ ਉਹ ਡਿਫਾਲਟਰ ਹੋ ਗਏ ਉਹਨਾਂ ਦੇ ਗਾਹਾਂ 'ਚ ਉਹਨਾਂ ਨੂੰ ਲੋਨ ਮਿਲਣੇ ਬੰਦ ਹੋ ਗਏ ਲਿਮਟਾਂ ਉਹਨਾਂ ਦੀਆਂ ਬੰਦ ਹੋ ਗਈਆਂ ਬੈਂਕਾਂ ਵਾਲਿਆਂ ਦੇ ਗੱਲ 'ਚ ਜਿਹੜਾ ਅੰਗੂਠਾ ਦਿੱਤਾ ਆ ਉਹ ਵਿਚਾਰੇ ਖੁਦਕੁਸ਼ੀਆਂ ਲਗਾਉਣ ਤਾਂ ਕੀ ਕਰਨ ਅੱਜ ਐਵਰੇਜ ਜਿਹੜੀ ਆ ਉਹ ਰੋਜ਼ 2-3 ਕਿਸਾਨਾਂ ਦੀ ਆ ਇਹ ਠੀਕ ਹੈ ਕਿ ਸਾਡੇ ਵੇਲੇ ਵੀ ਪਹਿਲਾਂ ਖੁਦਕੁਸ਼ੀਆਂ ਕੁਛ ਹੋਈਆਂ ਪਰ ਜਿੰਨੀ ਨੰਬਰਿੰਗ ਹੁਣ ਆ ਇੰਨੀ ਕਦੇ ਨਹੀਂ ਹੋਈ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਬਹੁਤ ਸਾਰੇ ਉਹ ਕਾਰਡ ਜਿਹੜੇ ਬਣੇ ਸੀ ਪਰ ਇਹ ਗੱਲ ਮੈਂ ਅੱਜ ਵੀ ਕਹਾਂਗਾ ਕਿ ਉਸ ਵੇਲੇ ਕਿਤੇ ਨਾ ਕਿਤੇ ਬਾਹਰ ਬੈਠੇ ਭਰਾਵਾਂ ਨੇ ਵੀ ਬਹੁਤ ਵੱਡਾ ਜਿਹੜਾ ਦਬਾਅ ਪਾਇਆ ਔਰ ਉਹ ਦਬਾਅ ਸਾਰਿਆਂ ਦੇ ਸਾਹਮਣੇ ਆ ਔਰ ਵੱਡੀ ਜਿਹੜੀ ਗੱਲ ਬਣੀ ਆ ਕਾਂਗਰਸ ਨੂੰ ਵੀ ਨਹੀਂ ਸੀ ਪਤਾ ਕਿ ਸਾਡਾ ਝੂਠ ਇੰਨਾ ਲੋਕਾਂ ਦੇ ਅਸਰ ਕਰ ਜਾਊਗਾ ਕਿ ਸਾਨੂੰ ਉਸ ਜਿਹੜੀਆਂ 70 ਸੀਟਾਂ ਦੇ ਦੇਣਗੇ ਸੋ ਉਹ ਵੀ ਵੱਡਾ ਜਿਹੜਾ ਫਰਕ ਪਿਆ ਜਿਹਦੇ ਨਾਲ ਉਹਨਾਂ ਨੂੰ ਇੰਨੀਆਂ ਸੀਟਾਂ ਜਿਹੜੀਆਂ ਮਿਲੀਆਂ ਸੋ ਇਹ ਸੱਤਾ ਪਰਿਵਰਤਨ ਆਉਣ ਦੇ ਲਈ ਬਾਹਰੋਂ ਵੀ ਇੱਧਰੋਂ ਵੀ ਝੂਠ ਨੇ ਵੀ ਸਾਰੀਆਂ ਗੱਲਾਂ ਨੇ ਆਪਣਾ ਯੋਗਦਾਨ ਜਿਹੜਾ ਉਹ ਪਾਇਆ ਸਾਹਿਬ ਸਾਹਿਬ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਝੂਠ ਦਾ ਪਲਦਾ ਸਾ ਝੂਠ ਦੇ ਪਲਦੇ 'ਚ ਕੀ ਹੈ ਮੇਨ ਇਹਨਾਂ ਨੇ ਕਾਂਗਰਸ ਨੇ ਆਪਣੇ ਪ੍ਰਚਾਰ ਦੇ ਦੌਰਾਨ ਹੀ ਗੱਲ ਕੀਤੀ ਸੀਗੀ ਇੱਕ ਡੋਰ ਟੂ ਡੋਰ ਹੋਮ ਟੂ ਹੋਮ ਬਲੇਸ ਟੂ ਕਿਤੇ ਜਾ ਕੇ ਇਹਨਾਂ ਨੇ ਫਾਰਮ ਭਰੇ ਸੀਗੇ ਅਤੇ ਅਸੀਂ ਪਰ ਘਰ ਦੇ ਵਿੱਚੋਂ ਇੱਕ ਜੋਬ ਦੇ ਮੰਗ ਸਮਾਰਟਫੋਨ ਦੀ ਗੱਲ ਕੀਤੀ ਹੈ ਇਹਨਾਂ ਨੇ ਕੀਤੀ ਸੀਗੀ ਉਹ ਹਾਲੇ ਤੱਕ ਉਹਨਾਂ ਨੇ ਕੁਛ ਨਹੀਂ ਕੀਤਾ ਹੁਣ ਆਉਣ ਵਾਲੀਆਂ MP ਚੋਣਾਂ ਜਿਹੜੀਆਂ ਉਹਨਾਂ ਚੋਣਾਂ ਦੇ ਵਿੱਚ ਜਿਵੇਂ ਅਸੀਂ ਐਕਸਪਲੇਨ ਕਰਦੇ ਹਾਂ ਅਸੀਂ ਲਾਈਵ ਦੇ ਵਿੱਚ ਵੀ ਗੱਲ ਕਰ ਰਹੇ ਹਾਂ ਕਿ ਤੁਹਾਡੇ ਆਮ ਮੰਚ 'ਤੇ ਵੀ ਗੱਲ ਹੁੰਦੀ ਹੈ ਸਟੇਜ 'ਤੇ ਵੀ ਹਰ ਪਰਿਆ ਦੀ ਗੱਲ ਹੁੰਦੀ ਆ ਵੀ ਕਾਂਗਰਸ ਨੇ ਝੂਠ ਦਾ ਪਲੰਦਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਜਦਕਿ ਇਹਨਾਂ ਨੂੰ ਵੀ ਇੰਨਾ ਪਤਾ ਨਹੀਂ ਸੀ ਇੰਨਾ ਹੋ ਜਾਣਾ ਕਿ ਉਹਨਾਂ ਦਾ ਅਸਰ
ਕਿ ਉਹਨਾਂ ਦਾ ਕੋਈ ਜਿਵੇਂ ਹੁਣ ਉਹਨਾਂ ਨੇ ਆ ਕੇ ਵੇਵ ਚਲਾਈ, ਆਮ ਆਦਮੀ ਪਾਰਟੀ ਦੀ ਚਲਾਈ, ਸਭ ਇੱਕਦਮ ਅਸਰ ਹੋ ਗਿਆ, ਇੱਕਦਮ ਵੇਵ ਚੱਲੀ, ਉਹ ਜਿੱਤ ਗਏ। ਕੀ ਹੁਣ ਜਿਹੜਾ ਝੂਠ ਲਗਾਉਣਾ ਐਕਸਪਲੇਨ ਹੋਈ ਜਾਂਦਾ ਲੋਕਾਂ ਤੱਕ ਪਹੁੰਚੀ ਜਾਂਦਾ, ਲੋਕ ਕਹਿੰਦੇ ਅਸੀਂ ਪੋਲਿੰਗ ਕੀਤੀ ਆ, ਗਲਤ ਪੋਲਿੰਗ ਕੀਤੀ ਆ, ਅਸੀਂ ਮਤਲਬ ਗਲਤ ਹੋ ਗਿਆ ਸਾਤੋਂ ਸਾਡੀ ਸਰਕਾਰ ਹੈਗਾ, ਅਤੇ ਕੀ ਹੁਣ ਉਹ ਐਮ ਪੀ ਦੀਆਂ ਚੋਣਾਂ ਦੇ ਵਿੱਚ ਉਹਦਾ ਕੋਈ ਅਸਰ ਪਊ, ਕੋਈ ਉਹਨਾਂ ਦੇ ਝੂਠ ਨੂੰ ਕੋਈ ਮਤਲਬ ਲੱਗੂ ਫਤਵਾ, ਜਾਂ ਆਉਣ ਵਾਲੇ ਸਮੇਂ 'ਚ ਇੱਦਾਂ ਹੀ ਇਹਨਾਂ ਦਾ ਝੂਠ ਦਾ ਮਤਲਬ ਚੱਲਿਆ ਰਹੂਗਾ? ਦੇਖੋ ਗੱਲ ਇਹ ਆ ਕਿ ਜਿਹੜੀ ਸਟੇਟ ਇਲੈਕਸ਼ਨ ਦਾ ਅਤੇ ਜਿਹੜੀ ਦੇਸ਼ ਦੀ ਪਾਰਲੀਮੈਂਟ ਇਲੈਕਸ਼ਨ ਦਾ ਇਹਦਾ ਤੇ ਕਾਫੀ ਫਰਕ ਹੁੰਦਾ ਜੀ, ਪਰ ਫਿਰ ਵੀ ਮੈਂ ਸਮਝਦਾ ਕਿ ਜਿਹੜੀ ਪਾਰਟੀ ਅੱਜ ਪੰਜਾਬ ਵਿੱਚ ਰੂਲਿੰਗ ਪਾਰਟੀ ਆ, ਜਿਹਨੇ ਵੱਡਾ ਝੂਠ ਬੋਲ ਕੇ ਵੋਟਾਂ ਲਈਆਂ, ਅੱਜ ਲੋਕ ਉਸ ਗੱਲ ਤੋਂ ਅੱਗੇ ਬੈਠੇ ਆ। ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ, ਉਹ ਇਕੱਲੇ ਇਹ ਨਹੀਂ ਕਹਿੰਦੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਅੱਜ ਤਾਂ ਜਿਹੜੀ ਇਹਨਾਂ ਦੀ ਆਪਣੀ ਪਾਰਟੀ ਆ, ਆਪਣੀ ਪਾਰਟੀ ਦੇ ਵਿੱਚ ਵੱਡੇ ਲੈਵਲ ਦੇ ਉੱਪਰ ਅੱਜ ਜਿਹੜੇ ਵੱਡੇ ਲੀਡਰ ਆ, ਚਾਹੇ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਤੁਹਾਡੇ ਸਾਹਮਣੇ ਆ ਦਿਨ ਰਾਤ, ਔਰ ਮੌਜੂਦਾ ਮੁੱਖ ਮੰਤਰੀ ਇਹ ਬਿਆਨ ਦੇਵੇ ਕਿ ਮੈਂ ਦੂਜੀ ਪਾਰੀ ਖੇਡਣ ਲਈ ਤਿਆਰ ਹਾਂ, ਇਹਦਾ ਮਤਲਬ ਇਹਦਾ ਸੰਕੇਤ ਇਹ ਆ ਕਿ ਉਹਨੂੰ ਕਿਤੇ ਨਾ ਕਿਤੇ ਡਰ ਪੈ ਗਿਆ ਕਿ ਮੇਰੇ ਆਪਣੀ ਬਗਾਵਤ ਹੋਣ ਵਾਲੀ ਆ, ਕਿਤੇ ਮੈਨੂੰ ਦੁਬਾਰਾ ਇਲੈਕਸ਼ਨ ਜਿਹੜੀ ਉਹ ਨਾ ਉਹਦਾ ਘੋਸ਼ਣਾ ਕਰਨੀ ਪੈ ਜਾਵੇ। ਸੋ ਇਹ ਇੱਕ ਉਹ ਹਾਲਾਤ ਨੇ ਜਿਹਨੇ ਮੁੱਖ ਮੰਤਰੀ ਨੂੰ ਇਹ ਕਹਿਣ ਵਾਸਤੇ ਮਜਬੂਰ ਕਰਤਾ ਕਿ ਦੂਜੀ ਪਾਰੀ ਵੀ ਖੇਡਣੀ ਪੈ ਸਕਦੀ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆ, ਇਹ ਲੋਕ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਕੱਟ ਕੇ ਉਹਦਾ ਜਿਹੜਾ ਜਵਾਬ ਦੇਣਗੇ। ਔਰ ਜਿਹੜੀ ਗੱਲ ਰਹੀ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਸਭ ਤੋਂ ਵੱਧ ਸਾਨੂੰ ਇਹ ਬਦਨਾਮ ਕਰਦਾ ਸੀ ਕੇਜਰੀਵਾਲ, ਕਦੇ ਕਹਿੰਦਾ ਸੀ ਬਿਕਰਮ ਮਜੀਠੀਆ ਨਸ਼ੇ ਵੇਚਦਾ, ਕਦੇ ਕਹਿੰਦਾ ਸੀ ਇਹ ਅਕਾਲੀ ਨਸ਼ੇ ਵੇਚਦੇ ਆ। ਅੱਜ ਉਹਦਾ ਬੰਦਾ ਜਿਹੜਾ ਆ ਸੁਖਵਾਰ ਖਹਿਰਾ, ਅੱਜ ਕੋਰਟ ਨੇ ਉਹਨੂੰ ਸੰਮਨ ਕਰਤਾ, ਔਰ ਜਿਹੜੇ ਉਹਦੇ ਸਾਥੀ ਆ ਉਹਨੂੰ 20-20 ਸਾਲ ਦੀ ਸਜ਼ਾ ਹੋ ਗਈ ਹੈ। ਅੱਜ ਉਹ ਕੇਜਰੀਵਾਲ ਕਿਉਂ ਚੁੱਪ ਕਰਕੇ ਬੈਠਾ? ਅੱਜ ਉਹਦਾ ਕਿਉਂ ਕੋਈ ਬਿਆਨ ਨਹੀਂ ਆ ਰਿਹਾ? ਉਹਦਾ ਲੀਡਰ ਅਪੋਜੀਸ਼ਨ ਦਾ ਹੈ ਉਹਦਾ ਬੰਦਾ, ਅੱਜ ਉਹਦੇ 'ਤੇ ਕੀ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਹਾਈ ਕੋਰਟ ਹੋ ਗਿਆ ਕਿ ਮੇਰਾ ਅਣਦਸਰ ਹੋ ਰਿਹਾ, ਮੇਰਾ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਵਿਰੋਧੀ ਕਰਕੇ, ਹਾਈ ਕੋਰਟ ਨੇ ਵੀ ਉਹਦੀ ਗੱਲ ਜਿਹੜੀ ਆ ਰਿਜੈਕਟ ਕਰਤੀ। ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਇੱਕ ਕਰਕੇ ਸਾਡੇ 'ਤੇ ਇਲਜ਼ਾਮ ਮੜੇ ਸੀ, ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ, ਸੱਚਾਈ ਸਾਹਮਣੇ ਆ ਰਹੀ ਆ। ਚਾਹੇ ਕੇਜਰੀਵਾਲ ਦੀ ਗੱਲ ਸੀ ਉਹ ਵੀ ਸਾਹਮਣੇ ਆ ਗਈ ਆ, ਚਾਹੇ ਜਿਹੜੀ ਹੈ ਕਾਂਗਰਸ ਦੀ ਗੱਲ ਸੀ ਉਹ ਵੀ ਸਾਹਮਣੇ ਆ ਗਈ ਆ। ਆਪਣੇ ਸੱਚ ਨੂੰ ਲੋਕਾਂ ਨੇ ਪਛਾਣਨਾ ਸ਼ੁਰੂ ਕਰਤਾ। ਆਉਣ ਵਾਲੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਆ, ਇਹਦੇ ਰਿਜ਼ਲਟ ਜਿਹੜੇ ਆ ਇਹ ਵੱਖਰੇ ਆਉਣਗੇ, ਔਰ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਫਿਰ ਜਿਹੜੀ ਆ ਤਾਕਤ ਉਹ ਲੋਕਾਂ ਨੂੰ ਉਹਨੂੰ ਲੋਕ ਦੇਣਗੇ, ਇਹ ਮੇਰਾ ਆਪਣਾ ਮੰਨਣਾ। ਜੀ ਵਿਕਰਮ ਜੀ ਬਿਲਕੁਲ, ਠੰਡਲ ਸਾਹਿਬ ਜਨੂਆ ਸਾਹਿਬ ਕੁਐਸਚਨ ਕਰ ਰਹੇ ਸੀ, ਪਰ ਤੁਹਾਡੇ ਉਹਨਾਂ ਦੇ ਆਂਸਰ ਮੇਰੇ ਕੋਲ ਵੀ ਇੱਥੇ ਵੀਰ ਆ ਰਹੇ ਸੀ, ਕੁਛ ਕੁ ਆਸਟ੍ਰੇਲੀਆ ਤੋਂ ਆਏ ਆ, ਨਿਊਜ਼ੀਲੈਂਡ ਤੋਂ ਮੇਰੇ ਮੈਸੇਜ ਆਇਆ, ਵੈਨਕੂਵਰ ਤੋਂ ਵੀ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਆ ਜੀ। ਦੱਸ ਦਈਏ ਜਿਹੜਾ ਪਰਦੇਸੀ ਟੀ ਵੀ ਦਾ ਮੰਚ ਹੈ ਜੀ, ਇਹ ਸਾਰਿਆਂ ਲਈ ਖੁੱਲ੍ਹਾ ਹੈ ਜੀ, ਕੋਈ ਵੀ ਪਾਰਟੀ ਆਪਣੇ ਬਾਰੇ ਦੱਸ ਸਕਦੀ ਹੈ। ਮੀਡੀਆ ਦਾ ਕੰਮ ਲੋਕਾਂ ਤੱਕ ਗੱਲ ਪਹੁੰਚਾਉਣੀ ਹੁੰਦੀ ਹੈ, ਨਾ ਕਿ ਕੋਈ ਗੱਲ। ਜੇ ਕੱਲ੍ਹ ਨੂੰ ਕੋਈ ਹੋਰ ਪਾਰਟੀ ਆਉਂਦੀ ਹੈ, ਉਹਨਾਂ ਲਈ ਵੀ ਪਰਦੇਸੀ ਟੀ ਵੀ ਦਾ ਦਰਵਾਜ਼ਾ ਖੁੱਲ੍ਹਾ ਹੈ, ਔਰ ਉਹਨਾਂ ਨੂੰ ਵੀ ਗੱਲ ਕਹਿਣ ਦਾ ਪੂਰਾ ਹੱਕ ਹੈ। ਸਾਡਾ ਐਜ ਏ ਇੱਥੇ ਹੋਸਟ, ਲੋਕਾਂ ਦੇ ਵੱਲੋਂ ਬਿਠਾਏ ਗਏ ਦੇ ਕੁਐਸਚਨ ਜੋ ਵੀ ਸਾਨੂੰ ਆਉਂਦੇ, ਅਸੀਂ ਤੁਹਾਡੇ ਤੱਕ ਹੂਬਹੂ ਪੁੱਛਦੇ ਹਾਂ ਜੀ। ਹੁਣ ਮੈਂ ਤੁਹਾਡੇ ਹੀ ਗੱਲਾਂ ਦੇ ਉਹ ਜਿਹੜੇ ਮੈਨੂੰ ਮੈਸੇਜ ਆਇਆ ਜਨਵਾਲ ਸਾਹਿਬ ਨੇ ਪੁੱਛੇ ਸੀ, ਤੁਸੀਂ ਆਂਸਰ ਦਿੱਤੇ ਜੀ, ਉਹਨਾਂ ਦਾ ਹੀ ਤੁਹਾਨੂੰ ਮੈਂ ਗੱਲ ਦੱਸਾਂਗਾ, ਜਵਾਬ ਦੇਣਾ ਨਾ ਦੇਣਾ ਤੁਹਾਡੀ ਗੱਲ। ਤੁਸੀਂ ਗੱਲ ਕੀਤੀ ਹੈ ਜੀ ਦਿੱਲੀ ਦੇ ਵਿੱਚ ਪਾਓ ਸਾਹਿਬ ਤੋੜਨ ਦੀ, ਉਹ ਜਿਹੜਾ ਮਹਿਕਮਾ ਆ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਦੇ ਅੰਡਰ ਨਹੀਂ ਆਉਂਦਾ, ਉਹ ਸੈਂਟਰ ਸਰਕਾਰ ਦੇ ਅੰਦਰ ਆਉਂਦਾ, ਜਿਨ੍ਹਾਂ ਦੇ ਥਰੂ ਟੁੱਟਾ। ਤੀਸਰੀ ਗੱਲ ਤੁਸੀਂ ਕੀਤੀ ਆ ਵੀ ਬਾਹਰਲੀ ਤਾਕਤਾਂ ਦੀ ਗੱਲ, ਬਾਹਰਲੀ ਤਾਕਤਾਂ ਤੁਹਾਡੀ ਡਾਇਰੈਕਟਰੀ ਅਨਡਾਇਰੈਕਟਰੀ ਜਿਹੜੇ ਐੱਨ ਆਰ ਜੀ ਵੀਰਾਂ ਉਹਨਾਂ ਦੇ ਉੱਤੇ ਇਸ਼ਾਰਾ ਸੀ, ਉਹਨਾਂ ਵੱਲੋਂ ਕਿਹਾ ਕਿ ਤੁਹਾਡੀ ਸਰਕਾਰ ਦੇ ਬਹੁਤ ਤਕੜੇ ਅਕਾਲੀ ਦਲ, ਉਹਨਾਂ ਨੇ ਮੇਨ ਇਹ ਕਿਹਾ ਅਕਾਲੀ ਦਲ ਦੇ ਤਕੜੇ ਲੀਡਰ ਜਿਹੜਾ ਹਰੇਕ ਦੂਏ ਤੀਏ ਮਹੀਨੇ ਇੱਥੇ ਆ ਕੇ ਕਨੇਡਾ ਦੇ ਵਿੱਚ ਆ ਕੇ ਰੌਲਾ ਵੀ ਬਹੁਤ ਪਿਆ ਸੀਗਾ, ਜਿਹਦੇ ਕਰਕੇ ਕਨੇਡਾ ਗਵਰਨਮੈਂਟ ਨੂੰ ਇਹ ਸਟੈਪ ਵੀ ਪੱਟਣਾ ਪਿਆ ਸੀਗਾ। ਉਹਨਾਂ ਨੇ ਆ ਕੇ ਇੱਥੇ ਇਲੈਕਸ਼ਨਾਂ ਦੇ ਵਿੱਚ ਉਹ ਕੁਛ ਕੀਤਾ, ਇੱਥੇ ਦੇ ਲੋਕ ਜਾਣਦੇ ਆ ਉਹ। ਦੂਸਰੀ ਗੱਲ, ਉਹਨਾਂ ਨੇ ਇੱਥੇ ਦੀ ਪੁਲਿਸ ਬਾਰੇ ਵੀ ਬਹੁਤ ਮੰਦਾ ਚੰਗਾ ਬੋਲਿਆ ਸੀਗਾ ਉਹਨਾਂ ਨੂੰ। ਉਹ ਲੋਕਾਂ ਦਾ ਇਹ ਆ ਵੀ ਤੁਸੀਂ ਬਾਹਰਲਿਆਂ 'ਤੇ ਇਲਜ਼ਾਮ ਲਾਉਂਦੇ ਆ ਕਿ ਤੁਹਾਡੀ ਸਰਕਾਰ ਦੇ ਜਿਹੜੇ ਅਕਾਲੀ ਦਲ ਲੀਡਰ ਹੈ ਉਹ ਇੱਥੇ ਆ ਕੇ ਕੀ ਕੁਛ ਕਰਦੇ ਆ, ਤੁਹਾਨੂੰ ਸ਼ਾਇਦ ਜ਼ਿਆਦਾ ਪਤਾ ਹੋਵੇਗਾ। ਤੀਸਰੀ ਗੱਲ, ਤੁਸੀਂ ਕਿਹਾ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਅਕਾਲ ਤਖਤ ਦੇ ਦਰਬਾਰ ਸਾਹਿਬ ਦੀ ਫੋਟੋ ਦੇ ਉੱਤੇ ਝਾੜੂ ਦੀ ਫੋਟੋ ਲਾਈ, ਤੁਹਾਡੇ ਲੀਡਰ ਸੌਦਾ ਸਾਹਿਬ ਗਏ ਸੀ, ਸੌਦਾ ਸਾਹਿਬ ਜਾ ਕੇ ਜੋ ਕੁਛ ਕਰਕੇ ਆਏ ਆ ਉਹ ਸਾਰਿਆਂ ਦੇ ਜੱਗ ਜਾਹਰ ਆ, ਸਾਰਿਆਂ ਨੂੰ ਪਤਾ ਕੀ ਕੁਛ ਹੋਇਆ ਇਲੈਕਸ਼ਨਾਂ ਦੇ ਟਾਈਮ 'ਤੇ। ਤੀਸਰੀ ਗੱਲ, ਜਦੋਂ ਉਹ ਜਿਹੜੇ ਲੀਡਰ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਕਈ ਗਲਤੀਆਂ ਕੀਤੀਆਂ, ਉਹਨਾਂ ਨੂੰ ਸਜ਼ਾ ਮਿਲੀ ਹੈ ਭਾਂਡੇ ਮਾਂਜਣ ਦੀ,
ਭਾਂਡੇ ਮਾਂਜੇ ਸੀਗੇ ਕਿ ਉਹ ਲੋਕ ਜਿਹੜੇ ਬਾਕੀ ਲੋਕ ਜਿਹੜੇ ਸੇਵਾ ਕਰਦੇ ਉਹ ਸਜ਼ਾ ਕਰਦੇ ਉੱਥੇ ਜੇ ਜਿਹੜੇ ਭਾਂਡੇ ਮਾਂਜਦੇ ਆ ਕਿ ਇਹ ਸਜ਼ਾ ਆ ਭਾਂਡੇ ਮਾਂਜਣੀ। ਤੀਸਰੀ ਗੱਲ ਜੇ ਕੇਜਰੀਵਾਲ ਸਾਹਿਬ ਨੇ ਉੱਥੇ ਭਾਂਡੇ ਮਾਂਜੇ ਸੀ, ਕੇਜਰੀਵਾਲ ਹੁਣੀ ਗਏ ਸੀ ਮਾਫ਼ੀ ਮੰਗਣ, ਉਹਨਾਂ ਨੇ ਵੀ ਭਾਂਡੇ ਮੰਗੇ। ਤੁਹਾਡੇ ਇੱਕ ਲੀਡਰ ਸਾਹਿਬ ਜਿਹੜੇ ਕਿ ਇਸ ਵੇਲੇ ਦਿੱਲੀ ਦੇ ਵਿੱਚ ਮੈਡਮ ਬਾਦਲ ਸਾਹਿਬ ਬੈਠੀ ਉੱਥੇ ਫੂਡ ਸਪਲਾਈ ਮੰਤਰੀ ਆ ਜੀ, ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਭਾਂਡੇ ਮਾਂਜਣ ਦੀ ਕੋਈ ਸਜ਼ਾ ਨਹੀਂ ਹੁੰਦੀ, ਉਹ ਮਾਫ਼ੀ ਨਹੀਂ ਹੁੰਦੀ। ਮੇਰਾ ਖਿਆਲ ਹੈ ਜੇ ਮੈਂ ਰੋਂਗ ਨਹੀਂ, ਅਤੇ ਜੇ ਉਹ ਤੁਹਾਡੇ ਲੀਡਰ ਸੌਦਾ ਸਾਹਿਬ ਤੋਂ ਆ ਕੇ ਇੱਥੇ ਮਾਫ਼ੀ ਮੰਗਦੇ ਆ ਭਾਂਡੇ ਮਾਂਜਦੇ ਆ ਕਿ ਕੇਜਰੀਵਾਲ ਸਾਹਿਬ ਨੂੰ ਮਾਫ਼ੀ ਨਹੀਂ ਅਤੇ ਉਹਨੂੰ ਮਾਫ਼ੀ ਕਿਉਂ? ਇਹ ਦੋ ਤਿੰਨ ਜਿਹੜੇ ਕੁਐਸਚਨ ਮੇਰੇ ਕੋਲ ਪਹੁੰਚਿਆ ਤੁਹਾਡੇ ਤੱਕ ਪਹੁੰਚਾਏ, ਤੁਹਾਡੀ ਮਰਜ਼ੀ ਆਂਸਰ ਦੇਣਾ ਜਾਂ ਨਹੀਂ ਦੇਣਾ ਤੁਹਾਡੇ ਉੱਤੇ ਆ ਜੀ। ਕਲੇਰ ਸਾਹਿਬ, ਮੈਂ ਜਿਹੜੀ ਅਕਾਲ ਤਖ਼ਤ ਦੀ ਮਰਜ਼ਾਦਾ ਆ ਉੱਥੇ ਤਾਂ ਮੈਂ ਕੋਈ ਜਵਾਬ ਦੇਣਾ ਨਹੀਂ ਚਾਹੁੰਦਾ, ਕਿਉਂਕਿ ਇਹ ਉਹਨਾਂ ਦਾ ਆਪਣਾ ਅਕਾਲ ਤਖ਼ਤ ਸਰਵਉੱਚ ਆ, ਉਹਦੇ ਜਿਹੜੇ ਬੈਠੇ ਨੇ ਉੱਥੇ ਸਾਡੇ ਜਥੇਦਾਰ ਕੇਜਰੀਵਾਲ ਸਾਹਿਬ ਨੇ ਮਾਫ ਕੀਤਾ ਤਾਂ ਹੋਇਆ, ਗਲਤੀਆਂ ਤਾਂ ਤੁਹਾਡੇ ਕੈਬਨਿਟ ਮੰਤਰੀਆਂ ਤੋਂ ਵੀ ਹੋਈਆਂ, ਤੁਹਾਡੇ ਲੀਡਰਾਂ ਤੋਂ ਵੀ ਹੋਈਆਂ, ਉਹਨਾਂ ਨੇ ਵੀ ਆ ਕੇ ਭਾਂਡੇ ਮਾਂਜੇ ਆ, ਉਹ ਭਾਂਡੇ ਮਾਂਜਦੇ ਆ ਤਾਂ ਸਹੀ ਸਜ਼ਾ ਆ, ਜੇ ਦੂਸਰੀ ਪਾਰਟੀ ਦੇ ਜਾਂ ਕਾਂਗਰਸ ਨਾਲ ਰਿਲੇਟਡ ਆ ਜਾਂ ਆਮ ਆਦਮੀ ਨਾਲ, ਉਹ ਮਾਫ਼ੀ ਮਾਫ਼ੀ ਨਹੀਂ, ਜੇ ਤੁਹਾਡੇ ਕੋਈ ਮੰਨਦੇ ਉਹ ਮਾਫ਼ੀ ਤਾਂ ਮਾਫ਼ੀ ਆ। ਦੇਖੋ ਇਹ ਗੱਲ ਮੈਨੂੰ ਨਹੀਂ, ਮੈਂ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਕਿ ਬੀਬਾ ਜੀ ਨੇ ਇਹਦੇ ਬਾਰੇ ਕੋਈ ਸਟੇਟਮੈਂਟ ਦਿੱਤੀ ਜਾਂ ਨਹੀਂ ਦਿੱਤੀ, ਪਰ ਜਿਹੜੀ ਅਕਾਲ ਤਖ਼ਤ ਦੇ ਜਥੇਦਾਰ ਦੀ ਕੋਈ ਵੀ ਉਹਨਾਂ ਨੇ ਕਿਸੇ ਸਜ਼ਾ ਦਿੱਤੀ ਆ ਜਾਂ ਸਾਹਮਣੇ ਕੀਤੀ ਆ, ਉਹਦੇ ਬਾਰੇ ਮੈਂ ਕੋਈ ਕਮੈਂਟ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ। ਪਰ ਮੈਂ ਗੱਲ ਕਰ ਰਿਹਾ, ਮੈਂ ਉਹਨਾਂ ਦੀ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਕਿ ਕੇਜਰੀਵਾਲ ਨੇ ਸਭ ਤੋਂ ਵੱਧ ਪੰਜਾਬ ਨੂੰ ਹਰ ਲੀਡਰ ਨੂੰ ਬਦਨਾਮ ਕੀਤਾ ਨਸ਼ੇ ਦੇ ਸੰਬੰਧ ਵਿੱਚ। ਅੱਜ ਸਾਰੇ ਹਿੰਦੁਸਤਾਨ ਨੇ, ਅੱਜ ਵਰਲਡ ਦੇ ਵਿੱਚ ਗੱਲ ਜਿਹੜੀ ਚਰਚਾ ਆ ਕਿ ਜਿਹੜਾ ਕੇਜਰੀਵਾਲ ਦਾ ਲੀਡਰ ਆਫ ਅਪੋਜੀਸ਼ਨ ਆ ਸੁਖਬਾਰ ਸਿੰਘ ਖਹਿਰਾ, ਅੱਜ ਉਸ ਕੇਸ ਵਿੱਚ ਉਹ ਫਸ ਗਿਆ, ਅੱਜ ਕੇਜਰੀਵਾਲ ਕਿਉਂ ਚੁੱਕਿਆ, ਅੱਜ ਕੋਰਟ ਨੇ ਸੰਮਨ ਕੀਤਾ ਉਹਨੂੰ, ਉਹ ਕਹਿੰਦਾ ਸੀ ਕਿ ਮੈਨੂੰ ਤਾਂ ਇਹ ਸਿਆਸੀ ਬਦਲਾ ਮੇਰੇ ਖਿਲਾਫ਼ ਆ, ਉਹ ਹਾਈਕੋਰਟ ਚਲੇ ਗਿਆ, ਹਾਈਕੋਰਟ ਨੇ ਵੀ ਉਹਦੀ ਗੱਲ ਨੂੰ ਰਿਜੈਕਟ ਕਰ ਦਿੱਤਾ। ਉਹ ਰਿਜੈਕਟ ਹੋਣ ਤੋਂ ਬਾਅਦ ਅੱਜ ਸਾਰਾ ਪੰਜਾਬ, ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹ ਘੱਟ ਤੋਂ ਘੱਟ ਇਹ ਕਹਿੰਦੀਆਂ ਕਿ ਅਸਤੀਫਾ ਦੇਵੇ, ਉਹ ਕੇਜਰੀਵਾਲ ਬਿਲਕੁਲ ਚੁੱਪ ਉਹ 'ਤੇ ਗੱਲ ਨਹੀਂ ਕਰ ਰਿਹਾ, ਉਹ ਗੱਲ ਜਿਹੜੀ ਆ ਆਪ ਉਹਨਾਂ ਗੱਲਾਂ ਦੇ ਵਿੱਚ ਫਸ ਗਿਆ ਜੋ ਗੱਲਾਂ ਨੂੰ ਸਾਡੇ ਉੱਪਰ ਐਲੀਗੇਸ਼ਨ ਲਾਏ ਸੀ। ਮੈਂ ਇਹ ਗੱਲ ਜ਼ਿਕਰ ਕਰ ਰਿਹਾ ਕਿ ਉਹ ਸਾਰੀਆਂ ਗੱਲਾਂ ਆਉਣ ਵਾਲੀਆਂ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਵੱਡਾ ਰੋਲ ਅਦਾ ਕਰਨਗੀਆਂ, ਜਿਹੜੀਆਂ ਗੱਲਾਂ ਜਿਹੜੀਆਂ ਸਾਡੇ 'ਤੇ ਇਲਜ਼ਾਮ ਲੱਗਦੇ ਸੀ ਅੱਜ ਉਹਨਾਂ ਉੱਪਰ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਆ। ਸੋ ਕਰਕੇ ਮੇਰਾ ਉਹ ਕਹਿਣਾ ਸੀ ਕਿ ਉਹ 19 ਦੇ ਵਿੱਚ ਉਹਨਾਂ ਗੱਲਾਂ ਦਾ ਜਿਹੜਾ ਆ ਉਹ ਅਸਰ ਪਊਗਾ। ਠੰਡਾ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਆ, ਕੋਰਟ ਵੱਲੋਂ ਹੋ ਗਿਆ, ਤੁਹਾਡੀ ਸਰਕਾਰ ਨੇ ਵੀ ਕੈਪਟਨ ਸਾਹਿਬ 'ਤੇ ਦੋ ਕੇਸ ਪਾਏ ਸੀਗੇ, ਮੇਰਾ ਖਿਆਲ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ, ਕੀ ਤੁਹਾਡੇ ਕੋਲ ਸਬੂਤ ਨਹੀਂ ਸੀ ਬਾਅਦ ਵਿੱਚ ਉਹ ਰਫਾ ਦਫਾ ਹੋ ਗਿਆ, ਜਾਂ ਤੁਹਾਡੀ ਸਰਕਾਰ ਵੱਲੋਂ ਉਹ ਕੇਸ ਜਸਟ ਉਹਨੂੰ ਡੈਮੇਜ ਕਰਨ ਲਈ ਪਾਏ ਸੀ ਕੈਪਟਨ ਸਾਹਿਬ ਨੂੰ, ਜਾਂ ਫਿਰ ਤੁਸੀਂ ਬਦਲਾਖੋਰੀ ਦੇ ਲਈ ਪਾਏ ਸੀ ਬਾਅਦ ਵਿੱਚ ਉਹ ਰਫਾ ਦਫਾ, ਕਿ ਜਾਂ ਤੁਹਾਡੇ ਕੋਲ ਸਬੂਤਾਂ ਦੀ ਘਾਟ ਸੀ ਜਾਂ ਫਿਰ ਕੋਰਟ ਵੱਲੋਂ ਕੁਛ ਕੀਤਾ ਗਿਆ? ਇਹ ਮੇਰੇ ਕੋਲ ਕੁਐਸਚਨ ਹੈ, ਅਗਰ ਜੇ ਤੁਸੀਂ ਇਹਦੀ ਗੱਲ ਕਰਦੇ ਹੋ। ਨਹੀਂ ਦੇਖੋ, ਉਹ ਕੇਸ ਜਿਹੜੇ ਆ ਕੋਰਟਾਂ ਦੇ ਵਿੱਚ ਪੈਂਡਿੰਗ ਸੀ, ਅੱਜ ਵੀ ਪੈਂਡਿੰਗ ਆ ਇਹ, ਤੇ ਜਦੋਂ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਚੀਫ ਮਿਨਿਸਟਰ ਬਣੇ ਆ, ਇਹਨਾਂ ਦੀ ਸਰਕਾਰ ਨੇ, ਇਹਨਾਂ ਦੇ ਜਿਹੜੇ ਵਿਜੀਲੈਂਸ ਨੇ ਕਿਹਾ ਕਿ ਸਾਨੂੰ ਇਹ ਕੇਸ ਜਿਹੜੇ ਅਸੀਂ ਨਹੀਂ ਚਲਾਉਣੇ, ਪਰ ਉਹ ਕੇਸ ਹਾਲੇ ਕੋਰਟ ਨੇ ਬੰਦ ਨਹੀਂ ਕੀਤੇ। ਲੇਟੈਸਟ ਇਹ ਆ ਕਿ ਜਿਹੜੇ ਵੀਰ ਦਵਿੰਦਰ ਸਿੰਘ ਆ ਉਹਨਾਂ ਨੇ ਆਪ ਜਾ ਕੇ ਉਹਨਾਂ ਦੇ ਖਿਲਾਫ਼ ਉਹ ਗੱਲ ਕੀਤੀ ਆ ਕਿ ਇਹ ਕੇਸ ਜਿਹੜੇ ਆ ਬੰਦ ਨਹੀਂ ਹੋਣੇ ਚਾਹੀਦੇ, ਔਰ ਮੇਰਾ ਖਿਆਲ ਨਹੀਂ ਕਿ ਉਹ ਕੇਸਾਂ ਦੇ ਵਿੱਚੋਂ ਕੈਪਟਨ ਸਾਹਿਬ ਜਿਹੜੇ ਆ ਉਹ ਹਾਲੇ ਨਿਕਲੇ ਆ, ਉਹ ਕੇਸ ਹਾਲੇ ਪੈਂਡਿੰਗ ਚੱਲਦੇ ਆ। ਬਿਲਕੁਲ ਜੀ, ਬਿਊਰੋ ਦਾ ਇਹੀ ਕੁਐਸਚਨ ਸੀਗਾ ਤੁਹਾਤੋਂ ਪੁੱਛਣਾ ਜਾ, ਕਿਉਂਕਿ ਖਹਿਰਾ ਸਾਹਿਬ ਅਤੇ ਕੈਪਟਨ ਸਾਹਿਬ ਦੀ ਥੋੜ੍ਹੀ ਦੂਸਰੀ ਕਰਕੇ ਇੱਕ ਵਿਰੋਧੀ ਧਿਰ ਕਰਕੇ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਵੀ ਕੈਪਟਨ ਸਾਹਿਬ ਉਹਨਾਂ ਉੱਤੇ ਸਿਆਸੀ ਬਦਲਾਖੋਰੀ ਲੈਣ ਦੇ ਕਾਰਨ ਕੋਈ ਇਹੋ ਜਿਹਾ ਕੇਸ ਪਾ ਕੇ ਉਹਨਾਂ ਉੱਤੇ ਅਦਾਲਤ ਵਿੱਚ ਲੈ ਕੇ ਜਾਣ। ਆਉਣ ਵਾਲੇ ਟਾਈਮ 'ਤੇ ਅਸੀਂ ਆਪਾਂ ਜ਼ਰੂਰ ਉਹਦੇ ਉੱਤੇ ਗੱਲਬਾਤ ਕਰਾਂਗੇ। ਮੈਂ ਕਲੀਅਰ ਕਰਨੀ ਚਾਹੁੰਦਾ, ਇਹ ਕੋਈ ਹੁਣ ਕੇਸ ਨਹੀਂ ਪਿਆ, ਇਹ ਕੇਸ 15 ਦਾ ਪਿਆ ਹੈਗਾ, ਜਿਹਦੇ ਵਿੱਚ ਵੀ ਜਿਹੜੇ ਡਰੱਗ ਦੇ ਬੰਦੇ ਆ ਉਹ ਤੁਹਾਡੇ ਬਾਹਰਲੇ ਕੰਟਰੀ ਨਾਲ ਸੰਬੰਧ ਰੱਖਦੇ ਸੀਗੇ, ਉਹ ਬੰਦੇ ਜਿਹੜੇ ਆ ਉਹ ਫੜੇ ਗਏ ਆ ਉਹਨਾਂ ਨੂੰ ਛਡਾਉਣ ਵਾਸਤੇ, ਔਰ ਉਹਨਾਂ ਦੇ ਫੰਡ ਤੋਂ 3-4 ਦਿਨ ਪਹਿਲਾਂ ਜਿਹੜੀਆਂ ਡਿਟੇਲ ਕਾਲਾਂ ਨੇ ਜਾਂ ਉਹਨਾਂ ਦੇ ਇਲੈਕਸ਼ਨਾਂ ਦੇ ਵਿੱਚ ਉਹ ਬੰਦੇ ਦੇ ਨਾਲ ਇਹਨੇ ਹਰ ਵੇਲੇ ਸਾਥੀ ਰਹਿਣਾ। ਔਰ ਵੱਡੀ ਜਿਹੜੀ ਗੱਲ ਮੈਂ ਦੱਸਦੇ ਹਾਂ ਕਿ ਜਦੋਂ 12 ਦੇ ਵਿੱਚ ਜਿਹੜਾ ਖਹਿਰਾ ਇਲੈਕਸ਼ਨ ਲੜਦਾ, ਨੋਮੀਨੇਸ਼ਨ ਫਾਰਮ ਆਪਣੇ ਭਰਦਾ ਅਤੇ ਆਪਣੀ ਪ੍ਰੋਪਰਟੀ 2 ਕਰੋੜ ਦੀ ਡਿਕਲੇਅਰ ਕਰਦਾ, ਜਦੋਂ 17 ਦੇ ਵਿੱਚ ਇਹ ਭਰਦਾ ਅਤੇ 52 ਕਰੋੜ ਦੀ ਪ੍ਰੋਪਰਟੀ ਆਪਣੀ ਡਿਕਲੇਅਰ ਕਰਦਾ, ਇੱਕ ਵੱਡੇ ਕਾਰਨ ਨੇ
ਜਿਹੜਾ ਕੋਰਟ ਨੇ ਗੱਲ ਕੀਤੀ ਆ ਉਹ ਕੋਈ ਸਰਕਾਰ ਮੌਜੂਦਾ ਸਰਕਾਰ ਦੇ ਕਹਿਣ 'ਤੇ ਨਹੀਂ ਫੈਸਲਾ ਲਿਆ, ਉਹਨਾਂ ਨੇ ਉਸੇ ਕੇਸ ਦੇ ਵਿੱਚੋਂ ਜਿਹੜੀਆਂ ਰਿਕਾਰਡ ਦੇ ਵਿੱਚ ਆਈਆਂ ਕੌਲਾਂ ਆਈਆਂ ਬਾਹਰ ਕਰਨਾ ਉਹਨਾਂ ਦੀ ਉਹਦੀ ਭੈਣ ਨਾਲ ਕੌਲਾਂ ਕੀਤੀਆਂ ਇੰਗਲੈਂਡ ਦੇ ਵਿੱਚ, ਉਹ ਸਾਰਾ ਰਿਕਾਰਡ ਆ ਉਹ ਰਿਕਾਰਡ ਦੇ ਬੇਸ 'ਤੇ ਨੂੰ ਸਮਨਿੰਗ ਹੋਈ ਆ। ਇਸ ਕਰਕੇ ਉਸੇ ਰਿਕਾਰਡ ਦੇ ਬੇਸ 'ਤੇ ਹਾਈ ਕੋਰਟ ਨੇ ਉਹਨੂੰ ਜਾਇਜ਼ ਕੋਰਟ ਨੂੰ ਠਹਿਰਾਇਆ ਕਿ ਜਿਹੜੀ ਸਮਨਿੰਗ ਕੀਤੀ ਆ ਜਾਇਜ਼ ਕੀਤੀ ਆ। ਸੋ ਇਹਦੇ ਵਿੱਚ ਸਰਕਾਰ ਨੂੰ ਕਹਿ ਦੇਣਾ ਬਈ ਇਹ ਕੈਪਟਨ ਨੇ ਕਰਤੀ ਜਾਂ ਇਹ ਸੁਖਵੀਰ ਨੇ ਕਰਤੀ, ਇਹ ਗੱਲ ਨਹੀਂ, ਇਹ ਕੋਰਟ ਨੇ ਸਾਰਾ ਰਿਕਾਰਡ ਦੇਖ ਕੇ ਹੀ ਸਮਨਿੰਗ ਕੀਤੀ ਆ। ਟੰਡਾ ਸਾਹਿਬ ਬਿਲਕੁਲ ਸਹੀ, ਕੋਰਟਾਂ ਦੀਆਂ ਵੀ ਅੱਜ ਤੱਕਰ ਕੋਈ ਠੋਸ ਸਬੂਤ ਨਹੀਂ ਆਏ। ਅਸੀਂ ਜ਼ਰੂਰ ਉਹਨਾਂ ਦੀ ਇੱਜ਼ਤ ਕਰਦੇ ਹਾਂ, ਪਰ 1984 ਤੋਂ ਲੈ ਕੇ ਜਾਂ ਬਾਦਲ ਸਾਹਿਬ ਅਤੇ ਕੈਪਟਨ ਸਾਹਿਬ ਨੇ ਕੇਸ ਪਾਏ ਸੀ ਉਹਨਾਂ ਦੀ ਲੈ ਲਓ, ਕੈਪਟਨ ਸਾਹਿਬ ਅਤੇ ਬਾਦਲ ਸਾਹਿਬ ਨੇ ਪਾਏ ਸੀ ਉਹ ਲੈ ਲਓ, ਆਮ ਲੋਕਾਂ 'ਤੇ ਜ਼ਰੂਰ ਕੇਸ ਪੈਂਦੇ ਆ। ਆਉਣ ਵਾਲਾ ਸਮਾਂ ਜ਼ਰੂਰ ਇਹ ਪਿਕਚਰ ਕਲੀਅਰ ਕਰੇਗਾ ਖਹਿਰਾ ਸਾਹਿਬ ਕਿੱਥੇ ਖੜ੍ਹੇ ਆ ਕੀ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਖਹਿਰਾ ਸਾਹਿਬ ਦੀ 15 ਦੀ ਗੱਲ ਕੀਤੀ ਆ, 15 ਤੋਂ 17 ਤੱਕ ਤੁਹਾਡੀ ਸਰਕਾਰ ਰਹੀ, ਤੁਸੀਂ ਕੀ ਐਕਸ਼ਨ ਲਿਆ ਸੀ, ਤੁਹਾਡੀ ਸਰਕਾਰ ਨੇ ਕੀ ਐਕਸ਼ਨ ਲਿਆ ਸੀ ਜਦੋਂ ਖਹਿਰਾ ਸਾਹਿਬ ਦਾ 15 'ਚ ਕੇਸ ਸਾਹਮਣੇ ਆ ਗਿਆ ਸੀ? ਸਾਡੇ ਇਹ ਕੇਸ ਜਿਹੜਾ ਆ ਜੇ ਤਾਂ ਸਾਡੇ ਕੋਲ ਆਉਂਦਾ ਫਿਰ ਤਾਂ ਗੱਲ ਸੀ, ਕੇਸ ਤਾਂ ਇਹ ਤਾਂ ਕੋਰਟ ਵਿੱਚ ਪੈਂਡਿੰਗ ਚੱਲਦਾ ਸੀ, ਉਹਦੇ ਫਾਈਨਲ ਹੁਣ ਹੋਇਆ ਕੇਸ। ਜਦੋਂ ਕੇਸ ਫਾਈਨਲ ਹੋਇਆ ਉਸ ਵੇਲੇ ਕੋਰਟ ਨੇ ਜਿਹੜੇ ਦੋਸ਼ੀ ਨੂੰ ਸਜ਼ਾ ਦੇਤੀ, ਨਾਲ ਇਹਨੂੰ ਸਾਹਮਣੇ ਕਰਤੀ ਕਿ ਤੂੰ ਵੀ ਇਹਨਾਂ ਦੇ ਵਿੱਚ ਤੇਰੀ ਇਨਵੋਲਵਮੈਂਟ ਵੀ ਉਹ ਹੈਗੀ ਆ। ਉਸ ਕਰਕੇ ਸਾਰਾ ਕੋਰਟ ਦਾ ਮੈਟਰ ਆ, ਇਹ ਸਰਕਾਰ ਦਾ ਮੈਟਰ ਨਹੀਂ ਹੈਗਾ। ਬਹੁਤ ਅੱਛੇ, ਹਾਂਜੀ ਅਜਨੋਹਾ ਸਾਹਿਬ। ਬਿਕਰਮ ਜੀ, ਅਸੀਂ ਗੱਲ ਕਰਦੇ ਸੀ ਜਿੱਥੇ ਆਪਾਂ ਇੰਟਰਵਿਊ ਗੱਲ ਕੀਤੀ ਸੀ ਸੋਹਨ ਸਿੰਘ ਥੰਡਲ ਕਿ ਧਾਰਮਿਕ ਵਿਰਤੀ ਵਾਲੇ ਬੰਦੇ ਆ, ਮੈਂ ਸਮਝਦਾ ਵੀ ਆਪਾਂ ਉੱਧਰ ਨੂੰ ਵੀ ਲੈ ਕੇ ਚੱਲੀਏ ਪਰਦੇਸੀ ਟੀਵੀ ਦੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਤੇ ਆਪਾਂ ਇੱਧਰ ਹੀ ਉਲਝੇ ਰਹੀਏ ਕਿ ਇਹਨਾਂ ਦੀ ਸਰਕਾਰ ਨੇ 10 ਸਾਲ ਦੇ ਵਿੱਚ ਸਮਾਜ ਦੇ ਹਰ ਵਰਗ ਦਾ ਜਿਵੇਂ ਕਿਸ ਜਿਵੇਂ ਸ਼ਹੀਦਾਂ ਦੀਆਂ ਜਗ੍ਹਾ ਬਣਾਈ, ਇਹਨਾਂ ਨੇ ਦੱਸੀ ਗੱਲ, ਇਹਨਾਂ ਨੇ ਐਕਸਪਲੇਨ ਕੀਤਾ, ਮੈਂ ਸਮਝਦਾ ਵੀ ਜਿੱਦਾਂ ਸਾਡੇ ਇਹਨਾਂ ਨੇ ਖੁਰਾਲਗੜ੍ਹ ਜਗ੍ਹਾ ਬਣਾਈ ਆ, ਭਹੀੜ ਬਣਾਈ ਆ, ਆਪਣੇ ਭਾਈ ਮੋਤੀ ਮਹਾਰਾਜ ਦੀ ਬਣਾਈ ਆ, ਹੋਰ ਬਣਾਈਆਂ, ਤੇ ਅਸੀਂ ਖੰਡ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਸਰਕਾਰ ਦੇ ਦੌਰਾਨ ਸ਼ੁਰੂ ਕਰਾਈਆਂ ਕਾਫੀ ਹੱਦ ਤੱਕ ਕੰਪਲੀਟ ਹੋ ਗਈਆਂ, ਤੇ ਕੀ ਹੁਣ ਵੀ ਉਹ ਐਜਿਟੀ 'ਚ ਕੰਮ ਚੱਲ ਰਿਹਾ ਜਾਂ ਉੱਥੇ ਹੀ ਰੁਕੀਆਂ ਪਈਆਂ, ਕਿੱਥੇ ਰੁਕੀਆਂ ਪਈਆਂ ਤੇ ਆਪਣੀ ਸਰਕਾਰ ਕੀ ਕਰ ਰਹੀ ਹੈ? ਦੇਖੋ ਇਹ ਕੁਐਸਚਨ ਤੁਹਾਡਾ, ਮੈਂ ਸਮਝਦਾ ਕਿ ਜਿਹੜੀ ਸਾਡੀ ਸਰਕਾਰ ਵੇਲੇ ਅਸੀਂ ਇਹ ਕੰਮ ਸ਼ੁਰੂ ਕੀਤੇ ਸੀ, ਲਗਭਗ ਥੋੜ੍ਹੇ ਬਹੁਤ ਨੂੰ ਛੱਡ ਕੇ ਬਾਕੀ ਸਾਰੇ ਕੰਪਲੀਟ ਹੋ ਗਏ। ਦੋ ਜਗ੍ਹਾ ਦੇ ਉੱਪਰ ਕੰਮ ਜਿਹੜਾ ਪੈਂਡਿੰਗ ਚੱਲਦਾ, ਇੱਕ ਜਿਹੜੀ ਮਨਾਰੇ ਬੇਗਮਪੁਰਾ ਖਰਾਲਗੜ੍ਹ ਦੀ, ਉਹ ਲੇਟ ਸ਼ੁਰੂ ਹੋਇਆ ਕਿਉਂਕਿ ਉੱਥੇ ਜ਼ਮੀਨ ਨਹੀਂ ਸੀ, ਮੈਡਰੇ ਲੇਟ ਕੰਮ ਸ਼ੁਰੂ ਕੀਤਾ। ਅੱਜ ਮੈਨੂੰ ਦੁੱਖ ਵੀ ਇਸ ਗੱਲ ਦਾ ਕਿ ਉਹ ਕੰਮ ਜਿਹੜਾ ਆ ਮੌਜੂਦਾ ਸਰਕਾਰ ਨੇ ਪੈਸੇ ਦੇਣੇ ਬੰਦ ਕਰਤੇ, ਉਹ ਕੰਮ ਉੱਥੇ ਰੁਕ ਗਿਆ। ਔਰ ਦੂਸਰੀ ਮੈਨੂੰ ਵੱਡੀ ਇਸ ਚੀਜ਼ ਦਾ ਵੀ ਦੁੱਖ ਆ ਕਿ ਅਸੀਂ ਧਾਰਮਿਕ ਸਥਾਨਾਂ ਦੇ ਬਣਾਉਣ ਦੇ ਨਾਲ ਨਾਲ ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਸੀ, ਜਿਹੜੀ ਬੜੀ ਚਰਚਾ ਦੀ ਗੱਲ ਹੋਈ ਸੀ, ਪਾਣੀ ਵਿੱਚ ਬੱਸ ਚਲਾਉਣ ਵਾਲੀ ਗੱਲ ਸੀ, ਉਹ ਅਸੀਂ ਹਰੇਕ ਪੱਤਨੋਂ ਵੀ ਸ਼ੁਰੂ ਕੀਤੀ ਸੀ। ਇਹ ਸਰਕਾਰ ਨੇ ਆਉਂਦਿਆਂ ਸਾਨੂੰ ਉਹ ਵੀ ਜਿਹੜਾ ਸੀ ਉਹਨੂੰ ਵੀ ਬੰਦ ਕਰਕੇ ਲੋਕਾਂ ਨੂੰ ਜਿਹੜਾ ਇੱਕ ਵੱਡੀ ਲੋਕਾਂ ਦੇ ਮਨ ਦੇ ਵਿੱਚ ਚਾਹਤ ਵੀ ਸੀਗੀ, ਉਹ ਪ੍ਰੋਜੈਕਟ ਜਿਹੜਾ ਉਹ ਵੀ ਬੰਦ ਕੀਤਾ। ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਬੰਦ ਕੀਤੇ ਆ। ਔਰ ਇਹ ਮੈਂ ਸਮਝਦਾ ਕਿ ਇਹ ਯਾਦਗਾਰਾਂ ਜਿਹੜੀਆਂ ਬਣ ਰਹੀਆਂ ਇਹ ਕੋਈ ਅਕਾਲੀਆਂ 'ਚ ਨਹੀਂ ਬਣ ਰਹੀਆਂ, ਇਹ ਉਹ ਯਾਦਗਾਰਾਂ ਆ ਜਿਹੜੇ ਸਾਡੇ ਭਗਤ ਨੇ, ਸਾਡੇ ਗੁਰੂ ਨੇ, ਇਹ ਸਾਰਿਆਂ ਦੇ ਸਾਂਝੇ ਆ ਅਤੇ ਉਹਨਾਂ ਦੀ ਯਾਦਗਾਰਾਂ ਨੇ। ਸੋ ਇਹ ਸਰਕਾਰ ਜਿਹੜੀ ਆ ਇਹ ਸਾਰਾ ਕੁਛ ਇਹ ਬੰਦ ਕਰ ਰਹੀ ਆ, ਔਰ ਹਰ ਕੰਮ ਜਿਹੜਾ ਆ ਜਿਹੜੇ ਅਸੀਂ ਚੰਗੇ ਫੈਸਲੇ ਲਏ ਸੀ ਉਹ ਸਾਰਿਆਂ ਨੂੰ ਇਹ ਬੰਦ ਕਰ ਰਹੀ ਹੈ। ਔਰ ਸਿੱਧਮ ਇਹ ਆ ਕਿ 8 ਮਹੀਨੇ ਹੋ ਗਏ ਪੈਸਾ ਜ਼ਿਆਦਾ ਲੱਗ ਤੱਕ ਦੇ ਰਿਹਾ ਨਹੀਂ, ਯਾਦਗਾਰਾਂ ਦੇ ਕੰਮ ਵੀ ਬੰਦ ਕਰਤੇ, ਹੋਰ ਕੰਮ ਵੀ ਬੰਦ ਕਰਤੇ, ਖਜ਼ਾਨਾ ਫਿਰ ਕਿਸੇ ਜਾਂਦੇ ਖਾਲੀ ਆ, ਫਿਰ ਕਰਜ਼ਾ ਕਿਸੇ ਦਾ ਮਾਫ ਨਹੀਂ ਹੋਇਆ ਉਹਦੇ ਖਜ਼ਾਨਾ ਖਾਲੀ ਆ। ਸੋ ਇਸ ਕਰਕੇ ਇਹ ਸਰਕਾਰ ਦੀ ਨੀਅਤ ਜਿਹੜੀ ਆ ਉਹ ਕੋਈ ਪੋਜ਼ਿਟਿਵ ਨਹੀਂ ਹੈਗੀ, ਇਹ ਕੋਈ ਚੰਗਾ ਕੰਮ ਲੋਕਾਂ ਵਾਸਤੇ ਨਹੀਂ ਕਰ ਰਹੀ, ਔਰ ਲੋਕ ਅੱਜ ਔਖੇ ਨੇ ਇਸ ਗੱਲ ਦੇ ਉੱਪਰੋਂ। ਔਰ ਇਹ ਜਿਹੜੀ ਤਕਲੀਫ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਦੇ ਉਲਟ ਲੋਕਾਂ ਨੂੰ, ਅੱਜ ਲੋਕ ਹੁਣੇ ਕਲੇਰ ਸਾਹਿਬ ਨੇ ਗੱਲ ਕੀਤੀ ਜੀ ਕਿਸਾਨ ਉਸ ਵੇਲੇ ਵੀ ਗੱਲ ਸੀਗੇ, ਇਹ ਪਹਿਲੀ ਵਾਰੀ ਹੋਇਆ ਕਿ 5 ਮਹੀਨਿਆਂ ਦੇ ਵਿੱਚ ਹੀ ਸਾਰੀਆਂ ਜਥੇਬੰਦੀਆਂ, ਇਕੱਲੇ ਕਿਸਾਨ ਨਹੀਂ ਔਰ ਚਾਹੇ ਆਂਗਨਵਾੜੀ ਵਰਕਰ ਆ, ਚਾਹੇ ਹੋਰ ਇੰਪਲਾਈਜ਼ ਆ, ਔਰ ਇੰਪਲਾਈਜ਼ ਨੂੰ ਮਹੀਨੇ ਦੀ ਤਨਖਾਹ ਨਹੀਂ ਮਿਲ ਰਹੀ ਕਲੇਰ ਸਾਹਿਬ, 15-15 ਦਿਨ ਦੀ ਤਨਖਾਹ ਇੱਥੇ ਆ ਰਹੀ ਅੱਜ ਪੰਜਾਬ ਦੇ ਵਿੱਚ ਜਿਹੜੇ ਆ ਸਾਡੇ ਇੰਪਲਾਈਜ਼ ਆ। ਸੋ ਇੰਨੇ ਮਾੜੇ ਹਾਲਤ ਕਦੀ ਹੋਏ ਨਹੀਂ ਪੰਜਾਬ ਦੇ ਜਿੰਨੇ ਅੱਜ ਦੀ ਸਰਕਾਰ ਨੇ ਕਰ ਦਿੱਤੇ ਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹਦਾ ਜਵਾਬ ਲੋਕ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ। ਸਾਹਿਬ ਮੇਰਾ ਸਵਾਲ ਫਿਰ ਉੱਥੇ ਹੀ ਸੀਗਾ ਕਿਉਂਕਿ ਮੇਰੇ ਸਵਾਲ ਨੂੰ ਤੁਸੀਂ ਐਕਸਪਲੇਨ ਕਰਦੇ ਆ, ਪਰ ਮੈਨੂੰ ਲੱਗਦਾ ਵੀ ਮੇਰੀ ਜਾਂ ਪਰਦੇਸੀ ਟੀਵੀ ਦੇ ਦਰਸ਼ਕਾਂ ਪੂਰੀ, ਮੈਂ ਸਮਝਦਾ ਜਿੱਥੇ ਤੱਕ ਮੇਰੀ ਜਾਣਕਾਰੀ ਆ ਮੈਨੂੰ ਯਾਦ ਆ ਤੇ ਖੁਰਾਲਗੜ੍ਹ ਦੀ ਜਿਹੜੀ ਆਪਣੇ ਧਾਰਮਿਕ ਸਥਾਨ ਬਣਿਆ ਸਾ ਉਹਦੇ ਵਿੱਚ ਮੈਂ ਚਾਹੁੰਦਾ, ਮਤਲਬ ਮੈਂ ਇਹ ਚਾਹੁੰਦਾ ਵੀ ਚੰਗੀ ਤਰ੍ਹਾਂ ਲੋਕਾਂ ਨੂੰ ਜਿਵੇਂ ਤੁਸੀਂ ਗੱਲ ਕਰਦੇ ਹੋ ਤੁਹਾਡੀ ਆਪਣੀ ਇੱਛਾ ਹੈ ਵੀ ਐਕਸਪਲੇਨ ਹੋਵੇ ਲੋਕਾਂ ਨੂੰ
ਗੱਲ ਉੱਥੇ ਲਿਆਉਣੀ ਚਾਹੁੰਦਾ ਵੀ ਜਦੋਂ ਫਰਾਲਗੜ੍ਹ ਦੀ ਜਗ੍ਹਾ ਇੱਕ ਧਰਮ ਸਥਾਨ ਦੀ ਗੱਲ ਕਰਦਾ ਜਦੋਂ ਬਣਾਈ ਸੀ ਪਿੰਡ ਵਾਲੇ ਜਾਂ ਆਲੇ ਦੁਆਲੇ ਦੇ ਲੋਕ ਮੰਨਦੇ ਨਹੀਂ ਸੀ ਕਿਹਨਾਂ ਹਾਲਾਤਾਂ 'ਚ ਬਾਦਲ ਸਾਹਿਬ ਨੇ ਉਹ ਜ਼ਮੀਨ ਖਰੀਦੀ ਕਿੱਦਾਂ ਬਣਾਈ ਉਹ ਇੰਨੀ ਐਫਰਟਸ ਕਰਦੇ ਰਹੇ ਹਰ ਸਮਾਜ ਦੇ ਵਰਗ ਲਈ ਲੋਕਾਂ ਲਈ ਸਾਰਾ ਕੁਛ ਕਰਦੇ ਰਹੇ ਗੱਲ ਫਿਰ ਮੈਂ ਉੱਥੇ ਲਿਆਉਣੀ ਚਾਹੁੰਦਾ ਵੀ ਇਹ ਕਿਉਂ ਹੋਇਆ ਮਤਲਬ ਤੁਸੀਂ ਪਲੀਜ਼ ਸਾਡੇ ਪ੍ਰਦੇਸ਼ੀ ਦੀ ਦਰਸ਼ਕਾਂ ਨੂੰ ਦੱਸੋ ਵੀ ਇਹ ਯਾਦਗਾਰਾਂ ਬਣਾਉਣ ਲਈ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਕਹਿੰਦਾ ਕਿਸੇ ਧਰਮ ਦੀ ਨਹੀਂ ਗੱਲ ਕਰਦਾ ਸਰਬ ਸਾਂਝੀਆਂ ਬਣਾਈਆਂ ਪਰ ਕਿਹਨਾਂ ਹਾਲਾਤਾਂ 'ਚ ਬਣਾਈਆਂ ਕਿੱਦਾਂ ਕਿੱਦਾਂ ਬਣਾਈਆਂ ਉਹ ਜ਼ਰੂਰ ਦੱਸੋ ਦੇਖੋ ਅਜਨੋਹਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਰਕਾਰ ਨੇ ਇਹ ਸਾਰੀਆਂ ਯਾਦਗਾਰਾਂ ਬਣਾਉਣ ਦਾ ਆਪਣੇ ਵਿਰਸੇ ਨੂੰ ਸੰਭਾਲਣ ਦੀ ਗੱਲ ਕੀਤੀ ਹੈ ਉੱਥੇ ਨਾਲ ਨਾਲ ਜਿੱਥੇ ਅਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਜਿਹੜੀ ਆਪਣੇ ਭਗਵਾਨ ਵਾਲਮੀਕ ਜੀ ਦੀ ਯਾਦਗਾਰ ਬਣਾਈ ਹੈ ਅਤੇ ਉਸ ਵੇਲੇ ਗੱਲ ਜਿਹੜੀ ਹੈ ਕਿਉਂਕਿ ਮੇਰੇ ਆਪਣੇ ਸਾਊਥ ਡਿਵੀਜ਼ਨ ਹੈ ਗੜਸ਼ੰਕਰ ਖਰਾਲਗੜ੍ਹ ਦੀ ਧਰਤੀ ਜਿਹੜਾ ਖਰਾਲਗੜ੍ਹ ਪਿੰਡ ਹੈ ਜਿਹਨੂੰ ਪਹਿਲਾਂ ਖਰਾਲੀ ਵੀ ਕਹਿੰਦੇ ਸੀ ਇਹ ਗੜਸ਼ੰਕਰ ਤਹਿਸੀਲ ਦੇ ਵਿੱਚ ਪੈਂਦਾ ਔਰ ਇਤਿਹਾਸ ਦੇ ਵਿੱਚ ਹੈ ਕਿ ਜਿਹੜੇ ਗੁਰੂ ਰਵਿਦਾਸ ਜੀ ਹੈ ਉਹ 4 ਸਾਲ 2 ਮਹੀਨੇ ਕੁਛ ਦਿਨ ਇੱਥੇ ਰਹੇ ਹੈ ਔਰ 10 ਮਹਲੇ ਜਗ੍ਹਾ ਵੀ ਉਹਨਾਂ ਦੇ ਨਾਂ ਦੇ ਉੱਤੇ ਰੈਵੀਨਿਊ ਰਿਕਾਰਡ ਦੇ ਵਿੱਚ ਜਿਹੜੀ ਹੈ ਉਹ ਬੋਲਦੀ ਹੈ ਸੋ ਮੈਂ ਉਸ ਵੇਲੇ ਇਹ ਮੁੱਦਾ ਕਾਫੀ ਸਮੇਂ ਤੋਂ ਪਹਿਲਾਂ ਉਠਾਇਆ ਸੀ ਕਿ ਜਿੱਥੇ ਬਾਕੀ ਯਾਦਗਾਰਾਂ ਬਣਨੀਆਂ ਇਹ ਯਾਦਗਾਰ ਵੀ ਜਿਹੜੀ ਬਣਨੀ ਚਾਹੀਦੀ ਹੈ ਔਰ ਜਿਸ ਵੇਲੇ ਮਹਿਕਮਾ ਮੇਰੇ ਕੋਲ ਆਇਆ ਉਹ ਮਹਿਕਮਾ ਆਉਣ ਤੋਂ ਬਾਅਦ ਮੈਂ ਇਸ ਕੇਸ ਨੂੰ ਆਪਣੇ ਮੁੱਖ ਮੰਤਰੀ ਜੀ ਨਾਲ ਸਲਾਹ ਕਰਕੇ ਉਹਨਾਂ 'ਤੇ ਹਰੀ ਝੰਡੀ ਬਣਨ ਤੋਂ ਬਾਅਦ ਸਾਰਾ ਆਰੰਭ ਕੀਤਾ ਪਰ ਉਹ ਖਿਆਲਗੜ੍ਹ ਜਿਹੜਾ ਸਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਵੀ ਪੰਜਾਬ ਦਾ ਵੀ ਇੱਕ ਬਾਰਡਰ ਦਾ ਪਿੰਡ ਆ ਉਹਦੇ ਨਾਲ ਪੂਰੇ ਹਿਮਾਚਲ ਸ਼ੁਰੂ ਹੋ ਜਾਂਦਾ ਉਹ ਪਹਾੜੀ ਇਲਾਕਾ ਵੀ ਹੈ ਲੋਕਾਂ ਦੀ ਹੋਲਡਿੰਗ ਜਿਹੜੀ ਆ ਬਹੁਤ ਥੋੜ੍ਹੀ ਸੀ 2-2, 3-3 ਕਨਾਲ ਦੀ ਹੋਲਡਿੰਗ ਸੀ ਔਰ ਜ਼ਮੀਨ ਲੈਣ ਦੇ ਵਿੱਚ ਸਾਨੂੰ ਬੜੀ ਮੁਸ਼ਕਲ ਆਈ ਹੈ ਇੱਕ ਸਾਲ ਸਾਨੂੰ ਲੱਗਿਆ ਸਰਕਾਰੀ ਰੇਟ ਉੱਥੇ ਲਗਭਗ 6 ਲੱਖ ਰੁਪਈਆ ਪਰ ਏਕੜ ਸੀ ਔਰ ਲੋਕ ਉਸ ਰੇਟ 'ਤੇ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ ਮੈਂ ਆਪਣੇ ਯਤਨ ਕਰਕੇ ਉਹਨਾਂ ਨੂੰ ਲਗਭਗ 26 ਲੱਖ ਰੁਪਈਆ ਪਰ ਏਕੜ ਦੇ ਕੇ ਉਹ ਜ਼ਮੀਨ ਜਿਹੜੀ ਅਸੀਂ ਉਹ ਖਰੀਦੀ ਹੈ ਉਹ ਖਰੀਦਣ ਤੋਂ ਬਾਅਦ ਫੇਰ ਉਹਦਾ ਕੰਮ ਸ਼ੁਰੂ ਕੀਤਾ ਔਰ ਉਹ ਕੰਮ ਜਿਹੜਾ ਆ 25% ਤੋਂ ਵੱਧ ਜਿਹੜਾ ਉਹ ਕੰਪਲੀਟ ਹੋ ਗਿਆ ਔਰ ਲਗਭਗ 40 ਕਰੋੜ ਰੁਪਈਆ ਅਸੀਂ ਉਸ ਪ੍ਰੋਜੈਕਟ ਦੇ ਉੱਪਰ ਉਹ ਖਰਚ ਕਰ ਚੁੱਕੇ ਹਾਂ ਸੋ ਉਹ ਜਿਹੜਾ ਬਾਕੀ ਰਹਿੰਦਾ ਪੈਸਾ ਆ ਉਹ ਕੰਟਰੈਕਟਰ ਨੂੰ ਪੈਸੇ ਨਹੀਂ ਮਿਲ ਰਹੇ ਇਸ ਕਰਕੇ ਉਹਨੇ ਕੰਮ ਜਿਹੜਾ ਬੰਦ ਕੀਤਾ ਸੋ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਮੈਂ ਆਪਣੇ ਤੌਰ 'ਤੇ ਵੀ ਯਤਨਸ਼ੀਲ ਹਾਂ ਮੈਂ ਮੌਜੂਦਾ ਸਰਕਾਰ ਨੂੰ ਵੀ ਇਹਦੇ ਬਾਰੇ ਕਿਹਾ ਹੈਗਾ ਕਿ ਇਹ ਜਿਹੜਾ ਪ੍ਰੋਜੈਕਟ ਉਹਨੂੰ ਕੰਪਲੀਟ ਕੀਤਾ ਜਾਵੇ ਇਹ ਪ੍ਰੋਜੈਕਟ ਜਿਹੜਾ ਆ ਕਿਤੇ ਨਾ ਕਿਤੇ ਸਾਰੀ ਦੁਨੀਆ 'ਤੇ ਜਿਹੜੇ ਰਵਿਦਾਸ ਦਾ ਭਾਈਚਾਰਾ ਆ ਬੈਠਾ ਉਹਨਾਂ ਦੀ ਜਿਹੜੀ ਆਸਥਾ ਆ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦੇ ਲਈ ਜੇ ਇਹ ਕੰਮ ਪੂਰਾ ਨਹੀਂ ਹੁੰਦਾ ਤਾਂ ਇੱਕ ਗੁੱਸੇ ਦੀ ਲਹਿਰ ਵੀ ਜਿਹੜੀ ਆ ਉਹ ਲੋਕਾਂ ਦੇ ਮਨ ਦੇ ਵਿੱਚ ਆ ਕਿ ਇਹ ਜਾਨਵਰ ਜਿਹੜਾ ਕੰਮ ਇਹ ਪੂਰਾ ਨਹੀਂ ਕੀਤਾ ਜਾ ਰਿਹਾ ਸੋ ਉਸ ਕਰਕੇ ਅਸੀਂ ਆਪਣਾ ਪੂਰਾ ਯਤਨ ਕੀਤਾ ਕਿ ਸਾਰੀਆਂ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਆ ਉਹ ਯਾਦਗਾਰਾਂ ਜਿਹੜੀਆਂ ਆ ਉਹ ਕੰਪਲੀਟ ਕੀਤੀਆਂ ਜਾਣ ਤਾਂ ਕਿ ਜਿਹੜੀ ਸਾਡੀ ਆਉਣ ਵਾਲਾ ਸਾਡੀ ਪੀੜ੍ਹੀ ਆ ਸਾਡੀਆਂ ਨਸਲਾਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਵਿਰਸਾ ਕੀ ਆ ਸਾਡਾ ਜਿਹੜਾ ਧਾਰਮਿਕ ਸਾਡਾ ਜਿਹੜਾ ਉਹ ਵਿਰਸਾ ਕੀ ਆ ਅਤੇ ਉਸ ਕਰਕੇ ਹਮੇਸ਼ਾ ਮੈਂ ਵੀ ਯਤਨਸ਼ੀਲ ਰਿਹਾ ਅਸੀਂ ਅਗਾਂਹ ਵੀ ਯਤਨਸ਼ੀਲ ਰਹਾਂਗੇ ਕਿ ਆਪਣੇ ਵਿਰਸੇ ਨੂੰ ਸੰਭਾਲਣ ਵਾਸਤੇ ਸਰਕਾਰ ਜਿੱਥੇ ਸਾਡੀ ਸਰਕਾਰ ਨੇ ਕੰਮ ਕੀਤਾ ਮੈਂ ਬੇਨਤੀ ਕਰਾਂਗਾ ਕਿ ਮੌਜੂਦਾ ਸਰਕਾਰ ਵੀ ਉਹਨੂੰ ਜਿਹੜਾ ਉਹ ਕੰਪਲੀਟ ਕਰੇ ਜੀ ਬਿਲਕੁਲ ਅਜਨੋਹਾ ਸਾਹਿਬ ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ ਅਤੇ ਨਾਲ ਤੁਹਾਡੇ ਕੁਐਸਚਨ ਠੰਡਲ ਸਾਹਿਬ ਬੜੇ ਠਰਮੇ ਦੇ ਨਾਲ ਆਂਸਰ ਕਰ ਰਹੇ ਆ ਅਤੇ ਮੈਂ ਮਾਫ਼ੀ ਚਾਹਾਂਗਾ ਕਿਉਂਕਿ ਮੇਰੇ ਕੋਲ ਟਾਈਮ ਵੀ ਇੰਨਾ ਨਹੀਂ ਹੈ ਮੇਰੇ ਕੋਲ ਬਹੁਤ ਜ਼ਿਆਦਾ ਮੈਸੇਜ ਆ ਚੁੱਕੇ ਆ ਮੈਂ ਹੁਣ ਕਿਸੇ ਦਾ ਕੁਐਸਚਨ ਨਹੀਂ ਕਰੂੰਗਾ ਅਤੇ ਅਖੀਰ ਵਿੱਚ ਮੈਂ 2-4 ਗੱਲਾਂ ਪੁੱਛਣੀਆਂ ਚਾਹੂੰਗਾ ਠੰਡਲ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਕੀ ਪਲੈਨਿੰਗ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹਿ ਕੇ ਹੀ ਕੰਮ ਕਰਨਾ ਬਿਹਤਰ ਸਮਝੋਗੇ ਜਾਂ ਕੋਈ ਹੋਰ ਪਲੈਨਿੰਗ ਹੈ ਤੁਹਾਡੇ ਆਉਣ ਵਾਲੇ ਫਿਊਚਰ 'ਚ ਸਾਹਿਬ ਮੈਂ ਸਮਝਦਾ ਕਿ ਮੈਂ ਆਪ ਇਸ ਗੱਲ ਨੂੰ ਮੰਨਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਇਹ ਜਿਹੜੀ ਟੈਨਿਊਰ ਆ ਇਹ ਬਹੁਤੀ ਵਧੀਆ ਨਹੀਂ ਰਹੀ ਸਾਨੂੰ ਬਹੁਤ ਘੱਟ ਸੀਟਾਂ ਹਾਸਲ ਹੋਈਆਂ ਪਰ ਅਸੀਂ ਉਸ ਗੱਲ ਨੂੰ ਸਾਰੇ ਨੂੰ ਮਹਿਸੂਸ ਕਰਕੇ ਮੁੜ ਕੇ ਸਾਡੀ ਜਥੇਬੰਦੀ ਦਾ ਨਵਾਂ ਗਠਨ ਹੋਇਆ ਆ ਪਿਛਲੇ 3-4 ਦਿਨ ਤੋਂ ਸਾਰੀ ਜਥੇਬੰਦੀ ਦਾ ਗਠਨ ਹੋਇਆ ਜਿਹਦੇ ਵਿੱਚ ਮੈਨੂੰ ਵੀ ਦੁਬਾਰਾ ਪਾਰਟੀ ਦਾ ਜਨਰਲ ਸਕੱਤਰ ਬਣਨ ਦਾ ਮੌਕਾ ਮਿਲਿਆ ਤਾਂ ਸੁਖਜੀਤ ਸਿੰਘ ਬਾਦਲ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਔਰ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਜਿਹੜਾ ਪਿਛਲੀਆਂ ਸਰਕਾਰਾਂ ਨੇ ਆ ਪਾਰਟੀਆਂ ਨੇ ਜੋ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਉਹ ਲੋਕਾਂ ਤੱਕ ਘਰ ਘਰ ਪਹੁੰਚਾ ਸਕੀਏ ਔਰ ਲੋਕਾਂ ਨੂੰ ਸਹੀ ਇਹ ਗੱਲ ਬਾਰੇ ਜਾਣੂ ਕਰਾ ਸਕੀਏ ਕਿ ਇੱਕ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜਦੀ ਰਹੀ ਹੈ ਲੜਦੀ ਰਹੂਗੀ ਔਰ ਲੋਕਾਂ ਵਿੱਚ ਅੱਜ ਸਾਨੂੰ ਉਸ ਚੀਜ਼ ਦੇ ਲਈ ਚੰਗਾ ਜਿਹੜਾ ਹੰਗਾਰਾ ਮਿਲਣਾ ਸ਼ੁਰੂ ਹੋਇਆ ਅੱਜ ਲੋਕ ਮੁੜ ਕੇ ਫਿਰ ਇਸ ਗੱਲ ਨੂੰ ਚਾਹੁੰਦੇ ਆ ਕਿ ਜੇ ਪੰਜਾਬ ਦੀ ਬਿਹਤਰੀ ਹੋ ਸਕਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਕਰ ਸਕਦਾ ਇੱਕ ਮੈਂ ਤੁਹਾਡੀ ਗੱਲ ਦਾ ਤੁਸੀਂ ਵਿੱਚ ਗੱਲ ਉਸ ਨੇ ਕੀਤੀ ਸੀ ਕਿ ਸੜਕਾਂ ਬਣੀਆਂ ਸੈਂਟਰ ਦੇ ਪੈਸੇ ਨਾਲ ਬਣੀਆਂ ਦੇਖੋ ਮੇਰੀ ਬੇਨਤੀ ਇਹ ਹੈ ਕਿ ਪਿਛਲੇ
ਜਦੋਂ 2 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਨਾ, ਉਸ ਵੇਲੇ ਦਿੱਲੀ ਦੇ ਵਿੱਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਕੋਲੋਂ ਕੈਪਟਨ ਅਮਰਿੰਦਰ ਸਿੰਘ ਤਾਂ ਨਹੀਂ ਲਿਆ ਸਕਿਆ ਸੜਕਾਂ, ਇਹਦੀ ਬੜਾ ਇਹਦੇ 35,000 ਕਰੋੜ ਰੁਪਈਆ ਜੇ ਲੈ ਕੇ ਆਉਂਦਾ ਸਾਡੀ ਜਿਹੜੀ ਸੈਂਟਰ ਭਾਈਵਾਲ ਸਰਕਾਰ ਵਾ ਬੀਜੇਪੀ ਦੀ, ਉਹਨਾਂ ਕੋਲੋਂ ਲੈ ਕੇ ਆਉਂਦਾ, ਤਾਂ ਲੈ ਕੇ ਆਉਂਦਾ ਕਿ ਸੁਖਬੀਰ ਸਿੰਘ ਬਾਦਲ ਨੇ ਐਫਰਟਸ ਕੀਤੀਆਂ। ਤੁਸੀਂ ਕਿਹਾ ਬਿਜਲੀ ਸਰਪ੍ਰਸਤ ਨਹੀਂ, ਇਹ ਤਾਂ ਕੈਪਟਨ ਮੰਨਦਾ ਬਿਜਲੀ ਸਰਪ੍ਰਸਤ ਹੈ। ਸੋ ਇਸ ਕਰਕੇ ਕੁਛ ਗੱਲਾਂ ਉਹ ਹੁੰਦੀਆਂ ਜਿਹੜੀਆਂ ਗੱਲਾਂ ਸਾਡੀ ਸੋਚ ਹੋਰ ਹੁੰਦੀ ਹੈ, ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਅਸੀਂ ਘਰ ਘਰ ਤੱਕ ਮੁੜ ਕੇ ਆਪਣੀ ਜਿਹੜੀ ਗੱਲ ਪਾਰਟੀ ਦੀ ਲੈ ਕੇ ਜਾ ਰਹੇ ਹਾਂ ਔਰ ਪਾਰਟੀ ਨੂੰ ਦੁਬਾਰਾ ਫਿਰ ਉਸ ਲੀਹ 'ਤੇ ਲੈ ਕੇ ਆਵਾਂਗੇ ਔਰ ਆਉਣ ਵਾਲੀ ਇਲੈਕਸ਼ਨ ਚਾਹੇ 19 'ਚ ਆਵੇ ਚਾਹੇ ਜਿਹੜੀ ਆ ਉਹ 22 ਦੇ ਵਿੱਚ ਆਵੇ, ਮੁੜ ਕੇ ਫਿਰ ਪੰਜਾਬ ਦੀ ਬਾਗਡੋਰ ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਦੇਣਗੇ। ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਜਿਹੜੇ ਹਿੱਤ ਆ ਹਰ ਵਰਗ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਮੁਲਾਜ਼ਮ ਜੇ ਉਹ ਸੇਫ ਪਤਾ ਸੀ ਵਾਰੀ ਆਪਣੇ ਬੰਦੇ ਚੰਗੇ ਭਲੇ ਬੰਦੇ ਜਿਹੜੇ ਆ, ਜੇ ਸਿਆਣੇ ਕਹਿੰਦੇ 100 ਵਾਰ ਕਿਸੇ ਚੀਜ਼ ਝੂਠ ਬੋਲਿਆ ਜਾਵੇ ਨਾ ਤੇ ਉਹ ਝੂਠ ਸੱਚ ਬਣ ਜਾਂਦਾ, ਉਹ ਝੂਠੇ ਇੰਨਾ ਬੋਲਿਆ ਗਿਆ ਕਿ ਆਪਣੇ ਬੰਦੇ ਗੁੰਮਰਾਹ ਹੋ ਗਏ। ਅੱਜ ਉਹ ਪਛਤਾ ਰਹੇ ਇਸ ਗੱਲ ਦੇ ਲਈ। ਸੋ ਅੱਜ ਮੈਨੂੰ ਇਸ ਚੀਜ਼ ਦੀ ਥੋੜ੍ਹੀ ਖੁਸ਼ੀ ਵੀ ਆ, ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ ਵਿਦੇਸ਼ਾਂ ਵਿੱਚ ਆਉਂਦੇ ਆ, ਮੈਨੂੰ ਵੀ ਮੌਕਾ ਮਿਲਦਾ, ਮੇਰੇ ਬਹੁਤ ਸਾਰੇ ਦੋਸਤ ਮਿੱਤਰ ਮੇਰੇ ਕਲਾਸ ਫੈਲੋ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਆ, ਮੇਰਾ ਬੜਾ ਪਿਆਰ ਵੀ ਉਹਦੇ ਨਾਲ ਆਉਂਦਾ ਰਹਿੰਦਾ, ਮੈਨੂੰ ਵੀ ਮੌਕਾ ਮਿਲਦਾ। ਉਹ ਸਾਰੇ ਬੰਦੇ ਨਹੀਂ, ਕੁਛ ਇੱਕ ਬੰਦੇ ਮੈਂ ਅੱਜ ਵੀ ਕਹਿ ਸਕਦਾ ਕਿ ਅੱਜ ਵੀ ਬੰਦੇ ਜਿਹੜੇ ਆ ਉਹਨਾਂ ਗੱਲਾਂ ਦੇ ਵਿੱਚ ਉਹ ਲੱਗੇ ਹੈਗੇ ਆ। ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡਾ ਪੰਜਾਬ ਆ, ਅਸੀਂ ਜਿੱਥੇ ਵੀ ਜਾਂਦੇ ਹਾਂ ਆਪਣੇ ਨੂੰ ਪੰਜਾਬੀ ਸਮਝਦੇ ਹਾਂ, ਪੰਜਾਬ ਦਾ ਕਲਚਰ ਪੰਜਾਬ ਦਾ ਧਰਮ ਦੁਨੀਆਂ 'ਤੇ ਗਿਆ, ਇੱਥੇ ਤੁਹਾਡਾ ਮੋਹ ਵੀ ਹੈਗਾ, ਇਹਨੂੰ ਇਹਦੀ ਚੜ੍ਹਦੀ ਕਲਾ ਵਾਸਤੇ ਵੀ ਆਪਾਂ ਸਾਰੇ ਜਿਹੜੇ ਆ ਉਹ ਯਤਨ ਕਰੀਏ, ਪੰਜਾਬ ਦੀ ਜਿਹੜੀ ਆ ਤਰੱਕੀ ਵਾਸਤੇ, ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਆਪਾਂ ਸਾਰੇ ਜਿਹੜਾ ਆ ਉਹ ਯਤਨ ਕਰੀਏ। ਸੋ ਇਹ ਮੈਂ ਸਾਰੀਆਂ ਬੇਨਤੀਆਂ ਆਪਣੇ ਬਾਹਰ ਬੈਠੇ ਦਰਸ਼ਕ ਭੈਣਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ। ਇੱਕ ਮੈਂ ਹੋਰ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਕਰਨੀ ਚਾਹੁੰਦਾ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹਨਾਂ ਦੇ ਮਨਾਂ ਦੇ ਵਿੱਚ ਸ਼ਾਇਦ ਗਲਤ ਖਿਆਲ ਆ ਗਿਆ ਕਿ ਪੰਜਾਬ ਵਿੱਚ ਤਾਂ ਹੈ ਹੀ ਕੁਛ ਨਹੀਂ, ਪੰਜਾਬ ਵਿੱਚ ਤਾਂ ਉੱਥੇ ਜੇ ਤੁਸੀਂ ਪਹਿਲਾਂ ਪੁੱਛਿਆ ਮੌਸਮ ਕਿਹੋ ਜਿਹਾ ਆ, ਇਹ ਪੰਜਾਬ ਦਾ ਮੌਸਮ ਬਹੁਤ ਵਧੀਆ, ਹੁਣ ਠੰਡ ਵੀ ਹੋ ਗਈ ਆ, ਧੁੰਦ ਹਟ ਗਈ ਆ, ਥੋੜ੍ਹੀ ਜਿਹੀ ਬਰਫ਼ ਪੈ ਗਈ ਆ, ਬੜਾ ਸੋਹਣਾ ਮੌਸਮ ਹੈਗਾ। ਇੱਥੇ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਜਿਹੜੀਆਂ ਯਾਦਗਾਰਾਂ ਅਸੀਂ ਬਣਾਈਆਂ ਉਹਨਾਂ ਨੂੰ ਉਹਨਾਂ ਦਰਸ਼ਨ ਕਰਾਓ, ਉਹਨਾਂ ਨੂੰ ਪਤਾ ਲੱਗ ਸਕੇ ਕਿ ਦਰਬਾਰ ਸਾਹਿਬ ਦੇ ਵਿੱਚ ਆ ਜਿਹੜਾ ਅਸੀਂ ਇੱਕ ਵੱਡੀ ਉਹਦੀ ਜਿਹੜੀ ਦਿੱਖ ਬਣਾਈ ਆ, ਅੰਮ੍ਰਿਤਸਰ ਦੀ ਜਿਹੜੀ ਅਸੀਂ ਸਾਰਾ ਮਾਰਗ ਵਧੀਆ ਬਣਾਇਆ, ਉੱਥੇ ਅਸੀਂ ਜਿਹੜਾ ਸੈਂਟਰ ਖੋਲ੍ਹਿਆ ਜਿਹਦੇ ਵਿੱਚ ਐਂਟਰੈਂਸ ਸੈਂਟਰ ਪਲਾਜ਼ਾ ਬਣਾਇਆ, ਸਾਰੀ ਹਿਸਟਰੀ ਜਿਹੜੀ ਆ ਦਰਬਾਰ ਸਾਹਿਬ ਦੀ ਜਦੋਂ ਉੱਥੇ ਗੁਰੂ ਰਾਮਦਾਸ ਜੀ ਦੀ ਨਗਰੀ ਵਸਾਈ ਆ ਉਹ ਤੋਂ ਲੈ ਕੇ ਅੱਜ ਤੱਕ ਉਸਦੀ ਸਾਰੀ ਹਿਸਟਰੀ ਉੱਥੇ ਫਿਲਮ ਦੇ ਰੂਪ ਵਿੱਚ ਦਿੱਤੀ ਆ। ਔਰ ਜਿਹੜਾ ਬੰਦਾ ਵੀ ਦਰਬਾਰ ਸਾਹਿਬ ਮੱਥਾ ਟੇਕਣ ਅੰਦਰ ਐਂਟਰ ਕਰੂਗਾ ਉਹ ਪਹਿਲਾਂ 15 ਮਿੰਟ ਦੇ ਵਿੱਚ ਉਹ ਸਾਰੀ ਫਿਲਮ ਦੇਖੂਗਾ ਕਿ ਇਹ ਹਿਸਟਰੀ ਕੀ ਹੈ ਦਰਬਾਰ ਸਾਹਿਬ ਦੀ, ਕਿੰਨੀ ਵਾਰੀ ਢਾਹ ਢੇਰੀ ਹੋਇਆ, ਅੰਦਰ ਬੇਰ ਸਾਹਿਬ ਦੀ ਕੀ ਮਹੱਤਤਾ ਆ, ਬੁੰਗਾ ਸਾਹਿਬ ਦੀ ਕੀ ਮਹੱਤਤਾ ਆ, ਦੇਗ ਕਿੱਥੋਂ ਲਈ ਜਾਂਦੀ ਹੈ, ਲੰਗਰ ਕਿੱਥੇ ਛਕਿਆ ਜਾਂਦਾ। ਸੋ ਉਹ ਸਾਰੀਆਂ ਗੱਲਾਂ ਅਸੀਂ ਉਹਦੇ ਵਿੱਚ ਲੈ ਕੇ ਆਉਂਦੀਆਂ, ਉਹ ਤਾਂ ਰਹਿਤੀ ਆ, ਉਹਨੂੰ ਕੋਈ ਜਿਹੜਾ ਝਸਲਾ ਨਹੀਂ ਸਕਦਾ। ਸੋ ਆਪਣੀ ਜਨਰੇਸ਼ਨ ਨੂੰ, ਆਪਣੇ ਬੱਚਿਆਂ ਨੂੰ ਪੰਜਾਬ 'ਚ ਲੈ ਕੇ ਆਓ, ਇਹਨਾਂ ਨੂੰ ਪੰਜਾਬ ਦੇ ਨਾਲ ਜੋੜੋ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਆਪਣਾ ਬਣਦਾ ਯੋਗਦਾਨ ਪਾਓ। ਇਹ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਆ ਉਹ ਬੇਨਤੀ ਕਰਨੀ ਚਾਹੁੰਦਾ। ਬਿਲਕੁਲ ਠੰਡਾ ਸਾਹਿਬ, ਬਹੁਤ ਵਧੀਆ ਤੁਸੀਂ ਦੱਸਿਆ, ਦਰਬਾਰ ਸਾਹਿਬ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ, ਪੰਜਾਬ ਦੇ ਕਲਚਰ ਨਾਲ ਜੋੜਨਾ ਚਾਹੀਦਾ, ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਉਹਦੇ ਨਾਲ ਜੋੜਨਾ ਚਾਹੀਦਾ, ਚੰਗੀਆਂ ਗੱਲਾਂ ਦੇ ਨਾਲ। ਪਰਦੇਸੀ ਟੀ ਵੀ ਵੱਲੋਂ ਵਾਰ ਵਾਰ ਇਹੀ ਸਾਡੇ ਵੱਲੋਂ ਇਹੀ ਜਿਹੜਾ ਵੀ ਕੋਈ ਲੀਡਰ ਸਾਹਿਬਾਨ ਆਉਂਦੇ ਆ ਸਾਡੇ ਸਟੂਡੀਓ ਦੇ ਵਿੱਚ ਜਾਂ ਕੋਈ ਕਲਾਕਾਰ ਆਉਂਦੇ ਆ, ਅਸੀਂ ਜ਼ਰੂਰ, ਕਿਉਂਕਿ ਤੁਹਾਡੇ ਨਾਲ ਤੁਹਾਡੇ ਫੋਲੋਅਰ ਲੋਕ ਬਹੁਤ ਹੁੰਦੇ ਆ, ਸਾਨੂੰ ਅਸੀਂ ਪੰਜਾਬ ਪੰਜਾਬੀਅਤ ਦੇ ਨਾਲ ਜ਼ਿਆਦਾ ਜੁੜੇ ਹੋਏ ਹਾਂ, ਸਾਨੂੰ ਪੰਜਾਬ ਦਾ ਦੁੱਖ ਜ਼ਿਆਦਾ ਆ, ਹਮੇਸ਼ਾ ਸੋਚਦੇ ਜਿਹਦਾ ਪੰਜਾਬ ਦੇ ਵਿੱਚ। ਹੁਣੇ ਤੁਸੀਂ ਮੌਸਮ ਦੀ ਗੱਲ ਕੀਤੀ ਹੈ ਠੰਡਲ ਸਾਹਿਬ, ਮੌਸਮ ਮੀਂਹ ਨਹੀਂ ਪੈ ਰਿਹਾ, ਕਾਰਨ ਕਦੇ ਸਰਕਾਰਾਂ ਨੇ ਅੱਜ ਤੱਕ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਹੁਣ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਕੀ ਕਾਰਨ ਤੁਸੀਂ ਤੁਹਾਡੀਆਂ ਸਰਕਾਰਾਂ ਜਾਂ ਹੋਰ ਸਰਕਾਰਾਂ ਨੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਕੀ ਕਾਰਨ ਹੈ? ਇਹ ਕਿ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਅੰਧਾ ਧੁੰਦ ਦਰੱਖਤਾਂ ਦੀ ਕਟਾਈ ਹੋ ਰਹੀ ਹੈ, ਚਾਹੇ ਤੁਹਾਡੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ, ਆਮ ਆਦਮੀ ਪਾਰਟੀ ਦੀ ਕੱਲ੍ਹ ਨੂੰ ਸਰਕਾਰ ਆਉਂਦੀ ਹੈ, ਮੇਰਾ ਨਹੀਂ ਖਿਆਲ ਇਹਦੇ ਲਈ ਕੋਈ ਸਰਕਾਰਾਂ ਜ਼ਿਆਦਾ ਚਿੰਤਤ ਹੈਗੀਆਂ। ਇੱਥੇ ਦੇ ਜੇ ਕੈਨੇਡਾ ਦੇ ਰੂਲ ਦੇਖੀਏ ਤਾਂ ਜੇ ਕੋਈ ਇੱਕ ਦਰੱਖਤ ਕੱਟਦਾ ਫੜਿਆ ਜਾਵੇ ਨਾ, ਇੱਕ ਮਰਡਰ ਦੇ ਬਰਾਬਰ ਉਹਨੂੰ ਜੁਰਮ ਮੰਨਿਆ ਜਾਂਦਾ, ਉਹ ਇੱਕ ਦਰੱਖਤ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਆ, ਉਹਦੇ ਬਦਲੇ ਉਹਨੂੰ 10 ਜਾਂ 5 ਦਰੱਖਤ ਲਾ ਕੇ ਰਿਪੋਰਟ ਕਰਨੀ ਪੈਂਦੀ ਆ ਸਿਟੀ ਹਾਲ ਦੇ ਵਿੱਚ ਲਾ ਜਾ ਕੇ ਵੀ ਭਾਈ ਮੈਂ ਆਹ ਇੱਕ ਦਰੱਖਤ ਕੱਟਿਆ ਅਤੇ ਆਹ ਮੈਂ 5 ਲਾਏ ਆ।
ਇਹ ਕੀ ਕਾਰਨ ਹੈ ਕਿ ਸਰਕਾਰਾਂ ਇਹੋ ਜਿਹੇ ਕਦਮ, ਚਾਹੇ ਤੁਹਾਡੀ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ, ਕੀ ਕਾਰਨ ਹੈ ਕਿ ਇਹੋ ਜਿਹੇ? ਅਖੀਰ ਦੇ ਵਿੱਚ ਕੁਐਸਚਨ ਮੇਰਾ ਵੀ ਸੀ ਅਤੇ ਪਰਦੇਸੀ ਟੀਵੀ ਦਾ ਵੀ ਸੀ, ਮੈਂ ਚਾਹਿਆ ਵੀ ਜ਼ਰੂਰ ਤੁਹਾਤੋਂ ਪੁੱਛਿਆ ਜਾਵੇ ਕੀ ਕਾਰਨ ਹੈ ਕਿ ਸਰਕਾਰਾਂ ਇਹੋ ਜਿਹੇ ਕਦਮ ਕਿਉਂ ਨਹੀਂ ਪੜਦੀਆਂ, ਖੁਦ ਅੱਗੇ ਆ ਕੇ ਦਰਖਤ ਕਿਉਂ ਨਹੀਂ ਲਾਉਂਦੀਆਂ? ਕਿਉਂਕਿ ਜੇ ਦਰਖਤ ਆਉਣਗੇ ਤਾਂ ਹੀ ਮੀਂਹ ਪਵੇਗਾ। ਆਕਸੀਜਨ ਜਿਹੜੀ ਪੰਜਾਬ ਦੇ ਵਿੱਚ ਦਿਨ ਪਰ ਦਿਨ ਘੱਟ ਰਹੀ ਹੈ, ਦਰਖਤ ਹੀ ਆਕਸੀਜਨ ਆਪਾਂ ਨੂੰ ਦੇਣਗੇ। ਜਿਹੜਾ ਪ੍ਰਦੂਸ਼ਣ ਇੰਨਾ ਵੱਧ ਚੁੱਕਾ ਪੰਜਾਬ ਦੇ ਅੰਦਰ, ਉਹੀ ਦਰਖਤ ਆਪਣੇ ਅੰਦਰ ਸਮੋਟਣਗੇ ਅਤੇ ਬਦਲੇ ਦੇ ਵਿੱਚ ਸਾਨੂੰ ਆਕਸੀਜਨ ਮਿਲੇਗੀ, ਤਾਂ ਹੀ ਮੀਂਹ ਪਵੇਗਾ। ਆਕਸੀਜਨ ਦਾ ਦੂਜਾ ਕਾਰਨ ਮੀਂਹ ਹੈ। ਕੀ ਕਾਰਨ ਹੈ ਸਰਕਾਰਾਂ ਇਹੋ ਜਿਹੇ ਕੰਮਾਂ ਦੇ ਵਿੱਚ ਥੋੜ੍ਹੀਆਂ ਪਿੱਛੇ ਰਹਿ ਰਹੀਆਂ? ਸਰ, ਮੈਂ ਤੁਹਾਡੀ ਗੱਲ ਨੂੰ ਬਿਲਕੁਲ ਵਾਜਬ ਸਮਝਦਾ ਕਿ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਦਬੀ ਕਾਰਨ ਬਣਿਆ ਆਕਸੀਜਨ ਦੀ ਗੱਲ ਹੈ, ਜਿਹੜੀ ਦਰਖਤਾਂ ਦੀ ਕਟਾਈ ਦੀ ਪੰਜਾਬ ਦੀ ਗੱਲ ਆ, ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਅਸੀਂ ਮੰਨਦੇ ਹਾਂ। ਉਹ ਪੰਜਾਬ ਦੇ ਕਿਸਾਨ ਨੇ ਬਹੁਤ ਮਿਹਨਤ ਕਰਕੇ, ਸਾਡਾ ਆਬਾਦੀ ਦੇ ਵਿੱਚ ਵੱਡਾ ਕੰਟਰੀ ਹੈ, ਇਹਨੂੰ ਜਿਹੜਾ ਅਨਾਜ ਜਿਹੜਾ ਪੈਦਾ ਕਰਕੇ ਦਿੱਤਾ। ਮੈਂ ਕੈਨੇਡਾ ਵੀ ਆਉਂਦਾ ਰਹਿੰਦਾ, ਤੁਹਾਡੇ ਬਹੁਤ ਥੋੜ੍ਹੇ ਲੋਕ ਖੇਤੀ ਕਰਦੇ ਆ, ਉਹ ਜ਼ਮੀਨ ਦੀ ਕੋਈ ਕਰਾਉਂਦਾ ਨਹੀਂ, ਕੋਈ ਪੱਧਰੀ ਨਹੀਂ ਕਰਦਾ, ਇੱਥੇ ਖੇਤੀ ਦਾ ਸਿਸਟਮ ਹੋਰ ਆ। ਸਾਡੇ ਸਿਸਟਮ ਇਹ ਆ ਕਿ ਲੋਕਾਂ ਨੇ ਆਪਣੀ ਜਿਹੜੀ ਜ਼ਮੀਨ ਨੂੰ ਜਰਕੇ ਜਿਹੇ ਬਣਾਉਣ ਵਾਸਤੇ ਵੱਡੇ ਪੱਧਰ 'ਤੇ ਜਿਹੜੀ ਦਰੱਖਤਾਂ ਦੀ ਕਟਾਈ ਵੀ ਕੀਤੀ ਆ, ਇਹਨੂੰ ਪੱਧਰੀ ਕਰਕੇ ਇੱਥੇ ਅਨਾਜ ਫਸਲ ਪੈਦਾ ਕੀਤੀ ਆ, ਤਿੰਨ ਤਿੰਨ ਚਾਰ ਚਾਰ ਫਸਲਾਂ 'ਚ ਪੰਜਾਬ ਦਾ ਕਿਸਾਨ ਪੈਦਾ ਕਰ ਰਿਹਾ। ਇਕੱਲਾ ਆਕਸੀਜਨ ਨੂੰ ਫਰਕ ਨਹੀਂ ਪਿਆ, ਸਾਡੇ ਪਾਣੀ ਨੂੰ ਵੀ ਜਿਹੜੀ ਆ ਉਹ ਜ਼ਮੀਨ ਦੇ ਕਾਫੀ ਉਹ ਥੱਲੇ ਗਿਆ, ਉਹਦੇ ਵਾਸਤੇ ਵੀ ਅਸੀਂ ਚਿੰਤਤ ਹੈਗੇ ਹਾਂ। ਔਰ ਅਸੀਂ ਕੋਸ਼ਿਸ਼ ਕੀਤੀ ਆ ਡਿਵਾਸੀ ਪੇਸ਼ੇ ਰਾਹੀਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਜਿਹੜੀ ਆ ਲੋਕ ਹੈ ਅਸੀਂ ਮੁੜੇ ਆ, ਪਰ ਲੋੜ ਹੋਰ ਹਾਲੇ ਹੈਗੀ ਆ ਕਿ ਜਿਹੜੇ ਆ ਪੰਜਾਬ ਦਾ ਜਿਹੜਾ 35% ਜਾਂ 18% ਜਿਹੜਾ ਉਹਦਾ ਰਕਬਾ ਆ ਉਹ ਜੰਗਲਾਤ ਵਿੱਚ ਲਿਆਉਂਦਾ ਜਾਵੇ। ਸਾਡੀ ਭੂਗੋਲਿਕ ਸਥਿਤੀ ਇਹ ਹੈ ਕਿ ਪੰਜਾਬ ਵਿੱਚ ਜਿਹੜਾ ਉਹ ਪਹਾੜੀ ਇਲਾਕਾ ਬਹੁਤ ਥੋੜ੍ਹਾ ਰਹਿ ਗਿਆ, ਹਿਮਾਚਲ ਵਿੱਚ ਚਲੇ ਗਿਆ, ਅਤੇ ਜੰਗਲਾਤ ਸਾਡੇ ਕੋਲ ਬਹੁਤਾ ਹੈ ਨਹੀਂ। ਜਿਹੜੀਆਂ ਕੁਛ ਥੋੜ੍ਹੀਆਂ ਜ਼ਮੀਨਾਂ ਇਹੋ ਜਿਹੀਆਂ ਸੀਗੀਆਂ ਪੰਜਾਬ ਵਿੱਚ ਜਿੱਥੇ ਜੰਗਲ ਹੈਗੇ ਆ, ਹੋਰ ਅਸੀਂ ਹੁਣ ਉਹੀ ਜ਼ਮੀਨ ਜਿੱਥੇ ਖੇਤੀ ਕਰਦੇ ਹਾਂ ਉੱਥੇ ਜਾਂ ਖੇਤੀ ਕਰੀਏ ਜਾਂ ਉੱਥੇ ਜੰਗਲਾਤ ਲੱਜੇ। ਸੋ ਫਿਰ ਵੀ ਬਹੁਤ ਸਾਰੇ ਕਿਸਾਨਾਂ ਨੇ ਅੱਜ ਖੇਤੀ ਨੂੰ ਛੱਡ ਕੇ ਜਿਹੜੇ ਦਰੱਖਤਾਂ ਵਾਲੇ ਪਾਸੇ ਨੂੰ ਚੱਲੇ ਆ, ਉਹ ਲੋਕ ਲਾਉਣੇ ਸ਼ੁਰੂ ਕੀਤੇ ਆ। ਅੱਜ ਸਾਰੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਆ ਕਿ ਆਕਸੀਜਨ ਸਾਡੀ ਜ਼ਿੰਦਗੀ ਆ, ਉਹਨੂੰ ਬਚਾਉਣ ਵਾਸਤੇ ਸਾਨੂੰ ਦਰੱਖਤ ਜਿਹੜੇ ਲਾਉਣੇ ਚਾਹੀਦੇ ਆ। ਸਰਕਾਰ ਵੀ ਉਤਸ਼ਾਹਿਤ ਕਰ ਰਹੀ ਆ, ਔਰ ਅਸੀਂ ਵੀ ਜਿਹੜੇ ਸਮੇਂ ਦੇ ਵਿੱਚ ਆਪ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਵੱਧ ਤੋਂ ਵੱਧ ਦਰੱਖਤ ਲਾਓ ਤਾਂ ਕਿ ਇਹ ਹਰਿਆ ਭਰਿਆ ਪੰਜਾਬ ਰਹੇ, ਆਕਸੀਜਨ ਲੋਕ ਕਾਫੀ ਯਤਨਸ਼ੀਲ ਆ। ਪਰ ਪੰਜਾਬ ਦੇ ਕਿਸਾਨ ਦੀ ਕਿਤੇ ਨਾ ਕਿਤੇ ਮਜਬੂਰੀ ਆ ਕਿ ਉਹਨੂੰ ਆਪਣੀ ਜੇ ਫਸਲ ਪੂਰੀ ਨਹੀਂ ਲੈਂਦਾ ਤੇ ਉਹਦਾ ਜਿਹੜਾ ਮੁੱਦਾ ਹੱਲ ਨਹੀਂ ਹੁੰਦਾ। ਉਹਦੀ ਫਸਲ ਦਾ ਜਲਦੀ ਜਲਦੀ ਉਹਨੂੰ ਕੱਟਾ ਕੱਢ ਕੇ ਉਹਨੂੰ ਅੱਗ ਲਾ ਕੇ ਜਾਂ ਸਾਫ਼ ਕਰਕੇ ਉਹਨੂੰ ਅਗਲੀ ਫਸਲ ਦੀ ਤਿਆਰੀ ਉਹ ਕਰਨੀ ਪੈਂਦੀ ਹੈ, ਕਿਉਂਕਿ ਉਹ ਜ਼ਿਆਦਾ ਅਨਾਜ ਪੈਦਾ ਕਰਨ ਦੀ ਦੌੜ ਦੇ ਵਿੱਚ ਆਪ ਉਸ ਚੱਕਰ ਦੇ ਵੀ ਉਹਦੇ ਵਿੱਚ ਇੱਦਾਂ ਦਾ ਫਸਿਆ ਹੈ ਕਿ ਉਹਨੂੰ ਦੋ ਦੋ ਤਿੰਨ ਤਿੰਨ ਫਸਲਾਂ ਜਿਹੜੀਆਂ ਆ ਉਹ ਕੱਟ। ਸਾਰੇ ਕਾਰਨ ਨੇ ਜਿਹੜੇ ਕਾਰਨ ਅਸੀਂ ਲੱਭ ਰਹੇ ਹਾਂ, ਔਰ ਮੈਨੂੰ ਖੁਸ਼ੀ ਆ ਕਿ ਪਰਾਲੀ ਦਾ ਮਸਲਾ ਕੱਲ੍ਹ ਹੀ ਹੱਲ ਕੀਤਾ ਸੈਂਟਰ ਦੀ ਸਰਕਾਰ ਨੇ, ਕਹਿਤਾ ਕਿ ਅਗਲੇ ਸਾਲ ਜਿਹੜੀ ਪਰਾਲੀ ਆ ਉਹ ਸੈਂਟਰ ਗੌਰਮੈਂਟ ਜਿਹੜੀ ਆ ਉਹ ਆਪ ਉਹ ਖਰੀਦੂਗੀ 55 ਰੁਪਏ ਕੁਇੰਟਲ ਦੇ ਹਿਸਾਬ ਨਾਲ, ਔਰ ਕੋਈ ਬਿਜਲੀ ਪੈਦਾ ਕਰਨ ਲਈ ਜਾਂ ਹੋਰ ਪਾਸੇ ਉਹਨੂੰ ਵਰਤਣ ਵਾਸਤੇ ਵੀ ਜਿਹੜੇ ਰੀਂਦੇ ਪ੍ਰਬੰਧ ਕਰਨੇ ਸ਼ੁਰੂ ਕੀਤੇ ਆ। ਸੋ ਉਹਦੇ ਹੱਲ ਜਿਹੜੇ ਅਸੀਂ ਲੱਭਣੇ ਸ਼ੁਰੂ ਕਰਤੇ ਆ, ਉਹਦੇ ਵਿੱਚ ਮੈਨੂੰ ਪੂਰਨ ਆਸ ਆ ਕਿ ਉਹ ਕਾਮਯਾਬੀ ਜ਼ਰੂਰ। ਬਿਲਕੁਲ ਠੰਡਾ ਸਾਹਿਬ, ਬਹੁਤ ਵਧੀਆ ਕਦਮ ਆ ਸੈਂਟਰ ਗਵਰਨਮੈਂਟ ਦਾ। ਕੋਈ ਸਾਡਾ ਪ੍ਰਦੇਸੀ ਟੀਵੀ ਦਾ ਹਮੇਸ਼ਾ ਇਹ ਹੁੰਦਾ ਵੀ ਜਿਹੜਾ ਕੋਈ ਚੰਗਾ ਕੰਮ ਕਰਦਾ ਅਸੀਂ ਜ਼ਰੂਰ ਉਹਦੀ ਸ਼ਲਾਘਾ ਕਰਦੇ। ਬਿਲਕੁਲ ਤੁਸੀਂ ਕਿਹਾ ਕਿਸਾਨਾਂ ਦੀ ਜਿਹੜੀ ਲੋੜ ਹੈ ਵੀ ਉਪਜਾਊ ਧਰਤੀ ਬਣਾ, ਮੇਰਾ ਵੀ ਵਾਹ ਵਾਹ ਤਾਂ ਕਿਤੇ ਨਾ ਕਿਤੇ ਤੁਹਾਡੇ ਏਰੀਏ ਨਾਲ ਰਿਹਾ। ਮੈਂ ਖੁਦ ਉਹ ਆਪਾਂ ਜੇ ਦੁਆਬੀਏ ਬੋਲੀ ਬੋਲੀਏ ਨਾ ਜੀ, ਉਹ ਕਾਨੇ ਪੱਟੇ ਆ ਜੀ ਚੋ ਦੇ ਵਿੱਚੋਂ ਪੱਟ ਕੇ ਉਹ ਖੇਤ ਆਬਾਦ ਕੀਤੇ ਆ ਜੀ। ਮੈਂ ਖੁਦ ਕਰਕੇ ਆਇਆ ਜੀ, ਉਹ ਖੇਤ ਜਿਹੜੇ ਸੀਗੇ ਮੇਰੇ ਆਪਣੇ ਚੋ ਦੇ ਨਾਲ ਲੱਗਦੇ ਹੁੰਦੇ ਸੀਗੇ। ਸਾਡੇ ਫਾਦਰ ਸਾਹਿਬ ਤਾਂ ਕਹਿੰਦੇ ਸੀਗੇ ਨਾ ਕਰੋ, ਪਰ ਖੂਨ ਥੋੜ੍ਹਾ ਗਰਮ ਸੀ, ਕੁਛ ਟਰੈਕਟਰ ਚਲਾਉਣ ਦਾ ਜ਼ਿਆਦਾ ਚਾਅ ਸੀਗੇ ਉਹਨਾਂ ਦਿਨਾਂ ਵਿੱਚ, ਮਾਫ਼ੀ ਚਾਹਾਂਗਾ, 61 ਦੀ ਜ਼ਿਆਦਾ ਬੱਲੇ ਬੱਲੇ ਸੀ। ਉਹ ਚਲਾ ਚਲਾ ਕੇ ਜੀ ਚੋ ਦੇ ਨਾਲ ਨਾਲ ਜਿਹੜੇ ਉਹ ਕਾਨੇ ਪੱਟ ਪੱਟ ਕੇ ਜੀ ਖੇਤ ਆਬਾਦ ਕਰਤੇ ਸੀ, ਝੋਨਾ ਲਾਤਾ ਸੀ ਉਸ ਏਰੀਏ ਦੇ ਵਿੱਚ। ਪਰ ਕਿਤੇ ਨਾ ਕਿਤੇ ਉਦੋਂ ਸਾਡਾ ਨਿਆਣਪਣ ਸੀ, ਪਤਾ ਨਹੀਂ ਸੀਗਾ। ਜਦੋਂ ਬੰਦਾ ਸਮਝ ਲੱਗਦਾ ਉਦੋਂ ਜ਼ਰੂਰ ਹੋਣਾ। ਮੈਂ ਆਪਣੇ ਫਾਦਰ ਸਾਹਿਬ ਨੂੰ ਖੁਦ ਕਈ ਵਾਰ ਕਹਿ ਦਿੰਦੇ ਹਾਂ ਵੀ ਉੱਥੇ ਦਰੱਖਤ ਚਾਹੀਦੇ ਆ, ਫਾਦਰ ਸਾਹਿਬ ਸਾਡੇ ਕਹਿ ਦਿੰਦੇ ਆ ਵੀ ਤੂੰ ਖੁਦ ਪੱਟ ਕੇ ਆਇਆ, ਅੱਜ ਤੂੰ ਕਹਿੰਦਾ
ਉਦੋਂ ਮੇਰੀ ਮੈਂ ਕਿਹਾ ਬੁੱਧੀ ਥੋੜ੍ਹੀ ਨਿਆਣੀ ਸੀ ਕਹਿ ਲਓ, ਪਤਾ ਨਹੀਂ ਸੀਗਾ। ਹੁਣ ਮੈਨੂੰ ਪਤਾ ਲੱਗਾ ਕਿ ਹੁਸ਼ਿਆਰਪੁਰ ਏਰੀਏ ਦੇ ਵਿੱਚ ਕਈ ਇਹੋ ਜਿਹੇ ਥਾਂ ਹੈਗੇ ਜਿੱਥੇ ਦਰਖਤ ਲਗਾਏ ਜਾ ਸਕਦੇ ਆ। ਮੈਂ ਖੁਦ ਫਾਦਰ ਸਾਹਿਬ ਨੂੰ ਕਹਿ ਕੇ ਦੋ ਤਿੰਨ ਖੇਤਾਂ ਦੇ ਵਿੱਚ ਦਰਖਤ ਲਵਾਏ ਹੋਏ ਆ, ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਉਹ ਰੰਗ ਲਿਆਉਣਗੇ। ਮੈਂ ਕਿਉਂਕਿ ਉਸ ਏਰੀਏ ਨਾਲ ਮੇਰਾ ਬਹੁਤ ਜ਼ਿਆਦਾ ਰਿਹਾ, ਮੈਂ ਹਮੇਸ਼ਾ ਮੇਰਾ ਬ੍ਰਦਰ ਉੱਥੇ ਆ, ਉਹਨੂੰ ਫੋਨ 'ਤੇ ਕਹੀ ਜਾਈਦਾ ਵੀ ਭਾਈ ਹਰੇਕ ਖੇਤ ਦੇ ਖੂੰਜੇ 'ਤੇ ਦੋ ਚਾਰ ਦਰਖਤ ਜ਼ਰੂਰ ਲਾਇਆ ਕਰ। ਉਹਦਾ ਜਵਾਬ ਹੁੰਦਾ ਵੀ ਛਾਂ ਦੇ ਨਾਲ ਫਸਲ ਮਰਦੀ ਆ, ਪਰ ਉਹ ਥੋੜ੍ਹੀ ਜਿਹੀ ਫਸਲ ਬਚਾਉਣ ਦੇ ਲਈ ਅਸੀਂ ਆਕਸੀਜਨ, ਸਾਡਾ ਖੁਦ ਦਾ ਵੀ ਫਰਜ਼ ਬਣਦਾ, ਇਕੱਲੀਆਂ ਸਰਕਾਰਾਂ ਦਾ ਨਹੀਂ, ਇਹ ਵੀ ਮੈਂ ਕਹਿੰਦਾ ਵੀ ਸਾਡਾ ਖੁਦ ਦਾ ਵੀ ਫਰਜ਼ ਬਣਦਾ, ਅਸੀਂ ਵੀ ਕੁਝ ਇਸ ਵਾਤਾਵਰਨ ਨੂੰ ਬਚਾਉਣ ਲਈ ਕਰੀਏ। ਕੀ ਖਿਆਲ ਆ ਠੰਡਲ ਸਾਹਿਬ? ਦੇਖੋ, ਇਹ ਜ਼ਿੰਦਗੀ ਜੀਣ ਵਾਸਤੇ ਆਕਸੀਜਨ ਬੜੀ ਜ਼ਰੂਰੀ ਹੈ, ਬਿਲਕੁਲ। ਔਰ ਸਾਨੂੰ ਇਹ ਵੀ ਪਤਾ ਕਿ ਸਭ ਤੋਂ ਵੱਧ ਆਕਸੀਜਨ ਜਿਹੜੀ ਆ, ਜਿਹੜਾ ਸਾਡਾ ਪੁਰਾਣਾ ਕਲਚਰ ਪਿੱਪਲ ਦਾ ਸੀ, ਉਹ ਦਿੰਦਾ, ਬਿਲਕੁਲ। ਪਰ ਹੁਣ ਹੌਲੀ ਹੌਲੀ ਸਮਾਂ ਬਦਲ ਗਿਆ, ਪਿੰਡਾਂ ਦਾ ਵਾਤਾਵਰਨ ਬਦਲ ਗਿਆ, ਪਿੰਡਾਂ ਦੀ ਸੱਥਾਂ ਵਿੱਚ ਪਿੱਪਲ ਹੁੰਦੇ ਸੀ, ਅੱਜ ਉਹ ਨਹੀਂ ਰਹੇ। ਅੱਜ ਮਾਹੌਲ ਜਿਹੜਾ ਪਹਿਲਾਂ ਆਉਣਾ ਸੀ ਪੰਜਾਬ ਦਾ, ਉਹ ਬਦਲ ਗਿਆ ਕਿਤੇ ਨਾ ਕਿਤੇ। ਤੁਹਾਡੀ ਬਾਹਰਲੀ ਰੰਗਤ ਅੱਜ ਪੰਜਾਬ ਦੇ ਵਿੱਚ ਆਈ ਹੈ, ਵੱਡੀ ਵੱਡੀਆਂ ਕੋਠੀਆਂ ਆ ਗਈਆਂ, ਸਾਡੇ ਘਰਾਂ ਦੀ ਜਿਹੜੀ ਲੁੱਕ ਬਦਲ ਗਈ ਆ, ਫਿਲਹਾਲ ਏਸੀ ਲੱਗ ਗਏ, ਲੋਕਾਂ ਨੂੰ ਪਿੱਪਲ ਦੇ ਛਾਵਾਂ ਦੀ ਲੋੜ ਨਹੀਂ ਰਹੀ। ਪਰ ਆਕਸੀਜਨ ਦੀ ਜਿਹੜੀ ਸਾਨੂੰ ਜ਼ਿੰਦਗੀ ਜੀਣ ਵਾਸਤੇ ਬਹੁਤ ਵੱਡੀ ਲੋੜ ਹੈ, ਉਹਦੇ ਵਾਸਤੇ ਸਰਕਾਰਾਂ ਵੀ ਕੰਮ ਕਰਨ ਆਪਣੇ, ਜਿਹੜੇ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ, ਜੇ ਸਾਰੇ ਇਹੀ ਵੱਡੀ ਪ੍ਰੋਬਲਮ ਆ ਕਿ ਹਰ ਇੱਕ ਜਿਹੜਾ ਕਿਸਾਨ ਵਾ ਉਹ ਇਹ ਮਹਿਸੂਸ ਕਰਦਾ ਕਿ ਮੈਨੂੰ ਜਿਹੜਾ ਆ ਮੈਂ ਉਹ ਧੰਦਾ ਕਰਾਂ ਜਿਹੜਾ ਮੈਨੂੰ ਵੱਧ ਜੇ ਤੋਂ ਮੈਨੂੰ ਇਨਕਮ ਹੋ ਸਕੇ। ਸੋ ਖੇਤੀ ਨੂੰ ਹਰ ਸਾਲ ਵੱਧ ਤੋਂ ਵੱਧ ਖਾਦ ਵੀ ਜ਼ਿਆਦਾ ਪਾਉਂਦਾ, ਉਹ ਪਾਣੀ ਵੀ ਜ਼ਿਆਦਾ ਲਾਉਂਦਾ, ਉਹ ਇਹ ਕਿਸੇ ਨਾ ਕਿਸੇ ਆਪਣੀ ਉਹ ਜਿਹੜੇ ਪੂਰਾ ਕਰਨ ਵਾਸਤੇ ਇਹ ਤਾਂ ਕਰੀ ਜਾ ਰਿਹਾ। ਪਰ ਉਹ ਇਹ ਜ਼ਰੂਰ ਉਹਨੂੰ ਸੋਚਣ ਦੀ ਲੋੜ ਹੈ ਕਿ ਜੇ ਆਕਸੀਜਨ ਘੱਟ ਗਈ ਜਨਰੇਸ਼ਨ ਵਾਸਤੇ ਖਤਰਾ ਹੋ ਸਕਦਾ, ਸਾਡੇ ਆਪਣੇ ਵਾਸਤੇ ਖਤਰਾ ਹੋ ਸਕਦਾ। ਸੋ ਵਾਤਾਵਰਨ ਨੂੰ ਸੰਭਾਲ ਕੇ ਰੱਖਣਾ, ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸਾਰੀਆਂ ਸਟੇਟਾਂ ਨੂੰ ਜਿਹੜਾ ਇਹ ਡਿਪਾਰਟਮੈਂਟ ਜਿਹੜਾ ਇਨਵਾਇਰਮੈਂਟ ਦਾ ਉਹ ਸਚੇਤ ਵੀ ਕਰ ਰਿਹਾ, ਇਹਨਾਂ ਦੀਆਂ ਮੀਟਿੰਗਾਂ ਵੀ ਉਹ ਲੈ ਰਿਹਾ, ਅਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਰਿਜ਼ਲਟ ਜਿਹੜੇ ਆ ਉਹ ਚੰਗੇ ਨਿਕਲਣਗੇ। ਲੋਕ ਵੀ ਸਮਝ ਗਏ ਆ ਕਿ ਇੱਥੇ ਆਹ ਚਾਰ ਪੰਜ ਦਿਨ ਲੋਕ ਔਖੇ ਰਹੇ ਆ, ਕਿ ਸਾਨੂੰ ਉਹ ਤੋਂ ਨਜਾਤ ਪਾਉਣ ਵਾਸਤੇ ਸਾਨੂੰ ਕੋਈ ਨਾ ਕੋਈ ਆਪ ਉੱਦਮ ਉਪਰਾਲੇ ਕਰਨੇ ਪੈਣੇ ਆ। ਸੋ ਮੈਂ ਆਸ ਕਰਦਾ ਕਿ ਸਾਡੇ ਕਿਸਾਨ ਵੀਰ ਵੀ ਅਤੇ ਸਰਕਾਰਾਂ ਵੀ ਇਹਦੇ ਬਾਰੇ ਇਹ ਧਿਆਨ ਦੇਣਗੀਆਂ, ਅਤੇ ਮੁੜ ਕੇ ਪੰਜਾਬ ਨੂੰ ਅਸੀਂ ਜਿਹੜਾ ਹਰਿਆ ਭਰਿਆ ਪੰਜਾਬ ਜਿਹੜਾ ਉਹ ਦੇਖ ਸਕੀਏ। ਅਖੀਰ ਦੇ ਵਿੱਚ ਮੈਂ ਰੈਪ ਅਪ ਕਰਨਾ ਸੀਗਾ, ਫੇਸਬੁੱਕ 'ਤੇ ਇੱਕ ਜ਼ਰੂਰੀ ਉਹ ਕਹਿੰਦੇ ਮੇਰਾ ਕੁਐਸਚਨ ਜ਼ਰੂਰ ਇਹ ਪੁੱਛੋ ਥੰਡਲ ਸਾਹਿਬ ਤੋਂ। ਅਖੀਰ ਦੇ ਵਿੱਚ ਸਾਡੇ ਫੇਸਬੁੱਕ ਵਿਊਰ ਨੇ ਰਾਮ ਪ੍ਰਕਾਸ਼ ਆ ਜੀ, ਉਹਨਾਂ ਨੇ ਤੁਹਾਨੂੰ ਪੁੱਛਣਾ ਚਾਹਿਆ ਜੀ, ਅਕਾਲੀ ਦਲ ਦੀ ਮਦਦ ਬਾਹਰਲੇ ਲੋਕਾਂ ਨੇ ਕਿਉਂ ਨਹੀਂ ਕੀਤੀ? ਸਿਰਫ ਤੁਸੀਂ ਕਹਿ ਰਹੇ ਹੋ ਕਿ ਆਪ ਦੀ ਮਦਦ ਬਾਹਰੋਂ ਕੀਤੀ ਗਈ, ਇਹ ਕੀ ਕਾਰਨ ਹੈ ਕਿ ਅਕਾਲੀ ਦਲ ਜਿਹੜੀ ਮਦਦ ਬਾਹਰਲੇ ਲੋਕਾਂ ਤੋਂ ਨਹੀਂ ਹੋਈ? ਤੁਸੀਂ ਉਹ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਬਾਹਰੋਂ ਹੋਈ ਹੈ, ਪਰ ਬਾਹਰਲੇ ਲੋਕ ਨਹੀਂ ਇਹ ਕਹਿ ਰਹੇ? ਬਸ ਇਹ ਲਾਸਟ ਕੁਐਸਚਨ ਹੈ, ਉਸ ਤੋਂ ਬਾਅਦ ਮੈਂ ਸਮਾਪਤੀ ਕਰਾਂਗਾ ਜੀ, ਮੇਰੇ ਕੋਲ ਟਾਈਮ ਬਹੁਤ ਪੂਰਾ ਪੂਰਾ। ਦੇਖੋ ਕਲੇਰ ਸਾਹਿਬ, ਗੱਲ ਇਹ ਆ ਕਿ ਜਦੋਂ ਤੁਹਾਡੇ ਵੀ ਇਲੈਕਸ਼ਨਾਂ ਹੁੰਦੀਆਂ, ਹਰ ਪਾਰਟੀ ਆਪਣਾ ਪ੍ਰਚਾਰ ਕਰਦੀ ਆ, ਉਹਦਾ ਏਜੰਡਾ ਹੁੰਦਾ। ਇਸ ਵਾਰੀ ਇਹ ਸਾਰੇ ਬੰਦੇ ਸੋਚਦੇ ਹੈਰਾਨ ਸੀ ਕਿ 10 ਸਾਲ ਲਗਾਤਾਰ ਅਕਾਲੀ ਦਲ ਕਿਵੇਂ ਸਰਕਾਰ ਚਲਾ ਗਿਆ, ਇਹਨੂੰ ਲਾਉਣਾ ਕਿਵੇਂ ਆ। ਉਹਦੀ ਗੱਲਾਂ ਨੇ ਸਾਡੀਆਂ ਗੱਲਾਂ ਨੂੰ ਜਿਹੜਾ ਉਹ ਅੰਡਰ ਐਸਟੀਮੇਟ ਕਰਕੇ ਇਹੋ ਜਿਹੇ ਲਾਰੇ ਲਾ ਕੇ ਕਿ ਇਹ ਬਾਦਲ, ਕੋਈ ਕਹਿੰਦਾ ਰਿਹਾ ਜੀ ਬਾਦਲਾਂ ਦੀ ਸਰਕਾਰ ਵਾ, ਜਦਕਿ ਲੋਕਾਂ ਦੀ ਚੁਣੀ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸੋ ਇਸ ਕਰਕੇ ਉਹ ਇੱਦਾਂ ਦਾ ਇਸ਼ੂ ਲੈ ਆਉਂਦੇ ਜਿਹਦੇ ਕਰਕੇ ਇਹ ਸਾਰਾ ਕੁਛ ਸਾਹਮਣੇ ਆਇਆ। ਸੋ ਮੈਂ ਫਿਰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਕਈ ਵਾਰੀ ਸਾਡਾ ਸੁਭਾਅ ਆ ਬਦਲਦਾ, ਆਪਾਂ ਸਾਰੇ ਚਾਹੁੰਦੇ ਹਾਂ ਕਿ ਜੀ ਬਦਲ ਹੋਣਾ ਚਾਹੀਦਾ, ਬਦਲ ਹੋਣਾ ਚਾਹੀਦਾ। ਤੁਹਾਡੇ ਵੀ ਇੱਥੇ ਕੈਨੇਡਾ ਦੇ ਵਿੱਚ ਵੀ ਜਾਂ ਹੋਰ ਮੈਂ ਦੇਖਦਾ ਰਹਿੰਦਾ ਕਿ ਚੰਗੇ ਕੰਮ ਵੀ ਸਰਕਾਰਾਂ ਕਰਦੀਆਂ, ਪਰ ਫਿਰ ਵੀ ਬਦਲਾਅ ਆ ਜਾਂਦਾ। ਸੋ ਉਹ ਜਿਹੜਾ ਸਾਰਾ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਗੱਲ ਸੀ ਕਿ ਬਾਦਲ ਪਤਾ ਨਹੀਂ, ਕੋਈ ਕਹਿੰਦਾ ਰੇਤਾ ਖਾ ਗਿਆ, ਕੋਈ ਕਹਿੰਦਾ ਬਜਰੀ ਖਾ ਗਿਆ, ਪਰ ਉਹ ਗੱਲਾਂ ਅਸੀਂ ਕਿਤੇ ਨਾ ਕਿਤੇ ਨਾ ਕਾਮਯਾਬ ਰਹੇ ਲੋਕਾਂ ਵਿੱਚ ਗੱਲ ਸੁਣਾਉਣ ਵਾਸਤੇ ਵੀ ਭਾਈ ਖਾਧਾ ਕਿਸੇ ਨੇ ਨਹੀਂ। ਇਹ ਤਾਂ ਜਦ ਹੁਣ ਚੋ ਹੀ ਤੁਸੀਂ ਆਪ ਕਹਿੰਦੇ ਚੋ ਤੇ ਹੁਸ਼ਿਆਰਪੁਰ ਚੋਆਂ ਦਾ ਜਿਹੜਾ ਸੀ, ਅੱਜ ਉਹ ਕਿੱਥੇ ਆ? ਹੜ੍ਹ ਨਹੀਂ ਆਉਂਦੇ, ਹੜ੍ਹ ਨਹੀਂ ਆਉਂਦੇ, ਰੇਤਾ ਨਹੀਂ ਆਉਂਦਾ। ਇਹ ਵੱਡੀਆਂ ਕੁਛ ਤਬਦੀਲੀਆਂ ਨੇ ਜਿਹਨਾਂ ਦੀਆਂ ਤਬਦੀਲੀਆਂ ਕਰਕੇ ਅਸੀਂ ਲੋਕਾਂ ਨੂੰ ਐਕਸਪਲੇਨ ਨਹੀਂ ਕਰ ਸਕੇ। ਦੂਜੀ ਗੱਲ ਇਹ ਹੈ, ਜਦੋਂ ਕੰਸਟਰਕਸ਼ਨ ਵੱਡੇ ਲੈਵਲ 'ਤੇ ਚੱਲਦੀ ਆ, ਉਲੇ ਮਟੀਰੀਅਲ ਦੀ ਰਾਮ ਦੀ ਲੋੜ ਪੈਂਦੀ ਹੈ, ਸਾਨੂੰ ਸੜਕਾਂ ਬਣਾਉਣੀਆਂ, ਸਾਨੂੰ ਪੱਥਰ ਚਾਹੀਦਾ, ਵੱਡੀਆਂ ਬਿਲਡਿੰਗਾਂ ਬਣਾਉਣੀਆਂ, ਸਾਨੂੰ ਰੇਤਾ ਚਾਹੀਦੀ ਹੈ, ਉਹ ਕਿੱਥੋਂ ਆਉਣਾ? ਉਹ ਕਿੱਥੋਂ ਹੀ ਆਉਣਾ ਸੀ? ਉਹ ਲੋਕ ਸਮਝ ਰਹੇ ਪਤਾ ਨਹੀਂ ਜੀ ਇਹ ਕਿੱਥੇ ਨੂੰ ਲੈ ਗਿਆ, ਇਹ ਖਾ ਲਿਆ ਜੀ, ਵੇਚ ਲਿਆ, ਖਾ ਕੇ ਤਾਂ ਹੁਣ ਅੱਜ ਕੱਲ੍ਹ ਤਾਂ ਲੋਕ ਕਣਕ ਖਾਣ ਨੂੰ ਤਿਆਰ ਨਹੀਂ, ਰੇਤਾ ਕਹਿਣ ਕੀ ਖਾਣਾ ਸੀ? ਸੋ ਇਸ ਕਰਕੇ ਉਹ ਬਹੁਤ ਸਾਰੀਆਂ, ਫਿਰ ਵੀ ਇਹ ਗੱਲ ਸੱਚਾਈ ਆ ਕਿ ਬਾਹਰ ਬੈਠੇ ਭੈਣਾਂ ਭਰਾਵਾਂ ਨੇ ਕੁਛ ਸਾਡਾ ਉਹਨਾਂ ਦੇ ਪਤਾ ਨਹੀਂ ਕੀ ਗਲਤੀ ਕਿ ਉਹਨਾਂ ਨੇ ਉਸ ਪਾਸੇ ਜ਼ਿਆਦਾ ਝੁਕਾ ਰੱਖਿਆ, ਅਤੇ ਕੋਈ ਸਾਡੇ ਕੋਲੋਂ ਗਲਤੀ ਹੋ ਸਕਦੀ ਹੈ, ਅਜੇ ਹੋ ਗਏ ਹੋਵੇ।
ਸੋ ਮੈਨੂੰ ਹੁਣ ਫੋਨ ਆ ਥਿਆ ਕਿ ਅੱਜ ਉਹਨਾਂ ਨੂੰ ਵੀ ਸੱਚਾਈ ਦਾ ਜਿਹੜਾ ਪਤਾ ਲੱਗ ਗਿਆ ਹੋਣਾ ਕਿ ਅਸਲੀਅਤ ਕਿੱਥੇ ਖੜੀ ਹੈ। ਸੋ ਉਹਨਾਂ ਭਰਾਵਾਂ ਨੂੰ ਬੇਨਤੀ ਵੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਆ, ਅਸੀਂ ਹਮੇਸ਼ਾ ਯਤਨ ਕੀਤਾ ਤੁਹਾਡਾ ਪੰਜਾਬ ਵਿੱਚ ਵੈਲਕਮ ਕਰਨ ਦਾ ਵੀ, ਪੰਜਾਬ ਵਿੱਚ ਤੁਹਾਡੇ ਜਿਹੜੀਆਂ ਪ੍ਰੋਪਰਟੀਆਂ ਨੂੰ ਸਿਕਿਓਰ ਕਰਨ ਦਾ, ਤੁਹਾਡੇ ਜਿਹੜੇ ਨਵੇਂ ਥਾਣੇ ਬਣਾਉਣ ਦਾ, ਨਵੀਆਂ ਅਦਾਲਤਾਂ ਬਣਾਉਣ ਦਾ, ਤੁਹਾਡੀਆਂ ਜ਼ਮੀਨਾਂ ਨੂੰ ਇਹਨਾਂ ਰਿਕਾਰਡ ਕਰਨ ਦਾ, ਉਹਦੀ ਵੱਡਾ ਪ੍ਰਾਰਥਨਾ ਕੀਤਾ, ਗਾਹਾਂ ਵੀ ਕਰਦੇ ਰਹਾਂਗੇ। ਅਤੇ ਤੁਸੀਂ ਵੀ ਜਿਹੜੀ ਕਿਤੇ ਕੋਈ ਗਲਤੀ ਹੋ ਗਈ ਹੈ ਸਾਡੇ ਕੋਲੋਂ ਜਾਂ ਕਿਸੇ ਪਾਸੇ, ਉਹਨੂੰ ਸੁਧਾਰ ਕੇ ਮੁੜ ਕੇ ਸਾਡੀ ਪਿੱਠ ਨੂੰ ਪਿੱਠ 'ਤੇ ਖੜ੍ਹੇ ਹੋਵੋ ਤਾਂ ਕਿ ਅਸੀਂ ਪੰਜਾਬ ਨੂੰ ਮੁੜ ਕੇ ਜਿਹੜਾ ਉਹ ਵਧੀਆ ਬਣਾ ਸਕੇ। ਸਾਰਿਆਂ ਦਾ, ਦਰਸ਼ਕਾਂ ਦਾ, ਭਰਾਵਾਂ ਦਾ, ਅਜੀਤ ਸਾਹਿਬ ਤੁਹਾਡਾ, ਖਾਸ ਤੌਰ 'ਤੇ ਦਲਜੀਤ ਅਜਨੋਹਾ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੀ ਮੈਨੂੰ ਤੁਹਾਡੇ ਸਾਰਿਆਂ ਦੇ ਰੂਪ ਨੂੰ ਕਰਾਇਆ। ਮੈਂ ਆਪਣੀ ਬੁੱਧੀ ਮੁਤਾਬਕ ਜਿੰਨੀ ਵੀ ਗੱਲ ਮੇਰੇ ਸਾਹਮਣੇ ਸੀ ਮੈਂ ਉਹ ਜਵਾਬ ਦਿੱਤੇ ਆ। ਕੋਈ ਗੱਲਾਂ ਦਾ ਹੋ ਸਕਦਾ ਕੋਈ ਮੇਰਾ ਭਰਾ ਨਾ ਵੀ ਸੈਟਿਸਫਾਈ ਹੋਇਆ ਹੋਵੇ, ਤਾਂ ਸਾਰੇ ਬੰਦੇ ਸੈਟਿਸਫਾਈ ਨਾ ਤੁਹਾਤੋਂ ਹੋਣੇ ਆ, ਨਾ ਰੱਬ ਤੋਂ ਹੋਣੇ, ਬਿਲਕੁਲ ਮੇਰੇ ਤੋਂ ਹੋਣੇ ਆ, ਬਿਲਕੁਲ ਜੀ। ਪਰ ਜਿੰਨੀ ਗੱਲ ਮੈਂ ਕਹਿ ਸਕਦਾ ਸੀ ਉਹ ਮੈਂ ਆਪਣੇ ਕਰਨ ਦਾ ਯਤਨ ਕੀਤਾ। ਸੋ ਮੈਨੂੰ ਆਸ ਆ ਗਾਹਾਂ ਫਿਰ ਕਿਤੇ ਮੌਕਾ ਮਿਲੂਗਾ ਤੁਹਾਡਾ ਕਰਨ ਦਾ, ਭਰਾਵਾਂ ਦਰਸ਼ਨ ਕਰਦਾ ਤਾਂ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਇੱਕ ਵਾਰੀ ਫਿਰ ਸਾਰੇ ਦਰਸ਼ਕਾਂ ਨੂੰ, ਤੁਹਾਡੀ ਸਮੁੱਚੀ ਟੀਮ ਨੂੰ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਿਹੜੇ ਕਿ ਹੁਣੇ ਨਿਯੁਕਤ ਕੀਤੇ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਉਹਨਾਂ ਵੱਲੋਂ ਸਰਦਾਰ ਠੰਡਲ ਸਾਹਿਬ ਨਾਲ ਮੇਰਾ ਸਾਥ ਦੇ ਰਹੇ ਸੀ ਦਲਜੀਤ ਸਿੰਘ ਅਜਨੋਹਾ ਸਾਹਿਬ। ਅਜਨੋਹਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਅੱਜ ਤੁਹਾਨੂੰ ਕੁਐਸਚਨ ਤੁਹਾਡੇ ਕੋਲ ਬਹੁਤ ਸੀਗੇ, ਨਹੀਂ ਤੁਹਾਡੇ ਤੋਂ ਪੁੱਛੇ ਗਏ, ਮਾਫ਼ੀ ਚਾਹਵਾਂਗੇ ਕਿਉਂਕਿ ਮੇਰੇ ਕੋਲ ਵੀ ਬਹੁਤ ਜ਼ਿਆਦਾ ਕੁਐਸਚਨ ਹੋ ਗਏ ਸੀਗੇ। ਮੈਂ ਚਾਹੁੰਦਾ ਸੀਗਾ ਤੁਸੀਂ ਵੀ ਕੁਛ ਕੁ ਕੁਐਸਚਨ ਪੁੱਛੋ। ਇੱਕ ਵਾਰ ਫਿਰ ਤੁਹਾਡੇ ਅਜਨੋਹਾ ਸਾਹਿਬ ਮਾਫ਼ੀ ਚਾਹਵਾਂਗਾ ਮੇਰੇ ਵੱਲੋਂ ਤੁਹਾਨੂੰ ਦੋਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਜੀ ਪਰਦੇਸੀ TV ਦੇ ਨਾਲ ਜੁੜੇ ਸੀ। ਅੱਜ ਦਾ ਪ੍ਰੋਗਰਾਮ ਕਿਵੇਂ ਲੱਗਾ ਇਹਦੇ ਵਿਚਾਰ ਤੁਸੀਂ ਜ਼ਰੂਰ ਮੈਨੂੰ ਭੇਜ ਸਕਦੇ ਹੋ ਜੀ। ਈਮੇਲ ਕਰ ਸਕਦੇ ਹੋ info@pardesi.tv ਦੇ ਉੱਤੇ ਕਰ ਸਕਦੇ ਹੋ। ਦੱਸ ਦਈਏ ਜਿਹੜਾ ਪਰਦੇਸੀ TV ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਜੀ। ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਕਰੂਜ਼ TV ਅਤੇ ਰੀਅਲ TV ਦੇ ਉੱਤੇ ਚੱਲ ਰਿਹਾ ਜੀ। ਯੂਰਪ ਦੇ ਵਿੱਚ ਇਸ ਵੇਲੇ ਜੀ ਰੋਕੂ ਬਾਕਸ 'ਤੇ ਚੱਲ ਰਿਹਾ ਜੀ, ਸ਼ਾਵਾ TV 'ਤੇ ਚੱਲ ਰਿਹਾ, ਮੈਕਸ TV 'ਤੇ ਚੱਲ ਰਿਹਾ, ਅਤੇ ਦੂਸਰੇ ਨੌਰਥ ਅਮੈਰੀਕਾ ਦੇ ਵਿੱਚ ਕਹੀਏ ਤਾਂ IPTV ਦੇ ਉੱਤੇ ਚੱਲ ਰਿਹਾ ਜੀ, ਅਮੈਰੀਕਾ ਕੈਨੇਡਾ ਦੇ ਵਿੱਚ ਚੱਲ ਰਿਹਾ ਜੀ, ਪੂਰੀ ਦੁਨੀਆ ਦੇ ਵਿੱਚ ਇਸ ਵੇਲੇ YouTube ਅਤੇ Facebook ਲਾਈਵ ਜਿਹੜਾ ਪਰਦੇਸੀ TV ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਜੀ। ਸਮਾਂ ਬਿਲਕੁਲ ਸਮਾਪਤ ਹੈ ਜੀ, ਮੈਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਤੱਕ, ਅਗਲਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਮੇਰੇ ਵੱਲੋਂ ਦੋਨੋਂ ਹੱਥ ਜੁੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।